ਬਾਬੇ ਆਉਂਦੇ ਨੇ, ਤੂੰ ਜੋ ਮੈਂ ਰਾਤ ਨੂੰ ਆਕੜੇ ਦਾ ਨੰਬਰ ਦੇਣੀ ਹੈ। ਮੈਂ ਤੇ ਤੇਰਾ ਵਿਆਹ ਕਰਕੇ ਫਸ ਗਈ ਆ। ਵਿਆਹ ਕਰਕੇ ਨਹੀਂ ਫਸ ਗਈ, ਵਿਆਹ ਵਾਲੇ ਦਿਨ ਤੂੰ ਡੋਲੀ 'ਚ ਫਸ ਗਈ ਸੈਂ। ਉਹ ਚਾਰ ਬੰਦਿਆਂ ਨੇ ਡੋਲੀ ਦੇ ਦਰਵਾਜ਼ੇ 'ਚ ਪੈਰ ਫਸਾ ਕੇ ਜ਼ੋਰ ਲਗਾ ਕੇ ਹਈਆ, ਆ ਮੈਂ ਕਿਹਾ ਮੇਰੀ ਵੋਟੀ ਇੱਧਰ ਲਈ ਆ। ਵਿੱਚ ਮੇਰੇ ਤੇ ਨਸੀਬ ਵੀ ਸੜ ਗਏ। ਤੇ ਤੈਨੂੰ ਕਿਹਨੇ ਕਿਹਾ ਸੀ ਚੁੱਲ੍ਹੇ 'ਤੇ ਰੱਖ, ਨਸੀਬ ਸੜ ਗਏ ਤੇਰੇ। ਮੈਨੂੰ ਤਮੀਜ਼ ਨਾਲ ਅੱਛਾ ਸਾ ਤਮੀਜ਼ ਨਾਲ ਮਸੂਮ ਪਟੋਲੇ ਵਰਗੀ ਸਾਂ। ਮੈਨੂੰ ਵੀ ਇਹੀ ਦੱਸਿਆ ਸੀ, ਮੈਨੂੰ ਕਹਿੰਦਾ ਪਟੋਲੇ ਵਰਗੀ ਕੁੜੀ ਹੈ। ਮੈਂ 70,000 ਰੁਪਇਆ ਲਾ ਕੇ ਘੁੰਡ ਚੁੱਕਿਆ ਤੇ ਅੰਦਰੋਂ ਲੰਡੇ ਦੀ ਗੰਢ ਨਿਕਲ ਆਈ। ਆਪਣੀ ਮਰਜ਼ੀ ਦੀ ਚਰਸੀ ਪਾ ਕੇ ਜਿੱਧਰ ਮਰਜ਼ੀ ਨਿਕਲੇ ਫਿਰੋ। ਮੈਂ ਜਾ ਵੀ ਜਾ ਜਾਣੀ ਹੈ, ਮੈਂ ਤੁਹਾਡੇ ਖਾਨਦਾਨ ਨੂੰ ਵੀ ਕੀ ਕੀਤਾ ਫਿਰ? ਇੱਕ ਸੋਨੇ ਦੀ ਅੰਗੂਠੀ ਤੇ ਤੁਸੀਂ ਮੈਨੂੰ ਪਾ ਨਹੀਂ ਸਕੇ ਹੋ। ਹਾਂ, ਤੇਰੇ ਪਿਓ ਨੇ ਜਿਹੜਾ ਜਹੇਜ਼ ਦਿੱਤਾ ਸੀ ਹੁਣ ਤੱਕ ਟਰੱਕ ਤੋਂ ਲਾਉਣ ਡੇ। ਰੋਂਦੀ ਕਰਤੂਤ ਨੂੰ, ਤੇਰੇ ਪਿਓ ਨੇ ਜਿਹੜੀ ਕਰਤੂਤ ਕੀਤੀ ਮੈਂ ਚੰਗੀ ਤਰ੍ਹਾਂ ਜਾਣਨਾ। ਕੀ ਕੀਤੀ ਮੇਰੇ ਪਿਓ ਨੇ ਕਰਤੂਤ? ਹੈ 9 ਵਜੇ ਇਹਨਾਂ ਦੇ ਵਿਆਹ ਵਾਲੇ ਦਿਨ ਜੰਜ ਜਾ ਕੇ ਬੂਹੇ ਅੱਗੇ ਬਹਿ ਗਈ, ਸਾਰੀ ਦਿਹਾੜੀ ਜੰਜ ਬੈਠੀ ਰਹੀ, ਨਾ ਰੋਟੀ ਨਾ ਪਾਣੀ। 4 ਵਜੇ ਦਾ ਪਿਓ ਆ ਕੇ ਕਹਿੰਦਾ 4-4 ਹੋ ਜਾਓ 4-4। ਮੈਂ ਕਿਹਾ 2-2 ਤੇ ਸੁਣਿਆ ਸੀ, 4-4 ਕੀ? ਕਹਿੰਦੇ ਰੋਟੀ ਨੂੰ ਟਾਈਮ ਲੱਗਣਾ, ਉਨੀ ਦੇਰ ਤਾਸ਼ ਖੇਡੋ। ਮੇਰੀ ਸਾਰੀ ਜੰਜ ਇੱਕ ਦੂਜੇ ਕੋਲ ਪੈਸੇ ਹਾਰ ਗਈ। ਅੱਬਾ ਮੇਰਾ ਪੁੱਤਰ ਵਿਆਹਣ ਗਿਆ, 1800 ਦਾ ਕਰਜ਼ਈ ਤਾਏ ਦਾ ਹੋ ਗਿਆ ਉੱਥੇ। ਤੇ ਠੀਕ ਹੈ ਨਾ, ਮੇਰੇ ਪਿਓ ਨੇ ਕਿਹਾ ਵੀ ਰੌਣਕ ਲੱਗੀ ਲੱਗੀ ਰਵੇ, ਇਹ ਚ ਕਾਹਦੀ ਕਰਨੀ। ਰੌਣਕ ਲਾਉਣੀ ਤੇ ਵਿਆਹ 'ਚ ਭੰਗੂੜੇ ਲਵਾ ਲੈਣੇ ਸਨ। ਭੰਗੂੜੇ ਲਵਾ ਲੈਣੇ ਸਨ? ਕਿੰਨੇ ਸਾਲ ਆ ਗਏ ਸਾਡੇ ਵਿਆਹ ਨੂੰ, ਅੱਜ ਤੱਕ ਤੂੰ ਮੈਨੂੰ ਕਦੀ ਸੈਰ ਨਹੀਂ ਲੈ ਕੇ ਗਿਆ? ਦੱਸ, ਵਿਆਹ ਵਾਲੇ ਦਿਨ ਤੇ ਲਗਿਆ ਨਹੀਂ ਭਲਵਾਨਾਂ ਦੇ ਅਖਾੜੇ 'ਚ? ਲਓ ਦੱਸੋ। ਉੱਥੇ ਭਲਵਾਨ ਇਹਨੂੰ ਵੇਖ ਕੇ ਕਾਇਮ ਹੋ ਗਏ, ਕਹਿੰਦੇ ਮਖਾਲਫ ਆ ਰਹੇ। ਉੱਥੇ ਮੇਰੇ ਸਾਲੇ ਨੇ ਕਿਹਾ ਨਹੀਂ ਜੀ, ਸਾਡੀ ਭੈਣ ਇਹਨੂੰ ਭਲਵਾਨ ਵੇਖਣ ਦਾ ਸ਼ੌਕ ਹੈ ਵੈਸੇ। ਇਹ ਤੂੰ ਮੇਰੀ ਕੀਤੀ ਬਿਸਤੀ, ਚਾ ਮੈਂ ਤੇਰੇ ਕੋਲੋਂ ਰੁੱਸ ਗਈ ਬਸ। ਕੀ ਕਿਹਾ? ਰੁੱਸ ਗਈ ਆ। ਐਵੇਂ ਰੁੱਸਿਆ ਨਾ ਕਰ ਮੇਰੀ ਤਾਂ ਸਜਣਾ, ਤੇਰੀ ਵਜ੍ਹਾ ਤੋਂ ਮਰੀ ਸੀ ਮੇਰੀ ਮਾਂ ਸਜਣਾ। ਰੁੱਸਿਆ ਨਾ ਕਰ ਮੇਰੀ ਇਹ ਸਦਾਦੀਏ, ਮੇਰੇ ਆ ਪਟੋਲਿਆ, ਤੇਰੇ ਇਲਾਵਾ ਸਾਡਾ ਇਸ ਦੁਨੀਆ 'ਚ ਕੌਣ ਹੈ? ਬਹਿ ਜਾ। ਮੈਂ ਨਹੀਂ ਬਹਿਣਾ। ਕਿਉਂ ਨਹੀਂ ਬਹਿਣਾ? ਤੂੰ ਇਲੈਕਸ਼ਨ ਤੇ ਖਲੋ ਗਈ ਹੈ। ਅੱਜ ਮੈਨੂੰ ਪਠਾਨ ਦੀ ਬੜੀ ਜ਼ਿੱਦ ਫੜੀ ਹੈ। ਖੈਰ, ਅੱਜ ਮੇਰਾ ਦਿਲ ਕਰਦਾ ਹੈ ਕਿ ਤੂੰ ਰਾਣੀ ਬਣ ਕੇ ਤਖਤ ਤੇ ਬੈਠੀ ਹੋਵੇਂ ਤੇ ਮੈਂ ਦਰਬਾਰੀ ਬਣ ਕੇ ਬਾਹਰ ਗੇਟ ਤੇ ਖਲੋਤਾ ਹਾਂ ਜੀ। ਵੇਖ ਨੂੰ ਕੁਰਾਣੀ ਰਾਣੀ ਕਿਵੇਂ ਬਣ ਸਕਦੀ ਦੱਸ ਮੈਨੂੰ। ਅੱਜ ਜਦੋਂ ਮਸੂਦ ਰਾਣਾ ਸਿੰਗਰ ਬਣ ਸਕਦਾ, ਮੁਹੰਮਦ ਰਾਣਾ ਹੀਰੋ ਬਣ ਸਕਦਾ, ਹਾਮਦ ਰਾਣਾ ਸੋਨਾ ਬਣ ਸਕਦਾ ਤੇ ਨੌਕਰਾਣੀ ਰਾਣੀ ਨਹੀਂ ਬਣ ਸਕਦੀ? ਲੈਣ ਦੇ, ਸਾਡੇ ਨਸੀਬਾਂ 'ਚ ਤਖਤ ਕਿੱਥੇ ਬਈ? 3 ਤਖਤ ਤੇ ਤੂੰ ਬਹਿਣ ਲੱਗਿਆ ਤੋੜ ਬੈਠੀ ਹੈ। ਹੁਣ ਸਾਡੇ ਕੋਲ ਤਖਤ ਨਹੀਂ, ਤਖਤ ਪੋਸ਼ ਹੈਗਾ, ਉਹ 'ਚ ਤਖਤ ਪਵਾ ਕੇ ਚੌਂਕ 'ਚ ਬਰਫ਼ ਲਾ ਲੈਂਦੇ ਹਾਂ। ਚੌਂਕ 'ਚ ਬਰਫ਼ ਲਾ ਲੈਂਦੇ ਹਾਂ? ਪਿਓ ਮੇਰਾ ਵੀ ਮੁਲਾਜ਼ਮ ਸੀ, ਉਹ ਤਾਂ ਖਾਵਾਂ ਵੀ ਬਰਤਨ ਧੋਣ ਵਾਲੀ ਟਾਕੀ ਵਰਗਾ ਲੱਭ ਗਿਆ। ਭੈ ਮਾਂਜਦੇ ਰਹੋ ਭਾਂਡੇ। ਤੇ ਬੀਵੀ ਵੀ ਤੇ ਅੱਲਾ ਨੇ ਮੈਨੂੰ ਵੱਡੇ ਟੱਪ ਜਿੱਟੀ ਦਿੱਤੀ ਹੈ ਨਾ। ਇਹ ਮੁਲਾਜ਼ਮ ਹੋਣਾ ਕੋਈ ਮਿਹਣਾ ਨਹੀਂ, ਹਰ ਬੰਦਾ ਕਿਸੇ ਨਾ ਕਿਸੇ ਦਾ ਮੁਲਾਜ਼ਮ ਹੈ। ਕੁਝ ਆਪਣੀਆਂ ਜ਼ਰੂਰਤਾਂ ਦੇ ਮੁਲਾਜ਼ਮ, ਕੁਝ ਫੈਕਟਰੀਆਂ ਦੇ ਮੁਲਾਜ਼ਮ, ਕੁਝ ਦਫ਼ਤਰਾਂ ਦੇ ਮੁਲਾਜ਼ਮ ਤੇ ਕੁਝ ਆਪਣੀਆਂ ਆਪਣੀਆਂ ਗਰਜ਼ਾਂ ਦੇ ਮੁਲਾਜ਼ਮ। ਵੇ ਔਰਤ ਦਾ ਕਿਸੇ ਦੇ ਘਰ ਮੁਲਾਜ਼ਮ ਹੋਣਾ ਬੜਾ ਔਖਾ ਕੰਮ ਹੈ। ਨਾ ਭਲਾ ਇਹ 'ਚ ਕੀ ਮਾੜੀ ਗੱਲ ਮੈਨੂੰ ਦੱਸ। ਲੈਂਦੇ, ਸਾਡੇ ਨਸੀਬਾਂ 'ਚ ਦੁੱਖ ਤਕਲੀਫਾਂ ਹੀ ਰਹਿ ਗਈਆਂ ਨੇ। ਓ ਮੇਰੀ ਇਹ ਸ਼ਹਿਜ਼ਾਦੀਏ, ਸੁੱਖ ਵਾਸਤੇ ਕਿਸੇ ਦੌਲਤ ਦੀ ਲੋੜ ਨਹੀਂ ਹੁੰਦੀ, ਬਸ ਬੰਦੇ ਦੇ ਦਿਲ 'ਚ ਪਿਆਰ ਤੇ ਅੱਖਾਂ 'ਚ ਤੀਂਦ ਹੋਣੀ ਚਾਹੀਦੀ ਹੈ। ਨਾਲੇ ਅੱਜ ਦੇ ਦਿਨ ਤੇ ਇਹੋ ਜਿਹੀਆਂ ਗੱਲਾਂ ਨਾ ਕਰ, ਅੱਜ ਦਾ ਦਿਨ ਤੇ ਬੜਾ ਭਾਗਾਂ ਵਾਲਾ ਦਿਨ ਨਹੀਂ। ਇਸ ਲਈ ਕਿ ਅੱਜ ਦੇ ਦਿਨ ਸਾਡਾ ਵਿਆਹ ਹੋਇਆ ਸੀ। ਤੂੰ ਅੱਜ ਦਾ ਦਿਨ ਨਹੀਂ ਭੁੱਲਿਆ? ਅੱਜ ਦਾ ਦਿਨ ਮੈਂ ਕਿਵੇਂ ਭੁੱਲ ਸਕਣਾ? ਅੱਜ ਦੇ ਦਿਨ ਠੀਕ 6 ਵਜੇ ਤੇਰੀ ਡੋਲੀ ਥੱਲੇ ਆ ਕੇ ਮੇਰਾ ਚਾਚਾ ਮਰਿਆ ਸੀ। ਉਹ ਡੋਲੀ ਲੈ ਕੇ ਤੰਗ ਜੀ ਗਲੀ 'ਚੋਂ ਲੰਘੇ, ਅੱਬੇ ਦੀ ਲੱਤ ਲਾ ਕੇ ਕੁੱਤੇ ਲੈ ਗਏ। ਮੈਂ ਕੁੱਤਿਆਂ ਤੋਂ ਲੱਤ ਵਾਪਸ ਲੈਣੀ ਆ, ਮੈਨੂੰ ਕਹਿੰਦੇ ਦੂਜੀ ਵੀ ਲਿਆ ਦੇ ਤੇਰੇ ਅੱਬੇ ਦੇਖ ਕੇ ਇਸ ਕੰਮ ਦੀ। ਉਸ ਦਿਨ ਚੰਗਾ ਕੰਮ ਸਿਰਫ ਤੇਰੇ ਮੇਰੇ ਵਿਆਹ ਵਾਲਾ ਹੀ ਹੋਇਆ ਸੀ ਬਸ। ਕਰੀਮ, ਸਾਡੀ ਸਾਰੀ ਜ਼ਿੰਦਗੀ ਮਲਕ ਸਾਹਿਬ ਦੇ ਘਰ ਹੀ ਗੁਜ਼ਰ ਜਾਏਗੀ। ਹੋ ਸਕਦਾ ਹੈ। ਤੂੰ ਕਿਸੇ ਹੋਰ ਕੰਮ ਵੱਲ ਧਿਆਨ ਕਿਉਂ ਨਹੀਂ ਦਿੰਦਾ ਮੈਨੂੰ ਦੱਸ? ਹੋਰ ਕੰਮ ਵੱਲ ਵੀ ਧਿਆਨ ਦਿਆਂਗਾ ਲੇਕਿਨ ਇਸ ਵੇਲੇ ਬਿਲਕੁਲ ਨਹੀਂ। ਕਿਉਂ? ਵੇਖੇ ਨਾ ਮਲਕ ਸਾਹਿਬ ਦੇ ਹਾਲਾਤ ਠੀਕ ਹੁੰਦੇ ਤੇ ਮੈਂ ਹੁਣੇ ਤੇਰਾ ਮਸ਼ਵਰਾ ਮੰਨ ਕੇ ਤੇਰੇ ਨਾਲ ਟੁਰ ਪੈਂਦਾ, ਲੇਕਿਨ ਬੁਰੇ ਹਾਲਾਤ 'ਚ ਕਿਸੇ ਨੂੰ ਛੱਡ ਕੇ ਜਾਣਾ ਇਹ ਇਨਸਾਨਾਂ ਵਾਲਾ ਕੰਮ ਨਹੀਂ ਤੇ ਅਸੀਂ ਗਰੀਬ ਲੋਕ ਇਹੋ ਜਿਹੀ ਬੇਵਫਾਈ ਨਹੀਂ ਕਰ ਸਕਦੇ। ਆਹੋ, ਵਫਾਦਾਰੀ ਦੇ ਸਿਰੋਂ ਗਰੀਬਾਂ ਦੇ ਹਿੱਸੇ 'ਚ ਆਈ। ਨਹੀਂ, ਗਰੀਬਾਂ ਦੇ ਹਿੱਸੇ 'ਚ ਹੋਰ ਵੀ ਬੜਾ ਕੁਝ ਆਇਆ। ਮਸਲਾ ਨੇ ਨੌਕਰੀਆਂ ਤੋਂ ਬੇਰੋਜ਼ਗਾਰੀਆਂ, ਦਫ਼ਤਰਾਂ 'ਚ ਧੱਕੇ, ਵੈਗਨ 'ਚ ਇੰਜ ਹੋ ਕੇ ਜਾਣਾ, ਇਹ ਗਰੀਬਾਂ ਦੇ ਨਸੀਬ 'ਚ। ਵਿਹੜਿਆ, ਇੱਕ ਗੱਲ ਜੀ ਮੈਨੂੰ ਸਮਝ ਨਹੀਂ ਆਉਂਦੀ, ਕੀ ਇਹ ਮਲਕ ਸਾਹਿਬ ਦੇ ਅਚਾਨਕ ਹਾਲਾਤ ਕਿਵੇਂ ਖਰਾਬ ਹੋ ਗਏ ਬਈ? ਨੰਬਰ ਖੇਲਦੇ ਸਨ।
ਹਾਲਾਤ ਖਰਾਬ ਹੋ ਗਏ। ਮਲਕ ਸਾਹਿਬ ਦੇ ਹਾਲਾਤ ਦਾ ਬੇੜਾ ਗਰਕ ਕੀਤਾ ਉਹਨਾਂ ਦੇ ਭਰਾਵਾਂ ਨੇ। ਵੇਖੇ ਨਾ ਮਲਕ ਸਾਹਿਬ ਨੇ ਮਿਹਨਤ ਮਜ਼ਦੂਰੀ ਕਰਕੇ ਕੋਠੀਆਂ ਕਾਰਾਂ ਤੇ ਦੌਲਤਾਂ ਜਮ੍ਹਾਂ ਕੀਤੀਆਂ। ਜਦੋਂ ਸਾਰਾ ਕੁਝ ਬਣ ਗਿਆ ਤੇ ਹਿੱਸਾ ਲੈਣ ਵਾਲੇ ਭਰਾ ਆ ਗਏ। ਉਹਨਾਂ ਨੇ ਆਪਣਾ ਹਿੱਸਾ ਤਾਂ ਲੈਣਾ ਸੀ, ਮਲਕ ਸਾਹਿਬ ਦਾ ਵੀ ਸਾਰਾ ਕੁਝ ਲੈ ਕੇ ਰਾਹ ਪਏ ਨੇ। ਇਸ ਲਈ ਬਜ਼ੁਰਗ ਕਹਿੰਦੇ ਨੇ ਕਿ ਭਰਾਵਾਂ ਦੀਆਂ ਦਿੱਤੀਆਂ ਹੋਈਆਂ ਤਕਲੀਫਾਂ ਬੜੀ ਦੇਰ ਨਾਲ ਮੁੱਕਦੇ ਨੇ, ਇਹ ਨਸਲਾਂ ਮੁੱਕ ਜਾਂਦੀਆਂ ਨੇ, ਇਹ ਤਕਲੀਫਾਂ ਨਹੀਂ ਮੁੱਕਦੀਆਂ। ਉਹਨਾਂ ਦਾ ਖੂਨ ਇੰਨਾ ਹੀ ਸਫੇਦ ਹੋ ਗਿਆ ਸੀ, ਸਫੇਦ ਲੱਠੇ ਤੋਂ ਵੀ ਸਫੇਦ। ਮਲਕ ਸਾਹਿਬ ਦੀ ਇੱਕ ਧੀ ਹੈ ਨਾ ਬੁਸ਼ਰਾ ਬੀਬੀ, ਉਹਦੀ ਮੰਗਣੀ ਕੀਤੀ ਸੀ ਛੋਟੇ ਭਰਾ ਦੇ ਘਰ। ਜਦੋਂ ਦੇ ਮਲਕ ਸਾਹਿਬ ਦੇ ਹਾਲਾਤ ਖਰਾਬ ਹੋਏ ਨੇ, ਉਹਨਾਂ ਨੇ ਪੁੱਤਰ ਦੀ ਮੰਗਣੀ ਤੋੜ ਕੇ ਉਹਨੂੰ ਕਿਸੇ ਉੱਚੀ ਜਗ੍ਹਾ ਤੇ ਮੰਗ ਛੱਡਿਆ। ਉਸ ਦਿਨ ਦੇ ਮਲਕ ਸਾਹਿਬ ਅੰਦਰੋਂ ਡਰੇ ਡਰੇ ਤੇ ਘਬਰਾਏ ਘਬਰਾਏ ਜੇ ਰਹਿੰਦੇ ਨੇ। ਹਾਂ ਹਾਏ, ਅਸੀਂ ਵੀ ਕਿਹੜੇ ਸਿਆਪਿਆਂ 'ਚ ਪੈ ਗਏ, ਮੈਨੂੰ ਅੰਦਰ ਜਾਣ ਦੇ। ਲੈ ਫਿਰ ਜਾਨ ਤੇਰੇ ਸਾਹਮਣੇ ਤੇ ਕੱਢ ਲੈ। ਕਿਹੜੀ ਜਿਹੜੀ ਇੰਨੀ ਜਿੰਨੀ ਜਾਨ ਲੈਂਦੀ ਹੈ ਮੈਂ, ਚੰਗੀ ਇਹਨੂੰ ਢੱਕ ਕੇ ਰੱਖਿਆ ਕਰ, ਕਿਉਂ ਠੰਡ ਨੂੰ ਆਣੀ। ਚੰਗੀ ਭਲੀ ਸਿਹਤ ਹੈ, ਬਾਹਰ ਇੱਕ ਬੰਦੇ ਨੂੰ ਇੰਜ ਕਰਕੇ ਬਾਡੀ ਵਿਖਾਈ, ਉਹਨੇ ਮੈਨੂੰ 30 ਰੁਪਏ ਦਿੱਤੇ, ਕਹਿੰਦਾ ਕੁਛ ਖਾ ਪੀ ਲਈ। ਹਏ ਤੂੰ ਤੂੰ ਲੋਕਾਂ ਕੋਲ ਮੰਗ ਕੇ ਖਾਣਾ ਹੈ? ਉਹ ਨੌਕਰ ਜੋ ਹੋਏ ਤੇ ਇੰਨੀ ਗੁਜ਼ਾਰਾ ਕਰਨੇ, ਬੈਠ ਇੱਥੇ। ਲੈ ਕੇ ਇੰਨੇ ਵਾਲੇ ਭਾਂਡੇ ਕਿਨੇ ਧੋਣੇ ਨੇ? ਉਹ ਭਾਂਡੇ ਵੀ ਧੁੱਪ ਜਾਣਗੇ। ਮੈਨੂੰ ਮੁਬਾਰਕ ਦੇ ਕਾਜੀ, ਮੈਂ ਇਹ ਗਰਮੀਆਂ ਵੀ ਕੱਢ ਗਿਆ। ਕੀ ਗੱਲ ਕੀਤੀ? ਹਾਂ ਬੜੀ ਰਹਿਮਤ ਹੋਈ ਹੈ, ਸਿਹਤ ਤੈਨੂੰ ਪਤਾ ਸੀ ਖਰਾਬ ਹੋ ਗਈ ਪਿੱਛੇ ਜੇ। ਨਾਲੇ ਸਦਾਦੀਏ ਮੈਂ ਸੋਚਿਆ ਅੱਜ ਦਿਨਾਂ 'ਚ ਅਮੀਰ ਹੋ ਜਾਵਾਂ। ਕਿਸ ਤਰ੍ਹਾਂ? ਮੈਂ ਜਾਲੀ ਨੋਟ ਬਣਾਉਣ ਦੀ ਮਸ਼ੀਨ ਲਾ ਲਈ, ਮੈਂ ਫੜਿਆ ਗਿਆ। ਉਹ ਕਿਉਂ? ਉਹ ਅਨਪੜ੍ਹ ਬੰਦਾ ਸਾਂ, ਮੈਂ 1500 ਵਾਲਾ ਨੋਟ ਬਣਾ ਬੈਠਾ। ਉਹ 1500 ਵਾਲਾ ਨੋਟ ਲੈ ਕੇ ਇੱਕ ਸ਼ੇਖ ਦੀ ਮੈਂ ਦੁਕਾਨ ਤੇ ਗਿਆ, ਮੈਂ ਕਿਹਾ ਜੀ ਇਹਦੀ ਭਾਨ ਦੇ ਦਿਓ, ਉਹਨੇ ਮੈਨੂੰ 750-750 ਵਾਲੇ 2 ਦੇ ਦਿੱਤੇ। ਮੈਂ ਕਿਹਾ ਇਹ ਤਾਂ ਮਸ਼ੀਨ ਘਰੋਂ ਕਦੀ ਖੱਜਲ ਹੋਣ ਨਹੀਂ, ਇਹ ਦਫਾ ਕਰਾਓ। ਹੈਲੋ, ਕੌਣ ਹੋ ਤੁਸੀਂ ਭਾਜੀ? ਇਹ ਮੇਰਾ ਖਿਆਲ 150 ਰੁਪਏ ਲੈ ਕੇ ਮੀਟਰ ਪਿੱਛੇ ਕਰਦਾ ਹੈ। ਵੇਰੀ ਬੁਸ਼ਰਾ ਸਦਾਦਿਓ, ਕੀ ਪੁੱਛਣ ਦੇ ਆਏ ਹੋ? ਇੱਧਰ ਮਰ ਮੋਟੂਆ। ਇਹ ਮੁੰਡਾ ਤੇ ਵੇਖ ਕੈਸਾ ਪੋਪਟ ਮੁੰਡਾ ਹੈ। ਤੇ ਆ ਵੀ ਪੋਪਟ ਸੀ, ਪੀਪਟ ਕਰ ਛੱਡਿਆ ਹੀ। ਬੁਸ਼ਰਾ ਕਹਾਂ ਹੈ? ਕਿੱਧਰ ਭਾਈ ਸਾਹਿਬ? Don't touch me. ਕਿਉਂ? ਤੁਹਾਡੀਆਂ ਤਾਰਾਂ ਨੰਗੀਆਂ ਨੇ। ਵੈਸੇ ਇਹਨੂੰ ਮੈਂ ਹੱਥ ਲਾਇਆ, ਮੇਰੀ ਬਾਂਹ 'ਚ ਸਰਨ ਸਰਨ ਜੀ ਹੋਣ ਲੱਗ ਪਈ। ਕੌਣ ਹੀ ਹੈ? ਕੌਣ ਹੈ ਜੀ, ਦੱਸੋ ਤੇ ਸਹੀ। ਸੋਨੇ ਹੋ? ਸੋਨੇ ਹੋ? ਇੱਧਰ ਮਰ ਜਾ ਬਦਤਮੀ। ਪੁੱਛਿਆ ਕਹਾਂ ਹੈ? ਆਹਾ, ਕੀ ਆਖੇ ਜੀ। ਪੁੱਛਿਆ ਜੀ ਅੰਦਰ ਨੇ ਜੀ। ਓਕੇ, ਵਾਹ ਵਾਹ ਵਾਹ, ਟੋਰ ਵੀ ਸੋਹਣੀ ਹੈ ਕੇ। ਉਹਨੂੰ ਵੇਖ ਕੇ ਤੇ ਤੂੰ ਹੀ ਬੁਰਾ ਲੱਗਣ ਲੱਗ ਪਿਆ ਮੈਨੂੰ। ਆਹਾ, ਤੇ ਤੂੰ ਤਾਂ ਮੈਨੂੰ ਹਸੀਨ ਲੱਗਣ ਨਹੀਂ ਹੈ ਨਾ? ਕਸਮੇ ਕੀ ਹੈ? ਤੇ ਕੌਣ ਕਿਥੋਂ ਆਏ? ਨੇ ਬੋਲ ਆਪਣਾ ਬਿਸ਼ਾ ਬੀਬੀ ਨੇ, ਉਹਦਾ ਦੋਸਤ ਤੇ ਕਾਲਜ ਚ ਇਕੱਠੇ ਹੀ ਪੜਦੇ ਨੇ। ਲੇਕਿਨ ਮੈਂ ਤੈਨੂੰ ਪਹਿਲੇ ਕਦੇ ਨਹੀਂ ਵੇਖਿਆ। ਅਲਿਆ, ਮੇਰਾ ਵੀ ਦਿਲ ਕਰਦਾ, ਮੈਂ ਵੀ ਕਾਲਜ ਚ ਪੜਾ। ਉਹ ਜਾ, ਮੱਝਾਂ ਨੂੰ ਨਹੀਂ ਦਾਖਲਾ ਦਿੰਦੇ। ਇਹ ਖਾਰ ਕੱਢੀ ਹੂੰ ਨਾ ਉਸ ਖਾਰ ਕੱਢੀ। ਆਪਣਾ ਅਸਲਾਮ ਵਾਲੇ ਕਰ ਰਹੀ ਹੈ। ਇਹ ਸਵਾਰੀ ਕਿੱਧਰ ਆਈ? ਬੇਗਮ ਸਾਹਿਬ ਨੇ ਫੋਨ ਕੀਤਾ ਸੀ।
ਤੇ ਫਿਰ ਜਨਾਬ ਨੇ ਕੀ ਕੀਤਾ? ਚਾਰ ਦਿਨ ਬੜਾ ਭੱਜੀ ਦੌੜੀ ਆ। ਕਿਉਂ, ਤੂੰ ਕੁੱਕੜੀ ਫੜਨ ਲਈ ਸੀ? ਕੁੱਕੜੀ ਤੇ ਨਹੀਂ, ਮੈਂ ਕੁੱਤੀ ਫੜੀ ਏ। ਚਾਰ ਦਿਨ ਮੈਂ ਭੱਜੀ ਦੌੜੀ ਆ, ਫਿਰ ਪਾਰਟੀ ਕਾਬੂ ਆਈ ਏ। ਹਾਏ ਬਾਦਾਜ, ਤੂੰ ਰਿਸ਼ਤੇ ਵਾਲਿਆਂ ਨੂੰ ਪਾਰਟੀ ਕਹਿੰਦੇ ਆ? ਸਾਡਾ ਸਿਆਸੀ ਪਾਰਟੀ ਨਾਲ ਕੀ ਤਲਕ? ਸਾਡੀ ਪਾਰਟੀ ਤੇ ਕੁੜੀ ਤੇ ਮੁੰਡੇ ਵਾਲੇ ਹੁੰਦੇ ਨੇ ਜਿਹੜੇ ਸਾਡੇ ਘਰ ਦੀ ਦਾਲ ਰੋਟੀ ਚਲਾਉਂਦੇ ਨੇ। ਅੱਛਾ, ਮੈਂ ਕਿਹਾ ਤੂੰ ਸਿਰਫ ਰਿਸ਼ਤੇ ਕਰਾਉਣੀ ਆ, ਨੱਚ ਨੁੱਚ ਵੀ ਲੈਣੀ? ਜਜ਼ਬਾਤੀ ਹੋਵਾਂ ਤੇ ਨੱਚ ਪੈਣੀ। ਜਜ਼ਬਾਤੀ ਕਦੋਂ ਹੁੰਦੀ? ਜਦੋਂ ਸੁੱਕੀ ਨਹਿਰ ਵੇਖੇ। ਸੁੱਕੀ ਨਹਿਰ 'ਚ ਮੈਂ ਰਗੜਾਂ ਲਵਾਉਣੀਆਂ ਨੇ, ਮੈਂ ਟੁੱਬੀ ਮਾਰਾਂ ਤੇ ਮੇਰਾ ਨਾਕ ਹੀ ਫੀਨਾ ਹੋ ਜਾਏ। ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਵੀ ਤੂੰ ਵਿਆਹਾਂ 'ਚ ਨੱਚਣੀ ਹੈ ਜਾਂ ਵਰਕਸ਼ਾਪਾਂ 'ਚ? ਵਰਕਸ਼ਾਪਾਂ 'ਚ ਕੀ, ਕਾਰ ਦੇ ਘਰ ਸਕੂਟਰ ਹੋ ਗਿਆ? ਨਹੀਂ, ਉੱਥੇ ਕਿਸੇ ਨੇ ਇੰਜਣ ਬੰਨਿਆ ਉੱਥੇ ਨੱਚ ਪਈ, ਕਿਸੇ ਨੇ ਸਲੰਸਰ ਕਸਾਇਆ ਉੱਥੇ ਇੰਜ ਨਹੀਂ ਕਰਦਾ। ਮੁਬਲੈਲ ਵਾਲੀਆਂ ਟਾਕੀਆਂ ਵੇਲਾਂ 'ਚ ਹੋਣਗੀਆਂ ਤੈਨੂੰ।
ਟਪੂਸ ਕੇ ਟਪੂਸ ਕਮੇ ਨੜੀਆਂ ਨੜੀਆਂ ਆਪਣੇ ਕੋਲੇ ਕੱਲਾ ਹੀ ਯਾਦ ਕਰ ਦੀ ਜੀ ਸਾਹਿਬ ਜੀ ਜੀ ਸਾਹਿਬ ਜੀ ਗੱਡੀ ਦਾ ਤੇਲ ਭਰ ਚੈੱਕ ਕਰ ਲੈ ਨਾ ਸਾਹਿਬ ਜੀ ਜਰੂਰ ਨਾ ਸਾਹਿਬ ਜੀ ਸਾਹਿਬ ਜੀ ਗੱਡੀ ਦਾ ਇੰਜਨ ਕੋਈ ਬਾਹਰ ਰੱਖ ਗਿਆ ਨੇ ਕੌਣ ਹੈ ਵੇ ਤੂੰ ਮਿੱਕੀ ਬਹੁਤ ਵੱਡਾ ਪਹਾੜੀਆਂ ਨੇ ਜਨਾਬ ਤੂੰ ਪਹਾੜੀਆਂ ਤੇ ਮੈਂ ਮਕਾਮੀਆਂ ਵਾਂ ਬੀਬੀ ਜੀ ਉਹ ਫਖਰ ਜ਼ਮਾਨਾ ਨਹੀਂ ਗਾ ਹਾਂ ਉਹ ਜਿਹੜਾ ਕੰਬੇ ਨਾਲ ਕੋਤਾ ਬੰਦਾ ਸੀ ਆਹੋ ਕੀ ਹੋਇਆ ਸੀ ਕੰਬੇ 'ਚ ਕਰੰਟ ਆਇਆ ਕੋਤਾ ਇਸ ਤਰ੍ਹਾਂ ਦਾ ਹੋ ਗਿਆ ਅੱਛਾ ਕੋਤਾ ਸ਼ੇਰ ਬਣ ਗਿਆ ਮੇਰੀ ਬਹੁਤ ਵੱਡਾ ਬਦਮਾਸ਼ ਹੈ ਨਾ ਜਨਾਬ ਇੱਕੀ ਬੋਝਸ ਮੈਂ ਪੇਸ਼ਕੁਸ ਰਹਿਣਾ ਇੱਕੀ ਬੋਝਸ ਮੈਂ ਕਰਕਰ ਕਰਨਾ ਚਾਕੂ ਰਹਿਣਾ ਲੈ ਸਾਡਾ ਕੀ ਤਰ੍ਹਾਂ ਦਾ ਬਦਮਾਸ਼ਾ ਨਾਲ ਇੱਕ ਦਫਾ ਤਾਂ ਅਸੀਂ ਪੂਰੇ ਮੈਂ ਜੰਗਲ ਵਿੱਚ ਗਿਆ ਅੱਛਾ ਅਗੋ ਸ਼ੇਰ ਤੇ ਸੂਰ ਕਟੇ ਆ ਗਏ ਅੱਛਾ ਮਾਰੇ ਬੰਦੂਕ ਵਿੱਚ ਇੱਕ ਗੋਲੀ ਅੱਛਾ ਮੈਂ ਗੋਲੀ ਚਲਾਈ ਸ਼ੇਰ ਮਰ ਗਿਆ ਤੇ ਸੂਰ ਇਹ ਬੈਠਾ ਚੱਲ ਕੰਮ ਕਰ ਜ਼ਲੀਲ ਮੈਂ ਤਾਂ ਸਾਨੂੰ ਇੱਕ ਮਜ਼ੇਦਾਰ ਕਿੱਸਾ ਸੁਣਾ ਸਾ ਸੁਣਾ ਮੀਰ ਜ਼ਮਾਨਾ ਨਹੀਂ ਗਾ ਮੀਰ ਜ਼ਮਾਨਾ ਮੀਰ ਜ਼ਮਾਨਾ ਮੀਰ ਜ਼ਮਾਨਾ ਨੇ ਖੋਤੀ ਪੋਪੀ ਪਹਾੜੀ ਦੇ ਪਿੱਛੇ ਜਾ ਕੇ ਕੁਥਾ ਮੀਰ ਜ਼ਮਾਨਾ ਨੇ ਖੋਤੀ ਪੋਪੀ ਪਹਾੜੀ ਦੇ ਪਿੱਛੇ ਜਾ ਕੇ ਤੇ ਉਹ ਕੁਥਾ ਸਮਝ ਨਹੀਂ ਆਉਂਦਾ ਤੈਨੂੰ ਸਿਗਰਟ ਪੀਣ ਵਾਲੀ ਔਰਤ ਮੀਰ ਜ਼ਮਾਨਾ ਨੇ ਖੋਤੀ ਪੋਪੀ ਪਹਾੜੀ ਦੇ ਪਿੱਛੇ ਜਾ ਕੇ ਅੱਛਾ ਕੁਥਾ ਉਹ ਤੈਨੂੰ ਸਮਝ ਕਿਉਂ ਨਹੀਂ ਆਉਂਦਾ ਵਾ ਮੇਰ ਜ਼ਮਾਨਾ ਨੇ ਖੋਤਿਆ ਪੋਪੀ ਪੌੜੀ ਦੇ ਪਿੱਛੇ ਜਾ ਕੇ ਕੁਥਾ ਸਾਹਿਬ ਜੀ ਗੱਡੀ ਦਾ ਤੇਲ ਪਾਣੀ ਚੈੱਕ ਕਰ ਲਿਆ ਜ਼ਰੂਰ ਨਾ ਸਾਹਿਬ ਜੀ ਉਹ ਕਰੀਮ ਕਿੱਥੇ ਮਰ ਗਿਆ ਤੂੰ ਇੱਕਦਮ ਨਹੀਂ ਨਾ ਹੁਸਨ ਵੇਖੀ ਦਾ ਅਸਤਗਫਾਰ ਮੇਰੇ ਮਾਲਕ ਇਹ ਕੀ ਆ ਇਹ ਲੀਡ ਲਈ ਲੋ ਜੀ ਲੋਕਾਂ ਦਾ ਮਰ ਕੇ ਇਸ ਤਰ੍ਹਾਂ ਦਾ ਮੂੰਹ ਹੁੰਦਾ ਇਹਦਾ ਜ਼ਿੰਦਗੀ ਕੇ ਹਜ਼ਰਤ ਜਨਾਜ਼ੇ ਵਰਗਾ ਮੂੰਹ ਇਹ ਵੇਖ ਲਓ ਹੁਣ ਤੁਸੀਂ ਕੀ ਵੇਖ ਲਾ ਮੈਂ ਇਹ ਤੁਹਾਡੀਆਂ ਅੱਖਾਂ 'ਚ ਜਿਹੜੀ ਵਹਿਸ਼ਤ ਨਜ਼ਰ ਆਉਣ ਡਈ ਇਹਨੂੰ ਮੈਂ ਸਭ ਸਮਝਨੀ ਆ ਔਰਤਾਂ ਨੂੰ ਸਭ ਕੁਝ ਨਜ਼ਰ ਆਉਂਦਾ ਹੈ ਉਹ ਤੂੰ ਨਾ ਔਰਤਾਂ 'ਚ ਨਾ ਬੰਦਿਆਂ 'ਚ ਤੂੰ ਹੈ ਕੀ ਆ ਹੈ ਕੀ ਅੱਛਾ ਹੁਣ ਮੈਂ ਹੈ ਕੀ ਆ ਕੀ ਆ ਤੂੰ ਤੇ ਉਹ ਬਾਗ 'ਚ ਮੈਨੂੰ ਜਾ ਕੇ ਕੀ ਕਹਿੰਦੇ ਸੋ ਮੈਨੂੰ ਕਹਿੰਦੇ ਮੇਰੀ ਪਦਮਣੀ ਕੋਲਾਪੁਰੀ ਮੇਰੀ ਰੇਖਾ ਮੇਰੀ ਗਵਾਸ ਨਾ ਕਹਿ ਦੇ ਇਹ ਹੁਣ ਬਦੀਦ ਹੋਇਆ ਕੋਈ ਗੱਲ ਨਹੀਂ ਕੀ ਹੋਇਆ ਕੱਲ ਤੂੰ ਚੜਾਈ ਕਰਨਾ ਮੇਰੇ ਠੀਕ ਹੈ ਫਿਰ ਮੈਂ ਬੱਚੇ ਲੈ ਕੇ ਕਿੱਥੇ ਜਾਵਾਂ ਕਿਹੜੇ ਬੱਚੇ ਉਹ ਕੁੱਤੀ ਦੇ ਬੱਚਿਆਂ ਦੀ ਗੱਲ ਦੱਸੋ ਰੇਖਾ ਪਤਨੀ ਕੋਲ ਆਪਣੀ ਨੂੰ ਪਤਾ ਲੱਗਿਆ ਤੇ ਤੋੜੀ ਪੈਣੀ ਉਹਨਾਂ ਨੂੰ ਮੈਂ ਕਿਹਾ ਚਿੱਚੜ ਦੇ ਮੂੰਹ ਵਾਲੇ ਨੂੰ ਸੱਦਿਆ ਕਰ ਲਈ ਇੱਥੇ ਇਹ ਦੇਖ ਲਓ ਹੁਣ ਚਿੱਚੜ ਦਾ ਕਾਦ ਇਹ ਦੇਖ ਲਓ ਹੁਣ ਤੁਸੀਂ ਮੈਂ ਵੇਖਿਆ ਤੈਨੂੰ ਸਾਰੀ ਉਮਰ ਮੇਰੇ ਕੋਲ ਟਾਈਆਂ ਬਣਵਾਈਆਂ ਨੇ ਤੁਸੀਂ ਇਹ ਕਾਦੇ ਨਹੀਂ ਸੱਦਿਆ ਇਹਨੂੰ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ 4-5 ਦਿਨ ਪਹਿਲੇ ਤਾਜ ਨਾਲ ਗੱਲ ਕੀਤੀ ਸੀ ਆਪਣੀ ਬੁਸ਼ਰਾ ਦੇ ਰਿਸ਼ਤੇ ਵਾਸਤੇ ਕੀ ਕਰਦੇ ਹੋ ਅੱਲਾ ਨੇ ਸਾਨੂੰ ਇੱਕੋ ਇੱਕ ਧੀ ਦਿੱਤੀ ਹੈ ਤੁਸੀਂ ਉਹਨੂੰ ਵਿਆਹ ਕੇ ਕਰੋ ਬਾਹਰ ਕੱਢਣਾ ਚਾਹੁੰਦੇ ਹੋ ਦੇਖੋ ਇਹ ਧੀਆਂ ਪੁੱਤਰਾਂ ਦੇ ਜਿਹੜੇ ਰਿਸ਼ਤੇ ਹੁੰਦੇ ਆ ਇਹਨਾਂ ਦੇ ਜੋੜੇ ਅਸਮਾਨਾਂ ਤੇ ਬਣਦੇ ਹਾਂ ਜੋੜੇ ਤੇ ਅਸਮਾਨਾਂ ਤੇ ਬਣਦੇ ਨੇ ਮੈਂ ਇੱਕ ਦਿਨ ਕਬਰਸਤਾਨ ਦੇ ਕੋਲੋਂ ਲੰਘੀ ਜਾਵਾਂ ਮੈਂ ਕਿਹਾ ਮੇਰੇ ਅੱਲਾ ਮੇਰਾ ਜੋੜਾ ਕਦੋਂ ਬਣੇਗਾ ਪਰ ਇੱਕ ਕਬਰ ਤੇ ਨਸ਼ਈ ਬੈਠਾ ਸੀ ਕਹਿੰਦਾ ਆ ਜਾ ਜੋੜਾ ਬਣਿਆ ਉਹ ਫਿਰ ਮੈਂ ਦੋ ਕੁ ਕਛ ਲਾ ਕੇ ਅੱਖਾਂ ਟੀਰੀਆਂ ਕਰਕੇ ਫਿਰ ਮੈਂ ਨਿਕਲਿਆ ਇਹਨੂੰ ਕਰਨਾ ਆਉਣ ਦਿਆ ਕਰੋ ਇਹਨੂੰ ਕਿਉਂ ਸੱਦ ਲਿਆ ਤੁਸੀਂ ਦੇਖੋ ਮੈਂ ਚੱਲਿਆ ਕਰਾਚੀ ਮੈਂ ਦੋ ਦਿਨ ਤੱਕ ਆਵਾਂਗਾ ਤੁਸੀਂ ਪਹਿਲੇ ਆ ਨਹੀਂ ਪਤਾ ਕਰਨਾ ਮੁੰਡਾ ਕੀ ਕਰਦਾ ਮੁੰਡਾ ਜੀ ਖੁਰਕ ਕਰਦਾ ਘੋੜਿਆਂ ਨੂੰ ਇਹਨੇ ਪੌਂਕ ਜਾਣਾ ਪਤਾ ਕਰਨਾ ਮੁੰਡੇ ਦਾ ਖਾਨਦਾਨ ਕੀ ਹੈ ਕੀ ਕੰਮ ਕਰਦਾ ਨਾਲੇ ਹਾਂ ਨਾ ਮੇਰੇ ਆਉਣ ਤੇ ਕਰਨੀ ਹੈ ਮੈਂ ਕਹਿੰਦਾ ਕਹਿੰਦੇ ਸਰ ਤੁਸੀਂ ਕਰਾਚੀ ਕੱਲ ਚਲੇ ਜਾਂਦੇ ਉਹ ਤੁਸੀਂ ਸਮਝਦੇ ਨਹੀਂ ਉੱਥੇ ਬਿਜ਼ਨਸ ਮੀਟਿੰਗ ਹੈ ਮੈਨੂੰ ਜਾਣ ਦਿਓ ਚਲੋ ਜਾਓ ਲੇਕਿਨ ਮੈਂ ਯਾਦ ਰੱਖਣਾ ਉਹੀ ਬਾਤ ਆ ਜਿਹੜਾ ਤੁਸੀਂ ਕਿਹਾ ਸੀ ਮਿਲਣ ਦਾ ਕਿਹੜਾ ਬਾਤ ਆ ਤੁਸੀਂ ਕਿਹਾ ਨਹੀਂ ਉਹ ਜੁਮੇ ਵਾਲੇ ਦਿਨ ਉੱਥੇ ਟਿੰਗੇ ਫਾਟਕ ਤੇ ਸਾਈਕਲਾਂ ਦੀ ਦੁਕਾਨ ਜਿੱਥੇ ਦਰਖਤ ਤੇ ਟਾਇਰ ਟੰਗਿਆ ਹੈ ਤੈਨੂੰ ਹਾਂ ਮੈਂ ਹਾਂ ਮਿਲਦਾ ਹਾਂਜੀ
ਜਿਸ ਕੰਮ ਲਈ ਤੂੰ ਮੈਨੂੰ ਮਿਲਣਾ ਚਾਹੁੰਦਾ, ਮੈਂ ਤੇਰੀ ਸ਼ਕਲ ਵੇਖਣਾ, ਮੈਨੂੰ ਉਸ ਕੰਮ ਤੋਂ ਨਫ਼ਰਤ ਹੋ ਜਾਣੀ। ਚੰਗੀ ਰਹੀ ਆਪਣੀ ਇੱਜ਼ਤ ਕਰਵਾ ਕੇ, ਸਾਡੇ ਨਾਲ ਤਾਂ ਹੁੰਦੀ ਕੁੱਤੇ ਵਾਲੀ। ਤੁਸੀਂ ਬਹਿ ਜਾਓ, ਤੁਰਾਣਾ ਵੱਜ ਗਿਆ, ਬਹਿ ਜਾਓ। ਪ੍ਰਾਹੁਣੇ ਆ ਰਹੇ ਨੇ ਮੇਰੇ ਖਿਆਲ। ਸਾਰੇ ਬਾਲ ਚੋ ਕੇ ਮੂੰਹ ਚ ਫਸ ਗਏ ਨੇ। ਬੇਟਾ ਮੇਰਾ ਪਰ ਪਲਿਆ ਮੱਝਾਂ ਚ,
تشریف رکھو. لا دے جی ٹیرے لا دے. کیسا ماشاءاللہ کیسا خوبصورت. میں کہ بابا جی میں تم 2000 روپیہ جرمانہ کراں گا. کیوں؟ جو تو تسی میری گڈی اصل میں ٹیکسی ڈرائیور ہاں جی میری گڈی چ بیٹھ کے آئے. اچھا اچھا میں نے تو بیٹا نہیں جی. تے پھر کی ہویا ٹیکسی ڈرائیور وی تے کسے دا بیٹا ہوندا ہے. ہاں او تے ہوندا جی لیکن انہاں نے تے کہتا پہلے دساں جدو تسی میری گڈی نو ہاتھ دتا تسی مینوں دسیا نہیں کیا لد کے لے جانا. میں تانو 3000 روپے جرمانہ کراں گا. او کادا تو اونوں ڈگی چ رکھن دی بجائے تو اونوں سیٹ تے بٹھا لیا. میں تانو 3000 ہور جرمانہ کراں گا. کیوں؟ اینے گڈی چ بیٹھے ہیں میری پوشش کھان دی کوشش کیتی ہے. میں تانو 10000 جرمانہ کراں گا. او کادا تو ایہو جیاں سواریاں واسطے گڈی چ توڑی کیوں نہیں رکھدا. کی ہو گیا میں جڑی تانو اوہی فضول گلاں توڑی ڈگی. کل سے یہ میں ملک چھوڑ رہا ہوں. تو کہاں شفٹ ہو گئے ڈاکٹر صاحب؟ شیخو پورا شفٹ ہو جائے. شیخو پورا سے تم پہلے بھی 2 دفعہ ڈیپورٹ ہو چکے ہو. اوتھوں میں مچا گڈی جا رہے ہیں بھائی. کدھر ہور کوئی بڑا سارا ہاتھ دیکھو. اور تمہارا ویزا شیخو پورے کا ایکسپائر ہو چکا ہے. کیسے جاؤ گے وہاں؟ ایکسیلنٹ. اے میں کہا تو تہاڈا گھر بڑا مضبوط ہے جی ماشاءاللہ. تے تسی کی ٹھیکیداری کرنی ہے؟ کون ہے بھائی قسمہ کھا کے کھٹے کنوں ویچن والے آ؟ اوئے اسی ایتھے ٹھیکیداری نہیں رشتہ داری کرن آیا. جڈا مضبوط گھر سی اوڈے مضبوط بندے ڈھاون والے لیاندے نے. کیدی ہے مایا عملہ دی وڈی بوتل ہے؟ تھپڑ مارا گا بایا عملہ دی بوتل نہیں. بے وقوفا انہاں دا بیٹا انہاں نوں شیل والے نے دتا ہی. اچھا 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 تسی ٹینکی فل کرائی ہونی انہوں نے خوش ہو کے دیتا ہے. انہوں نے ناراض ہو کے دیتا. کیا؟ اے روز انہوں نے پٹرول پی جانتا سی. تسی رشتہ لینے آئے جی؟ اور اسی اتھے کیبل ٹھیک کر لیا ہے. تم بچائے فضول لوگوں سے گفتگو کرنے کے اپنی ہونے والی ممی سے باتیں کرو. کیا بازی نہ کریا کرو اس طرح دو میں نزدیک آپس چواج کے چل جان گے. چلا جا کے ممی سے چلا جا. نہیں میں نہیں مار دے رہے نے میں نہیں مار دے رہے نے. پھر کیا ہے یہ میں یتیم ہوں تھے تو آڈے کو دے اسی بس مزاق ہے ہمارے باپ بیٹے کا. تو اسی پچھلے جمعے میں نے زیادتی کی تھی جتن میں دساں. بس غلطی ہو گئی یار معاف کر دے دسی نہ ان کے ساتھ راز دی گل. اے ہو جی گل یار نہیں اکو تو بس تب نہیں اے گل بس پھر ہو گئی پھر میں تے دس کے جانا. نہیں 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 زیادتی ہوندی ہے میں تانوں دس دتے کی کی دسو سرکس تے تمبو ٹھوکن والے آ زیادتی دس زیادتی 10 روپے تے انہاں کولوں منجن لیا داڑ ہون تک دکھدی ہون جی. جی چل سوالات ہو جائے میں تہاڈے کولوں پوچھ لے گیا بھوجن جی. اچھا اس پہلے یہ دسو تہاڈے جو پیو کون ہے تے پتر کون ہے؟ ایک ہفتہ ہوندا ہے باقی ہفتہ میں ہوں. بے وقوف میرا بیٹا ہے وہ چھلے کا. اچھا میری نانی نے دعا دیتی سی کہ انہاں تینوں 7 پتر دے. اچھا او 7 تے ہوئے کوئی نہیں 7 ورگا کلا ہی ہو. چلو کوئی نہیں تہاڈا 250 روپے لگنا آ رہے تے لے جاؤ 7 کرا لو. دے دیکھا میں نے تم کو کہا تھا ڈیڈی میری شادی نہ کرو مینو برف والا پھٹا لوا دیو. میں کہ شادی کرنے واسطے آئے ہو؟ ہاں کوئی خدا دا خوف کھاؤ جہو جہاں دا وجود ہے او دا عرس کراؤ تسی. کوئی 100 ملنگ اکٹھا کر کے انہوں ڈانگا مرواؤ تسی. صحیح گل میں تے کہنا ایک مہینہ ہور پٹھے پاؤ وڈی تے تول کے ویچ لینا. انٹرویو ہون لگا. اے جی جی سب تو پہلے تسی میرے دسو کہ تسی پڑھے ہو. جی میں کالا علم پڑھے ہیں. اے کینی اچ پڑھدا رہ جی. اچھا ਤੁਸੀਂ ਮੇਰਾ ਖਿਆਲ ਕੂਲਰਾਂ ਨੂੰ ਟੂਟੀਆਂ ਵੀ ਲਾਉਂਦੇ ਹੋ ਨਾ? ਹੁਣ ਮੈਂ ਬਿਜ਼ਨਸ ਬਦਲ ਲਿਆ ਬਸ ਜੀ. ਆ ਤੁਹਾਡੀ ਕੌਮ ਕੀ ਹੈ? ਅਸੀਂ ਚੰਗੜ ਹੁੰਦੇ ਹਾਂ ਜੀ.
ਮੈਂ ਕਾਗਜ਼ਾਂ ਦੇ ਵਿੱਚ ਮਲਕ ਲਖਵਾ ਗਿਆ। ਤੁਸੀਂ ਜਿੱਥੇ ਜਿੱਥੇ ਮਲਕ ਲਗਾਇਆ ਨਾ ਉੱਥੇ ਉੱਥੇ ਮਲਮ ਲਵਾ ਲਓ, ਬਟਾਲੀਅਨ ਵਿੱਚੋਂ ਨਿਕਲ ਜਾਏ। ਨਹੀਂ ਫੇਰ ਵੀ ਕਿਸੇ ਬੰਦੇ ਦਾ ਕੋਈ ਕਾਰੋਬਾਰ ਤੇ ਹੁੰਦਾ ਹੈ ਨਾ। ਕਾਰੋਬਾਰ ਦਰਸਲ ਮੰਮੀ ਐਕਚੁਅਲੀ ਮੇਰਾ ਨੋਟਾਂ ਦਾ ਹੈ। ਉਹ ਕੀ ਜੀ? ਮੈਂ ਵੈਗਨਰ ਠੀਪੇ ਦੇਣਾ ਜੀ। ਹੇ ਹੀ ਇਜ਼ ਅ ਮਨੀ ਐਕਸਚੇਂਜਰ, ਮਨੀ ਐਕਸਚੇਂਜ। ਓਹ ਯੈਸ ਯੈਸ। ਲੰਡਨ ਦੇ ਵਿੱਚ? ਹਾਂ ਲੰਡਨ। ਲੰਡਨ ਦੇ 33 ਨੰਬਰ ਚੱਲਦੀ ਹੈ। ਸਹੀ ਕਹਿ ਰਹੇ ਹੋ। ਉੱਥੇ ਵੀ ਚੱਲਦੀ ਹੈ ਤਾਂ ਨਹੀਂ ਪਤਾ। ਜੀ ਖਾਣੇ 'ਚ ਕੀ ਪਸੰਦ ਹੈ? ਖਾਣੇ 'ਚ? ਹਾਂ ਜੀ। ਕੀ ਕਾਬਲੇ ਲੋਹੇ ਦੀਆਂ ਚੀਜ਼ਾਂ ਹਰਾਮ, ਕਿੱਲ ਕਾਬਲੇ ਵਾਸ਼ਲਾ ਨਟ, ਬੋਤਲਾਂ ਦੇ ਢੱਕਣ, ਬੱਚਿਆਂ ਦੇ ਬੂਟ। ਇਹਨੂੰ ਪਤਾ ਹੀ ਨਹੀਂ ਕਿ ਤੂੰ ਇੱਟਾਂ ਵੀ ਖਾ ਜਾਂਦਾ। ਉਹ ਤਾਂ ਤੁਹਾਡੀ ਵੇਲੇ ਦਾ ਖਾਂਦਾ ਨਾ। ਇੱਟਾਂ ਦੇ ਉੱਤੇ ਕੈਚਅਪ ਪਾ ਕੇ ਕੀ ਮਜ਼ੇ ਨਾਲ ਖਾਂਦਾ ਤੁਸੀਂ ਦੇਖ ਲਵੋ। ਹਰ ਹਰ ਬੰਦੇ ਕੀ ਵਾਲ ਐਵੇਂ ਨਹੀਂ ਉੱਡਦੇ। ਔਰ ਇਹਨਾਂ ਨੂੰ ਪਤਾ ਕਿ ਅੱਜ ਕੱਲ੍ਹ ਮੈਂ ਡਾਇਟ ਕਰ ਰਿਹਾ, ਮੈਂ ਰੇਤ ਉੱਤੇ ਗੁਜ਼ਾਰਾ ਕਰ ਰਿਹਾ। ਤੁਹਾਨੂੰ ਖੇਡ ਕਿਹੜੀ ਪਸੰਦ ਹੈ? ਕਿਸੇ ਦੀ ਕੰਧ ਢਾ ਦੇਣੀ, ਬੱਚਿਆਂ ਦੀਆਂ ਜੁੱਤੀਆਂ ਫਾੜ ਦੇਣੀਆਂ, ਟੀਵੀ ਪਿੱਛੋਂ ਖੋਲ ਕੇ ਪਿੱਛੋਂ ਧੌਣ ਧੌਣ ਦੇਣੀ, ਆ ਗਲੀ 'ਚ ਟੁਰੇ ਜਾਂਦੇ ਕੁੱਕੜੀਆਂ ਮਿੱਧ ਦੇਣੀਆਂ, ਸੁੱਤਾ ਕੁੱਤਾ ਚੁੱਕ ਕੇ ਕੰਧ 'ਚ ਮਾਰਨਾ। ਸੁੱਤਾ ਕੁੱਤਾ ਚੁੱਕ ਕੇ ਕੰਧ 'ਚ ਮਾਰਨਾ, ਸੱਟ ਤਾਂ ਨਹੀਂ ਲੱਗੀ? ਨਹੀਂ। ਤੇਰੀ ਗੱਲ ਸੁਣ ਕੇ ਬੜਾ ਹਾਸਾ।
ਅੱਛਾ ਸ਼ੇਰੀ ਬੇਟਾ ਜੀ, ਤੁਸੀਂ ਲੰਡਨ ਤੋਂ ਹਮੇਸ਼ਾ ਵਾਸਤੇ ਆਏ ਹੋ 4-5 ਮਹੀਨੇ ਦੀਆਂ ਛੁੱਟੀਆਂ ਲੈ ਕੇ? ਨਹੀਂ ਜੀ, ਪਿਛਲੇ ਜੁਮੇ ਉਹਨਾਂ ਨੇ ਛਿੱਤਰ ਮਾਰ ਕੇ ਕੱਢਿਆ ਜੀ। ਇਹ ਮਲਕਾ ਬਰਤਾਨੀਆ ਦੇ ਘੋੜੇ ਦੇ ਪੱਠੇ ਖਾ ਗਏ ਸਨ। ਕਿਸੇ ਤੇ ਇਨਸਾਨ ਨਹੀਂ ਲਾਈਦਾ, ਇਹ ਪੱਠੇ ਨਹੀਂ ਖਾ ਗਏ ਸਨ, ਇਹ ਘੋੜਾ ਹੀ ਖਾ ਗਿਆ ਸਨ। ਨਹੀਂ ਜੀ ਨਹੀਂ, ਦਰਸਲ ਇਹ ਤੂੰ ਇਹਦੇ ਨੁਕਸ ਕਿਉਂ ਕੱਢਣੇ ਆ? ਸਿੱਧੀ ਗੱਲ ਹੈ, ਰਿਸ਼ਤਾ ਦੇਣਾ ਦੇ, ਨਹੀਂ ਦੇਣਾ ਨਾ ਦੇ। ਪਲੀਜ਼ ਮੇਰੇ ਹੁਸਨ ਨੂੰ ਡਾਇਮੰਡ ਮਤ ਕਰ। ਹਸੀਨ ਅੱਛਾ ਦਾਨਿਆਲ ਜੀ, ਕੀ ਕਹਿ ਰਹੇ ਭਈਆ? ਹਾਂ ਅੱਛਾ, ਐਕਚੁਅਲੀ ਮੰਮੀ ਮੈਂ 2 ਵੀਕ ਦੀ ਛੁੱਟੀ ਉੱਤੇ ਆਇਆ ਔਰ 15 ਦਿਨ ਦੀ ਛੁੱਟੀ ਇੰਗਲੈਂਡ ਦੇ ਲੋਕਾਂ ਦੀ ਬੜੀ ਹੈਰਤ ਵਾਲੀ ਗੱਲ ਹੈ। ਉੱਥੇ ਕੋਈ ਛੁੱਟੀਆਂ ਕਰੇ ਵਿਹਲਾ ਬੈਠੇ ਤੇ ਹੋ ਹੀ ਨਹੀਂ ਸਕਦਾ। ਇੱਥੇ ਕੋਈ ਰੱਜ ਕੇ ਕੰਮ ਕਰੇ ਤੇ ਬਕਾਇਦਗੀ ਨਾਲ ਡਿਊਟੀ ਤੇ ਜਾਏ, ਇਹ ਹੋ ਹੀ ਨਹੀਂ ਸਕਦਾ। ਬਿਲਕੁਲ ਸਹੀ, ਮੈਂ ਤੇ ਆਰਾਮ ਨੂੰ ਹਰਾਮ ਸਮਝਦੀ ਹਾਂ। ਤੂੰ ਤੇ ਹਰਾਮ ਨੂੰ ਹਰਾਮ ਨਹੀਂ ਸਮਝਦੀ ਓਏ ਅੰਮੀ ਹੋਰੀ ਨੇ ਦਫਾ। ਮੈਂ ਇਹ ਜੰਮਣਾ ਸੁੱਕੇ ਟੁੱਕਰ ਦਾ ਮੂੰਹ ਵਾਲਾ। ਇਹ ਜਦੋਂ ਹੋਇਆ ਤੇ ਅਜੀਬ ਨਹੀਂ ਮੈਂ ਹੋਇਆ ਨਾ, ਨਹੀਂ ਹੁੰਦਾ। ਕਿਉਂ ਨਹੀਂ ਤੂੰ ਹੁੰਦਾ ਹੈ? ਚੱਲ ਇਹ ਜਦੋਂ ਹੋਇਆ ਅਜੀਬੋ ਗਰੀਬ ਐਲਾਨ ਹੋਇਆ ਕਿ ਹਜ਼ਰਾਤ ਭੈਣ ਨਜ਼ੀਰਾਂ ਦੇ ਕੋਲ ਕੋਈ ਬੰਬ ਰੱਖ ਗਿਆ। ਜਦੋਂ ਇਹ ਹੋਇਆ ਮੁਸੀਤੇ ਐਲਾਨ ਹੋਇਆ। ਉਹ ਕੀ ਜੀ? ਹਜ਼ਰਾਤ ਜਿਹੜੀ ਗੱਲ ਦਾ ਡਰ ਸੀ ਉਹ ਹੋ ਗਈ ਜੇ। ਚੱਲ ਉੱਧਰ ਗੱਲ ਕਰ। ਸਾਨੂੰ ਬੱਚੀ ਵਿਖਾਓ ਜੀ ਗੱਲ। ਸ਼ਾਇਦ ਮੇਰਾ ਫੋਨ ਆ ਗਿਆ। ਤੁਸੀਂ ਮੇਰਾ ਖਿਆਲ ਸਾਈਕਲ ਤੇ ਮੇਥੀ ਵੀ ਵੇਚਦੇ ਹੋ ਨਾ ਜੀ? ਚਲੋ ਸਾਨੂੰ ਬੱਚੀ ਵਿਖਾਓ। ਰੈਡੀ? ਇਹ ਟੈਕਸੀ ਡਰਾਈਵਰ ਵੀ ਪਤਾ ਨਹੀਂ ਤੁਸੀਂ ਕਿੱਥੋਂ ਫੜ ਲਿਆ ਹੋ। ਕਿੱਥੋਂ ਫੜ ਲਿਆ ਆ? ਤੁਸੀਂ ਆਪ ਹੱਥ ਦੇ ਕੇ ਗੱਡੀ ਰੋਕੀ, ਮੈਂ ਤੁਹਾਡੇ ਘਰ ਆਇਆ ਸਾਂ। ਓਹੋ, ਹੈਲੋ, ਕਿਆ ਕਿਆ ਕਹਿ ਰਹੀ ਹੋ? 7 ਰੁਪਏ ਬੈਲੈਂਸ? ਮੁੰਡਾ ਨਾਰਾਜ਼ ਹੋ ਕੇ ਚਲਾ ਗਿਆ।
ਉਹਨੂੰ ਲੜਕੀ ਪਸੰਦ ਨਹੀਂ ਆਈ। ਕਿਉਂ, ਕੀ ਵਜ੍ਹਾ ਹੋਈ? ਸਾਨੂੰ ਮਸ਼ਰਕੀ ਲੜਕੀ ਚਾਹੀਦੀ ਹੈ ਜਿਹੜੀ ਮਸ਼ਰਕੀ ਲੱਗੇ। ਮਸ਼ਰਕੀ? ਹਾਂ, ਕੁੜੀ ਲੈ ਜਾਓ, ਮਸ਼ਰਕ 'ਚ ਜਾ ਕੇ ਵਿਆਹ ਕਰ ਲੈਣਾ। ਮੇਰੀ ਬੇਟੀ ਪੁੱਛਣਾ ਬਿਲਕੁਲ ਮਸ਼ਰਕੀ ਲੜਕੀ ਹੈ। ਬਿਲਕੁਲ ਨਹੀਂ, ਅਸੀਂ ਨਹੀਂ ਮੰਨਦੇ। ਤੁਹਾਨੂੰ ਗਲਤ ਫਹਿਮੀ ਹੋਈ ਹੈ, ਆਓ ਤੁਹਾਨੂੰ ਮੈਂ ਅੰਦਰ ਮਿਲਵਾ ਦਿੰਦੀ। ਚਲੋ ਚਲੋ। ਇਹ ਲੜਕੀ ਹੈ ਤੁਹਾਡੀ? ਹੈ ਡੌਰ ਬਡੌਰ ਕੇ ਜੀ, ਇਹ ਮੇਰੀ ਬੇਟੀ ਹੈ ਤੇ ਆਪਣੇ ਡਰਾਮੇ ਦੀ ਰਿਹਰਸਲ ਕਰ ਰਹੀ ਹੈ। ਕੀ ਕਹਿ ਰਹੇ ਹੋ, ਕੀ ਕਹਿ ਰਹੇ ਹੋ ਜੀ? ਡਰਾਮੇ ਦੀ ਰਿਹਰਸਲ ਕਰ ਰਹੀ ਹੈ। ਡਰਾਮਾ? ਡਰਾਮਾ? ਮੈਂ ਡਰਾਮਿਆਂ ਨੇ ਤੇ ਕਰ ਖੜਾ ਤਵਾ ਮੇਰੀ ਜਾਤਾ। ਡਰਾਮੇ ਵਾਲਿਆਂ ਤੋਂ ਇੰਨੀ ਨਫ਼ਰਤ? ਇਹ ਦੋ ਗੱਡੀਆਂ ਜਿਹੜੀਆਂ ਲੈ ਕੇ ਪਹਿਲਾਂ ਡਰਾਮੇ ਦੀ ਕਮਾਈ। ਮੈਂ ਨਹੀਂ ਚਾਹੀਦਾ ਇਹ ਰਿਸ਼ਤਾ। ਓਹੋ ਅੰਕਲ, ਇਹ ਡਰਾਮੇ ਕੀ ਰਿਹਰਸਲ ਹੋ ਰਹੀ ਥੀ? ਮੈਂ ਸੱਸੀ ਹੂੰ ਔਰ ਇਹ ਪੁੰਨੂ ਹੈ। ਤੂੰ ਸੱਸੀ ਹੈ ਤੇ ਪੁੰਨੂ ਹੈ ਤੇ ਮਾਂ ਨੂੰ ਹੀਰ ਬਣਾ ਕੇ ਮੈਨੂੰ ਰਾਂਝਾ ਬਣਾ ਲਾ। ਮੈਂ ਸਹਿਬਾ ਤੇ ਤੂੰ ਮਿਰਜ਼ਾ। ਜਾ ਪਰੇ ਮਰ, ਨਾ ਸਹਿਬਾ ਲੱਭੇ ਨਾ ਮਿਰਜ਼ਾ ਬਚੇ। ਓਹੋ, ਕੀ ਹੋ ਗਿਆ ਆਪਕੋ ਡੱਡੂ ਅੰਕਲ? ਵੇਖੋ ਤੇ, ਮੈਨੂੰ ਡੱਡੂ ਕਹਿ ਰਹੀ ਹੈ? ਮੈਂ ਲੜਕੀ ਹੂੰ। ਇਹ ਲੜਕੀ ਹੈ ਤੇ ਇਹਦਾ ਵਿਆਹ ਨਹੀਂ ਹੋ ਰਿਹਾ, ਇੰਨੀ ਦੇਰ ਹੋ ਗਈ, ਇਹਨੂੰ ਮੁੱਛਾਂ ਨਿਕਲ ਆਈਆਂ ਨੇ। ਉਹਨੇ ਗੈਟਅਪ ਕੀਤਾ ਹੈ, ਦੇਖੋ ਇਹ ਦੇਖੀ। ਚਲ ਚਲੋ, ਸਾਨੂੰ ਪਸੰਦ ਤੁਸੀਂ ਪਿੱਛੇ ਡੋ, ਰਾਸਤਾ ਛੋੜੋ। ਇਹ ਬੰਨੋ, ਇਹ ਬੰਨੋ, ਇਹ ਭਗਤ ਸਿੰਘ, ਇਹ ਬਾਹੂ ਜਾਓ ਆਓ। ਜ਼ਬਾਟੀ ਜ਼ਬੀਨੀ ਜ਼ਬੂਕੇ ਪਿੱਛੇ ਡੋ ਜੀ। ਕੈਸੀ ਲੱਗੀ ਤੁਹਾਨੂੰ? ਚਲੋ ਮਰਾਸੀ ਹਸਾਓ ਮੈਨੂੰ। ਚਲੋ ਮਰਾਸੀ ਹਸਾਓ, ਚੰਗਣ ਨੂੰ ਫਾਂਸੀ ਹੋਣ ਵਾਲੀ। ਇਹ ਰਿਸ਼ਤਾ ਮੈਨੂੰ ਨਹੀਂ ਪਸੰਦ। ਮੈਨੂੰ ਤੇ ਉਹ ਕੁੜੀ ਚਾਹੀਦੀ ਹੈ ਜਿਹੜੀ ਮਸ਼ਰਕੀ ਲੱਗੇ। 25 ਲੱਖ ਰੁਪਇਆ ਜਹੇਜ਼, 2 ਗੱਡੀਆਂ ਤੇ ਨਾਲ ਤੁਹਾਨੂੰ ਜਾਣਾ ਪੈਣਾ। ਇੱਥੇ ਰਿਸ਼ਤਾ ਕਰਨਾ ਹੈ ਕਿ ਸੌਦਾ ਕਰਨਾ ਹੈ? 25 ਲੱਖ ਕਾਹਦਾ ਹੋਏ? ਟਰਾਲੀ ਚੋਂ ਗੰਨੇ ਖਿੱਚਣ ਵਾਲੇ ਆ। 25 ਲੱਖ ਕਾਹਦਾ ਹੋਏ? ਉਹ ਚੁੱਪੀਆਂ ਹੋਈਆਂ ਗੜੇੜੀਆਂ ਫਿਰ ਚੁੱਪਣ ਵਾਲੇ ਆ। ਮੇਰੀ ਪਿਸਤੀ ਹੋਈ ਹੈ ਪਿਸਤੀ, ਹੁਣ 50 ਲੱਖ ਜਹੇਜ਼, 50 ਲੱਖ। 50 ਲੱਖ ਇਹਨੂੰ ਭਾਅ ਫੀਜਾ ਨਹੀਂ ਲੰਡਨ ਵਾਲਾ, ਉਹਦੇ ਕੋਲੋਂ ਠੀਕ ਕਰਾਉਣਾ ਪੈਣਾ। 50 ਲੱਖ ਕਾਹਦਾ? ਮੇਲੇ ਦੇ ਚਿੱਟੀਆਂ ਜਲੇਬੀਆਂ ਕੱਢਣ ਵਾਲੇ ਆ। ਓਏ ਕਾਹਦਾ 50 ਲੱਖ ਹੋਏ? ਉਹ ਝੂਠੇ ਨਿਕਾਹ ਪੜਾਉਣ ਵਾਲੇ ਆ। ਹੁਣ 75 ਲੱਖ, 75 ਲੱਖ, 75 ਲੱਖ ਕਾਹਦਾ? ਅਮੀ ਜਾਨ, ਇਹ ਕੌਣ ਲੋਕ ਸਨ? ਪੁੱਤਰ ਵਾਲੇ ਸਨ, ਧੀ ਵਾਲਿਆਂ ਦਾ ਮਜ਼ਾਕ ਉਡਾਉਣ ਆਏ ਸਨ। ਓਹੋ ਮਾਂ ਜੀ, ਝੂਠ ਦੀ ਇਸ ਦੁਨੀਆ 'ਚ ਸੱਚ ਦੇ ਸਿੱਕੇ ਨਹੀਂ ਚੱਲਦੇ। ਤੂੰ ਆਪਣਾ ਦਿਲ ਹੌਲਾ ਨਾ ਕਰ। ਕਿਵੇਂ ਦਿਲ ਹੌਲਾ ਨਾ ਕਰਾਂ? ਜਹੇਜ਼ ਮੰਗਣ ਵਾਲੇ ਲਾਲਚੀ ਲੋਕਾਂ ਨੂੰ ਕੋਈ ਇਹ ਕਿਉਂ ਨਹੀਂ ਦੱਸ ਦਿੰਦਾ ਕਿ ਧੀਆਂ ਦੇ ਮਾਂ ਪਿਓ ਕੋਲ ਕਾਰਾਂ ਕੋਠੀਆਂ ਤੇ ਬੈਂਕ ਬੈਲੈਂਸ ਮੰਗਣੇ ਛੱਡ ਦਿਓ? ਇਸ ਤੋਂ ਪਹਿਲੇ ਕਿ ਮੇਰੇ ਮੁਲਕ ਦੀ ਹਰ ਧੀ ਭੈਣ ਇਹ ਸੋਚਣ 'ਤੇ ਮਜਬੂਰ ਹੋ ਜਾਏ ਕਿ ਅੱਜ ਦੇ ਤਰੱਕੀ ਯਾਫਤਾ ਦੌਰ ਨਾਲੋਂ ਬਿਹਤਰ ਸੀ ਉਹ ਜਹਾਲਤ ਦੇ ਉਸ ਦੌਰ 'ਚ ਪੈਦਾ ਹੁੰਦੀ ਜਿੱਥੇ ਜੰਮਦੀ ਧੀਆਂ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਜਾਂਦਾ ਸੀ। ਬੁਸ਼ਰਾ, ਤੂੰ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਨਾ ਕਰਿਆ ਕਰ। ਤਾਜ, ਤਾਜ ਕਿੰਨੇ ਮਾਰੀ ਆਵਾਜ਼! ਅੱਜ ਦੇ ਬਾਅਦ ਰਿਸ਼ਤਾ ਲੈ ਕੇ ਆਉਣ ਵਾਲਿਆਂ ਨੂੰ ਦੱਸ ਦੇਈ ਕਿ ਮਲਕ ਸਜਾਦ ਦੀ ਇੱਕ ਧੀ ਬੁਸ਼ਰਾ ਨੇ, ਉਹਦੀਆਂ 3 ਧੀਆਂ ਨੇ, ਬੁਸ਼ਰਾ, ਕੁਬਰਾ ਔਰ ਰਾਬਿਆ। ਇੱਥੇ ਤਾਂ ਕੋਈ ਵੀ ਨਹੀਂ, ਕਿਸੇ ਕੋਲ ਘਰ ਚ ਤੇ ਨਹੀਂ ਲਾਇਆ। ਪਾਗਲ ਨਹੀਂ ਹੋ ਜਾਂਦਾ? ਉਹੀ ਘਰ ਵੇਖੇ, ਨਜ਼ਰ ਨਹੀਂ ਧੋਖਾ ਖਾ ਸਕਦੀ? ਉਹੀ ਸਿਨਰੀ, ਉਹੀ ਪੌੜੀਆਂ ਨੇ, ਉਹੀ ਫੋਨ ਹੈ, ਉਹੀ ਸੋਫਾ ਹੈ, ਉਹੀ ਜਿੱਠੀ ਜੀ ਨੂੰ ਕਰਾਣੀਆਂ ਲੱਗਿਆ ਨੇ। ਹੋ ਹੋਏ, ਪਰ ਵਜ੍ਹਾ ਵੇ, ਤੂੰ ਉਸ ਦਿਨ ਵਾਲਾ ਹੀ ਹੈ ਨਾ? ਉਸ ਦੇ ਨਾਲ ਕੀ ਮਤਲਬ ਹੈ ਤੇਰਾ? ਤੇਰਾ ਕੀ ਮਤਲਬ ਹੈ? ਤੂੰ ਮੈਨੂੰ ਕਿਹਾ ਉਸ ਦੇ ਨਾਲ, ਮੈਂ ਤੈਨੂੰ ਕਿਹਾ ਉਸ ਦੇ ਨਾਲ। ਮੈਂ ਵੀ ਤਾਂ ਇਹੀ ਕਹਿ ਰਹੀ ਹਾਂ ਕਿ ਤੂੰ ਉਸ ਦਿਨ ਵਾਲਾ ਹੀ ਹੈ ਨਾ, ਉਹ ਜਿਹੜਾ ਬਰਤਾਨੀਆ ਦੇ ਨੁੱਤਣ ਨੂੰ ਲੈ ਕੇ ਆਵੇ ਸੀ। ਪੂਰੀ ਗੱਲ ਵੀ ਨਹੀਂ ਸੀ ਸੁਣੀ ਤੇ ਮੈਦਾਨ ਛੱਡ ਕੇ ਨੱਸ ਗਿਆ ਸੀ। ਵੇਖ ਬੀਬੀ, ਮੇਰਾ ਝਗੜਾ ਹੀ ਨਹੀਂ ਹੋਇਆ, ਮੈਂ ਤੇ ਕਿਉਂ ਖਲੋਂਦਾ? ਉਹ ਤੈਨੂੰ ਕਿਸੇ ਹੋਰ ਊਠ ਦੀ ਸਵਾਰੀ ਨਹੀਂ ਲੱਭਦੀ? ਮਸਲਨ ਸ਼ਦਰੀਆ ਬੰਦਾ ਚੁੱਕਣਾ ਸਾਡੇ ਬੂਹੇ ਅੱਗੇ, ਮਸੰਗਾ ਬੁੱਢੀ ਚੁੱਕਣਾ ਸਾਡੇ ਘਰ ਦੇ ਵਿੱਚ। ਤੂੰ ਆਪਣੇ ਘਰ ਕੰਮ ਨਹੀਂ ਕਰਦੀ, ਤੂੰ ਸਾਰੀ ਜੜ ਮੇਰੇ ਪਿੱਛਾ ਕਰਦੀ ਰਹਿੰਦੀ। ਓਹੋ, ਕੀ ਮੈਂ ਕਿੱਥੋਂ ਸਵਾਰੀ ਚੁੱਕਣਾ, ਕਿੱਥੋਂ ਬਿਠਾਉਣਾ? ਮੈਂ ਕਹਿੰਦੀ ਤੂੰ ਉੱਥੇ ਵੇਖ ਕੇ ਨਹੀਂ ਆਵੇ?
ਮੈਂ ਇੱਥੇ ਬਹੁਤ ਕੁਝ ਵੇਖ ਲਿਆ ਬੀਬੀ ਤੇ ਤੈਨੂੰ ਵੀ ਵੇਖ ਲਾਂਗਾ ਮੈਂ। ਕੀ ਮੈਨੂੰ ਵੇਖ ਲੇਗਾ? ਮੈਨੂੰ ਵੇਖਣ ਵਾਲਾ ਜਿਉਂਦਾ ਰਵੇ। ਤੇਰਾ ਕੋਈ ਵੱਡਾ ਪੁੱਤਰ ਵੀ ਹੈਂ? ਹਾਏ ਮੈਂ ਤੇ ਆਪਣੇ ਖਾਵਨ ਦੀ ਗੱਲ ਕਰ ਰਹੀ ਆ। ਹਾਂਜੀ ਆਪਣੇ ਖਾਵਨ ਦੀ। ਤੇਰਾ ਵਿਆਹ ਹੋਇਆ? ਓ ਚੱਲ ਇਹ ਕੰਮ ਹੈ। ਹੈਂ? ਓ ਇੰਜ ਨਹੀਂ ਕਰੀਦਾ ਹੁੰਦਾ। ਸੱਚੀ? ਆ ਚੱਲ ਆ ਚੱਲ। ਹਾਂ ਓਏ ਇਨਸਾਨੀ ਕੰਮ ਨੇ ਤੇਰਾ ਇਹਦੇ ਨਾਲ ਕੀਤਾ ਲੱਗਦਾ। ਸਨੇਹ
ਓਏ ਇਧਰ ਨਾਲ ਹੋਈ ਨਾ ਚੱਲ ਜਾ ਅਸੀਂ ਖਾਣਾ ਖਾਈ ਮੇਰੇ ਕੋਲ ਓਏ ਆ ਬਾਕੀ ਤੇਰਾ ਕੌਣ ਹੈ ਸੱਚੀ ਭਾਵੇਂ ਮੀ ਅਭੀ ਵੀ ਲੱਗਣੀ ਨਹੀਂ ਡੇ ਮਾਰਨ ਨਾਲ ਲੱਗਦਾ ਕਿਸੇ ਨੇ ਖਾਤੇ ਨਾਲ ਪੈਨਸਲ ਬੰਨੀ ਤੈਨੂੰ ਕੀ ਲੋੜ ਸੀ ਤੀਲੇ ਦੇ ਕੰਨ ਲਵਾ ਕੇ ਬੰਦਾ ਬਣਨ ਦੀ ਨਿਕਾਲ ਦੋ ਤੁਹਾਡਾ ਕੰਮ ਟੈਨਸ਼ਨ ਵਾਲਾ ਹੈ ਤੁਮਨੇ ਸਿਪਾਹੀਓ ਸੇ ਬਹਿਸ ਕਰਨੀ ਹੋਤੀ ਹੈ ਬੇਟੇ ਆਪਣੀ ਆਖਰਤ ਸਵਾਰ ਲੈ ਤੇਰੇ ਪਿਓ ਨੂੰ ਰੋੜੇ ਮਾਰਨ ਬਲਕੇ ਰੋੜੇ ਤੇ ਲੋਕੀ ਮਾਰਦੇ ਨੇ ਜਿੰਨਾ ਮੈਨੂੰ ਗੁੱਸਾ ਉਹਦੇ ਤੇ ਮੈਂ ਇੱਟਾਂ ਮਾਰਨੀਆਂ ਹੁਣ ਉੱਥੇ ਜ਼ਰੂਰ ਜਾਣਾ ਹਫ਼ਤੇ ਨੂੰ ਘਰ ਆਉਂਦਾ ਇੱਥੇ ਹੀ ਮਾਰ ਲੈਣਾ ਅੱਛਾ ਹਫ਼ਤੇ ਦੀ ਹਫ਼ਤੇ ਹੁੰਦਾ ਹਾਂ ਤੁਸੀਂ ਅੱਜ ਤੇ ਨਾ ਜਾਣਾ ਬਾਤ ਦਾ ਇਹ ਹਾਲ ਹੋਇਆ ਤੁਸੀਂ ਅੱਜ ਤੇ ਨਾ ਜਾਣਾ ਬਾਬਾ ਜੀ ਕਿਉਂ ਓਏ ਉਹ ਤੁਸੀਂ ਤਾਂ ਫਿਰ ਕੇ ਨਾਲ ਦੇ ਹਾਜੀਆਂ ਦੇ ਪੈਰ ਮੇਜ ਦੇਣੇ ਸਾਰੇ ਆ ਤੇਰਾ ਮੂੰਹ ਵੀ ਕਿਸੇ ਜਲੂਸ ਥੱਲੇ ਹੀ ਆਇਆ ਬੇਟਾ ਅੰਦਰ ਮਾਲਕ ਨੂੰ ਲੈ ਕੇ ਆ ਛਿੱਤਰ ਨਾ ਖਾਈ ਮੇਰੇ ਕੋਲੋਂ ਮੈਨੂੰ ਮਾਲਕ ਸਮਝਿਆ ਜਿਹੜੀ ਗੱਲ ਕਰਨੀ ਹੈ ਲੈ ਤੇਰੇ ਮੇਰੇ ਨਾਲ ਕਰੋ ਉਹ ਤੇਰੇ ਨਾਲ ਕੀ ਗੱਲ ਕਰਾਂ ਤੂੰ ਮੈਨੂੰ ਮਰਜ਼ੀ ਦਾ ਮਾਲਕ ਨਹੀਂ ਲੱਗਦਾ ਏ ਬਾਬਾ ਹੁਣ ਮੈਂ ਤੇਰੇ ਤੇ ਪਾਣੀ ਸੁੱਟਾਂ ਤੇ ਤੈਨੂੰ ਪਤਾ ਲੱਗੇਗਾ ਮੈਂ ਮਾਲਕ ਸਲੇਟੀ ਬੇਟੇ ਹੈ ਇਹ ਨਹੀਂ ਲੱਗ ਕਰ ਮੇਰਾ ਗੱਲ ਸੁਣੋ ਜੀ ਮੈਂ ਮਾਲਕ ਨੂੰ ਲੈ ਗਿਆ ਐ ਲੈ ਜਾ ਅੰਦਰ ਇਹੋ ਜੇ ਸਪਾਈ ਨੂੰ ਸ਼ਰਾ ਮਾਰੋ ਨਾ ਤੇ ਉਹ ਡਿੱਗ ਕੇ ਲਟਕਣ ਲੱਗ ਪੈਂਦਾ ਤੇ ਲੈ ਜਾ ਇਹਨੂੰ ਇਹ ਮੇਰੇ ਘਰ ਵਾਲਾ ਵੀ ਤੁਹਾਨੂੰ ਦੱਸ ਦੇਣਾ ਭਾਈ ਲੈਣਾ ਕਿਸੇ ਦੇ ਘਰ ਤੇ ਘਰ ਵਾਲਾ ਬਣਾ ਕੇ ਰੱਖਣਾ ਉਹ ਅੰਦਰ ਮਾਲਕ ਨੂੰ ਬੁਲਾਓ ਮੇਰੇ ਕੋਲ ਛਿੱਤਰ ਨਾ ਖਾਣਾ ਨਾ ਮਰਾਦੋ ਮੈਂ ਮਾਲਕਾਂ ਦੀ ਜ਼ਿਕਰ ਕਰਨ ਡਿਆ ਤੂੰ ਮੈਨੂੰ ਖਾਵਲ ਮੱਥੇ ਨੂੰ ਆਈ ਜਾਣ ਡਈ ਬਾਬਾ ਜੀ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਮੇਰੇ ਨਾਲ ਸਿੱਧੀ ਸਿੱਧੀ ਗੱਲ ਕਰੀਏ ਜਿਹੜੀ ਮੇਰੇ ਨਾਲ ਕਰੋ ਫਿਰ ਮਾਲਕਾਂ ਤੱਕ ਪਹੁੰਚੇਗੀ ਹਾਂ ਉਹ ਮਾਲਕ ਵਾਹ ਮੈਂ ਮਰ ਗਿਆ ਮੈਂ ਦੱਸੋ ਸੀ ਮਾਲਕ ਡੀਕਣ ਡੇ ਆ ਬਾਹਰੋਂ ਕਿਸੇ ਨੇ ਦੇਗੀ ਲੋਹੇ ਦਾ ਗੁਜ਼ਰਾ ਛੱਡ ਦਿੱਤਾ ਮੈਂ ਕਿਹਾ ਕੀ ਕਮਿਸ਼ਨ ਬਚਾਉਣ ਦੀ ਖਾਤਰ ਪਾਰਟੀ ਨੂੰ ਖੁਦ ਅਟੈਂਡ ਕਰ ਰਹੇ ਹੋ ਉਹ ਜਾਨਦਾਜ ਤੇਰੀ ਕਮਿਸ਼ਨ ਕਿਧਰੇ ਨਹੀਂ ਜਾਂਦੀ ਯਾਰ ਮੈਂ ਤੁਹਾਡੇ ਘਰ ਵੜਿਆ ਉੱਤੋਂ ਪੂਛ ਆ ਗਈ ਮੈਂ ਪਜਾਮੇ 'ਚ ਵੜ ਗਿਆ ਸਾਰੇ ਟੱਬਰ ਦੀ ਇਹੋ ਹੀ ਆਦਤ ਹੈ ਜਿੰਨੀ ਦੇਰ ਤੱਕ ਉੱਤੋਂ ਪੁਲਿਸ ਨਾ ਆਏ ਪਜਾਮੇ 'ਚ ਨਹੀਂ ਵੜਦੇ ਬਾਬਾ ਜੀ ਕਿਸੇ ਦੇ ਪਜਾਮੇ ਤੇ ਇੰਨੀ ਨਜ਼ਰ ਨਹੀਂ ਰੱਖੀ ਦੀ ਆਖਰ ਤੁਸੀਂ ਵੀ ਸ਼ਲਵਾਰਾਂ ਵਾਲੇ ਹੋ ਤੂੰ ਇਸ ਗੱਲ 'ਚ ਨਾ ਬੋਲ ਨਾ ਮਰਾਦਾ ਹਸਪਤਾਲੋਂ ਕਿਸੇ ਦਾ ਲਾ ਕੇ ਭਜੇ ਆ ਜਵਾਨ ਚ ਪੇੜਾ ਮਾਰਨ ਵਾਲੀ ਔਰਤ ਠੇਕੇਦਾਰ ਨੇ ਵੀ ਬੀਬੀ ਜੀ ਘਰਾਂ ਚ ਜਾ ਕੇ ਜਾਲੇ ਲਾਉਂਦੇ ਨਾ ਖਾਣ ਪੀਣ ਦੀ ਚੀਜ਼ ਲਿਆ ਕੇ ਅੱਗੇ ਰੱਖੇ ਤੇ ਉਹਨਾਂ ਨੂੰ ਪਤਾ ਲੱਗੇ ਨਾ ਪ੍ਰਾਹੁਣੇ ਆਏ ਠੀਕ ਹੈ
ਮੈਂ ਕਿਹਾ ਮੇਰੀ ਗੱਲ ਸੁਣੋ, ਤੁਹਾਡਾ ਰਿਸ਼ਤਾ ਹੋਵੇ ਨਾ ਹੋਵੇ ਮੈਂ ਕਮਿਸ਼ਨ ਲੈ ਲੈਣੀ ਜੀ। ਨਾ ਹੋਇਆ ਰਿਸ਼ਤਾ ਤੇ ਫੇਰ ਕਾਹਦੀ ਕਮਿਸ਼ਨ ਲੈਣੀ? ਆਂਦੀ ਕਮਿਸ਼ਨ ਮੈਨੂੰ ਕਿਸ ਤਰ੍ਹਾਂ? ਮੌਜ਼ਰ ਹੁੰਦਾ ਡੱਬ ਚ ਮੌਜ਼ਰ, ਉਹ ਮੌਜ਼ਰ ਜ਼ਰਾ ਸਰ, ਉਹ ਮੌਜ਼ਰ ਨਾਲ ਕੀ ਕਰਨਾ? ਛੱਟੇ ਅੱਛਾ ਗੋਲੀਆਂ ਚਲਾਣਾ, ਮੈਂ ਸਮਝਿਆ ਮੌਜ਼ਰ ਰੱਖੇ ਆ ਉਹ ਪਜਾਮੇ ਚ ਨਾਲਾ ਪਾਉਣਾ। ਇੱਧਰ ਆਇਆ ਨਾ ਕੀ ਹੈ ਸਲੀਲੇ? ਹੈਂ ਹੈਂ ਕੀ ਕੀ ਦਫਾ ਔਰਤ। ਮੈਂ ਕਿਹਾ ਰਾਣੀ ਜਰਾ ਚਾਰ ਕੁ ਪਲੇਟਾਂ ਪਕੌੜੇ ਤੇ ਬਣਾ ਕੇ ਲਿਆ। ਚਾਰ ਪਲੇਟਾਂ? ਹਾਂ ਨਾਲ ਛੋਟਾ ਜਿਹਾ ਬੈਂਚ ਲਾਈ, ਬਾਬੇ ਹੁਣੀ ਬੂਹੇ ਅੱਗੇ ਰੱਖ ਕੇ ਵੇਚ ਲੈਣਗੇ। ਲਓ ਜੀ ਅੱਲਾ ਨਾ ਪੁਲਾਏ ਤੇ ਇਹੋ ਜਿਹੇ ਬੱਚੇ ਚੋਰਾਂ ਦੇ ਸਾਥੀ ਹੁੰਦੇ ਜੀ। ਨੌਕਰੀ ਦੇ ਬਹਾਨੇ ਘਰਾਂ 'ਚ ਵੜਦੇ ਨੇ ਔਰ ਚੋਰੀ ਕਰਾ ਕੇ ਦੌੜ ਜਾਂਦੇ। ਲਓ ਜੀ ਅੱਲਾ ਨਾ ਪੁਲਾਏ ਬੀਬੀ ਜੀ ਇਹੋ ਜਿਹੇ ਬਾਬੇ ਮੈਂ ਵੇਖੇ ਨੇ, ਗੱਡ ਤੇ ਬੁਰਕੇ ਵਾਲੀ ਔਰਤ ਭਾ ਕੇ ਨਾਲ ਕਿਰਾਏ ਦੇ ਬੱਚੇ ਭਾ ਕੇ ਮਾਰਕੀਟਾਂ 'ਚ ਕੱਪੜਿਆਂ ਦੇ ਟੋਟੇ ਮੰਗਦੇ ਨੇ। ਲਓ ਜੀ ਅੱਲਾ ਨਾ ਪੁਲਾਏ ਤੇ ਮੈਂ ਆਪਣੀ ਅੱਖੀਂ ਵੇਖੇ ਆ ਇਹੋ ਜਿਹੇ ਕਈ ਬੱਚੇ ਸੜਕ ਤੇ ਫੁੱਲੇ ਰੋੜ ਕੇ ਰੋਣ ਡਏ ਹੁੰਦੇ। ਲਓ ਜੀ ਅੱਲਾ ਨਾ ਪੁਲਾਏ ਬੀਬੀ ਜੀ ਇਹੋ ਜਿਹੇ ਬਾਬੇ ਜਨਾਹ ਬਾਗ 'ਚ ਮੈਂ ਵੇਖੇ ਨੇ, ਕੁੜੀ ਮੁੰਡਾ ਗੱਲਾਂ ਕਰਦੇ ਵਿੱਚੋਂ ਹੀ ਧੌਣ ਕੱਢਦੇ ਨੇ ਪਾਪੜੇ। ਲਓ ਜੀ ਅੱਲਾ ਨਾ ਪੁਲਾਏ ਮੈਂ ਆਪਣੀ ਅੱਖੀਂ ਵੇਖੇ ਆ ਇਹੋ ਜਿਹਾ ਇੱਕ ਨਸ਼ਈ ਖੋਤੀ ਰੇੜੀ ਤੇ ਸਪੀਕਰ ਤੇ ਪੱਟੋ ਦੀ ਫੋਟੋ ਲਾ ਕੇ ਮੰਗਦਾ ਜੀ, ਔਰ ਸਿਗਰਟ ਪੀ ਕੇ ਸੌ ਜਾਂਦਾ ਜਦੋਂ ਹੋਸ਼ ਆਉਂਦੀ ਹੈ ਪੱਟੋ ਜ਼ਿੰਦਾਬਾਦ ਤੇ ਫਿਰ ਸੌ ਜਾਂਦਾ। ਲੱਕੜ ਦੀ ਲਾਤੇ ਵਿਚਾਰਿਆਂ ਦੀ ਤੇ ਫੇਰ ਸ਼ੌਰ ਗਏ ਉੱਥੇ 8 ਦਿਨ ਰਹਿਣਾ ਪਿਆ। ਕਿਉਂ? ਓਏ ਸੁੱਤੇ ਸਨ ਪਠਾਣੇ ਨੇ ਲੱਤ ਬਾਲ ਕੇ ਕਾਹਵਾ ਪਕਾ ਲਿਆ। ਏਡਾ ਲਾਣਤੀ ਏ, 4 ਰੁਪਏ ਦੇ ਕਾਹਵੇ ਵਾਸਤੇ ਮੇਰੀ 8,500 ਦੀ ਲੱਤ ਸਾੜਨ ਨੇ। ਉੱਥੇ ਫਿਰ ਪੈਸੇ 8 ਦਿਨ 'ਚ ਇਕੱਠੇ ਕੀਤੇ ਫਿਰ ਲੱਤ ਬਣਵਾ ਕੇ ਆਏ। ਮਹੱਲੇ ਦੇ ਕੁੱਤੇ ਬੜੇ ਡਰਦੇ ਇਹਨਾਂ ਕੋਲ। ਯਾ ਵੇਖ ਲਓ ਮੇਰੇ ਨੇੜੇ ਨਹੀਂ ਲੱਗਣ ਡੇ ਆ। ਕੁੱਤੇ ਦੀ ਗੱਲ ਕੀਤੀ ਬਾਬਾ ਜੀ, ਮੈਂ ਤੇ ਚੀਤਾ। ਵਾਹ ਵਾਹ ਵਾਹ, ਇਹ ਚੀਤੇ ਅੱਜ ਕੱਲ ਸੱਪਾਂ ਵਰਗੇ ਆ ਲੱਗ ਪਏ। ਮਹੱਲੇ ਦੇ ਕੁੱਤੇ ਭਲਾ ਕਿਉਂ ਡਰਦੇ ਨੇ? ਇਹ ਟੁਰੇ ਜਾਂਦੇ ਨੇ, ਉਹ ਸਮਝਦੇ ਇੱਕ ਚੁੱਕਣ ਲੱਗਾ ਬਾਬਾ। ਤੂੰ ਨਾ ਬੇਟਾ ਲੰਗੜਾ ਕੇ ਟੁਰਿਆ ਕਰ, ਲੱਗਦਾ ਪਿਛਲੇ ਪਹੀਏ ਤੋਂ ਬਗੈਰ ਸਾਈਕਲ ਜਾਣ ਡਈ। ਬਾਬਾ ਜੀ ਨੂੰ ਮੁਸੀਬਤਾਂ ਵੀ ਮਾਰ ਪਈ, ਇਹ ਪੁਰਾਣੀਆਂ ਮਸਵਾਤਾਂ ਅੱਗੋਂ ਵੱਢ ਕੇ ਨਵੀਆਂ ਕਰਕੇ ਵੇਚਦੇ ਸਨ। ਇਹਨੂੰ ਵੀ ਮੁਸੀਬਤੋਂ ਮਾਰ ਪਈ, ਇਹ ਪੁਰਾਣੀਆਂ ਮਸਵਾਕਾਂ ਪੁੱਠੀਆਂ ਕਰਕੇ ਆਉਂਦਾ ਸੀ ਜੀ, ਨਵੀਂ ਇਹ ਪੂਸ਼ਣ ਨਿਕਲੀ। ਚਾਹੇ ਕਾਲੀ ਪੀਓਗੇ ਬਾਬਾ ਜੀ? ਚਿੱਟੀ ਮਲਾਈ ਵਾਲੀ ਲੈ ਕੇ ਆ। ਮੈਂ ਚਾਹ ਲੈਣਾ, ਤੁਸੀਂ ਭੱਜ ਕੇ ਮਲਾਈ ਫੜ ਲਿਓ। ਆ ਦੇਖਿਆ ਆ, ਮੇਰੇ ਕੋਲੋਂ ਭੱਜੀ ਆੜੀ ਜਾਂਦਾ ਤੇ ਭੱਜਣ ਦੌੜਨ ਵਾਲੇ ਕੰਮ ਮੈਨੂੰ ਜਾਣ ਜਾਣ ਕੇ ਕਹਿਣ ਡੇ ਆ। ਹੈ ਹੀ ਬੇਵਕੂਫੇ। ਮੈਂ ਕਿਹਾ ਜਨਾਬ ਜੀ ਆਪਣਾ ਬਹੁਤ ਹੀ ਬੇਵਕੂਫੇ, ਤੈਨੂੰ ਕਿਹਾ ਸੀ ਜਾਂਦੀਆਂ ਹੀ ਦੱਸਣਾ ਅੰਮੀ ਫੌਤ ਹੋ ਗਈ। ਰੋਟੀ ਛੋਟੀ ਅੱਛੀ ਲੱਗੀ ਹੁੰਦੀ ਹੈ। ਆ ਮੈਂ ਪਰਸੋਂ ਇੱਕ ਜਨਾਜ਼ੇ ਤੇ ਗਿਆ, ਮੈਂ ਵੇਖ ਕੇ ਹੈਰਾਨ ਹੋ ਗਿਆ, ਉੱਥੇ ਉਹ ਘਰ ਵਾਲੇ ਜਨਾਜ਼ੇ ਦੀ ਫਿਲਮ ਬਣਵਾਉਣ ਡਏ ਔਰ ਕੈਮਰਾਮੈਨ ਐਡਾ ਪਾਗਲ ਦਾ ਪੁੱਤਰ ਮੁਰਦੇ ਨੂੰ ਕਹਿਣ ਡਏ ਆ ਸਮਾਈਲ ਪਲੀਜ਼। ਮੈਂ ਕਿਹਾ ਇਹਨੇ ਹੁਣੇ ਸਮਾਈਲ ਦੇ ਦਿੱਤੀ, ਸਾਰਾ ਜਨਾਜ਼ਾ ਡਰ ਕੇ ਦੌੜ ਗਿਆ। ਔਰ ਮੈਂ ਇਹਦੀ ਫਿਲਮ ਬਣਾਉਣ ਡਏ ਜਨਾਜ਼ੇ ਦੀ, ਕਹਿੰਦੇ ਨੇ ਜੀ ਮੁਰਦੇ ਦੀ ਖਾਹਿਸ਼ ਸੀ। ਮੈਂ ਕਿਹਾ ਚਲੋ ਉਹਦੀ ਖਾਹਿਸ਼ ਤੇ ਪੂਰੀ ਹੋ ਗਈ, ਹੁਣ ਇਹਨੂੰ ਕੇਸਟ ਦੇਣ ਕੌਣ ਜਾਏਗਾ? ਉਹਨਾਂ ਨੇ ਕਿਹਾ ਬਾਬਾ ਅਗਲੇ ਜਿਵੇਂ ਤੂੰ ਜਾਣਾ ਤੂੰ ਹੀ ਲੈ ਜਾਈ। ਬਹੁਤ ਹੀ ਵੈਸੇ ਮੈਂ ਪਰੇਸ਼ਾਨ ਹੋਇਆ ਇਸ ਨੌਕਰ ਤੋਂ। ਜੀ ਬਹੁਤ ਬਦਤਮੀਜ਼ੀ, ਤੁਸੀਂ ਇਹਨੂੰ ਜਮੈਟਰੀ ਬਕਸੀ ਚੋਂ ਕੱਢਦੇ ਕਿਉਂ ਹੋ? ਜੀ ਬਸ ਇਹ ਮਲਕ ਸਾਹਿਬ ਨੇ ਦੋਵਾਂ ਜੀਆਂ ਨੂੰ ਸਿਰੇ ਚਾੜਿਆ। ਜਾਂ ਲਾਣਤੀ ਬੱਚਾ, ਮੈਂ ਕਿਹਾ ਆਪਣਾ ਬੁਰਾ ਨਾ ਮਨਾਓ ਤੇ ਜਰਾ ਅੰਦਰੋਂ ਬੱਚੀ ਨੂੰ ਤੇ ਬੁਲਾਓ, ਅਸੀਂ ਬੱਚੀ ਦੇਖ ਲਈਏ। ਜੀ ਜੀ ਕਿਉਂ ਨਹੀਂ, 100 ਵਾਰੀ ਇੱਕ ਵਾਰੀ ਬੁਲਾਓ, ਅਸੀਂ ਵੇਖਣੀ ਹੈ ਹੁਣ ਕਿਹੜਾ ਦਿਨ ਨਹੀਂ ਆਣੇ ਜੀ। ਜੀ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਮੈਂ ਤੁਹਾਡੇ ਦਿਮਾਗ 'ਚ ਇੱਕ ਗੱਲ ਕਰਨਾ ਚਾਹੁੰਦੀ ਹਾਂ। ਤੁਸੀਂ ਬੱਚੀ ਬੁਲਾਓ, ਮੇਰੇ ਦਿਮਾਗ 'ਚ ਕੋਈ ਗੰਦੀ ਗੱਲ ਨਹੀਂ ਜੀ।
ਮਾਸ਼ਾਅੱਲਾ ਕਾਫੀ ਮਜ਼ਾਇਆ ਤਬੀਅਤ ਰੱਖਦੇ ਹੋ। ਬਸ ਜੀ ਬੱਚਿਆਂ ਦੀ ਰੋਟੀ ਲੱਗੀ ਹੈ ਜਨਾਬ। ਇਸੇ ਕੰਮੇ ਮੈਂ ਇੱਥੇ ਆਉਂਦਾ ਜੀ, ਹੋਰ ਮੈਂ ਕੋਈ ਬਲੱਡ ਪ੍ਰੈਸ਼ਰ ਚੈੱਕ ਕਰਨ ਨਹੀਂ ਆਉਂਦਾ। ਤੇ ਜੀ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਮੈਂ ਆਪਣੀ ਬੇਟੀ ਨੂੰ ਜਹੇਜ਼ ਦੇ ਵਿੱਚ ਕੋਠੀਆਂ ਕਰਾਂ ਤੇ ਬੈਂਕ ਬੈਲੈਂਸ ਨਹੀਂ ਦੇ ਸਕਾਂ। ਉਹ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਵੀ ਨਹੀਂ, ਮੈਨੂੰ ਅੱਲਾ ਦੀ ਰਹਿਮਤ ਨਾਲ ਸਾਰਾ ਮੱਲਾ ਹਾਜੀ ਸਾਹਿਬ ਹਾਜੀ ਸਾਹਿਬ ਕਹਿੰਦਾ। ਹਾਲਾਂਕਿ ਜਦੋਂ ਮੈਂ ਹਾਜ ਕਰਨ ਗਿਆ ਹਾਂ ਮੈਂ ਬੱਚੀ ਦੇ ਜਹੇਜ਼ ਦਾ ਖਰਚਾ ਵਿੱਚੋਂ ਕੱਢ ਲਿਆ ਹੈ। ਮੇਰਾ ਮਤਲਬ ਇਹ ਬੱਚੀ ਦਾ ਵਿਆਹ ਵੀ ਤੇ ਹਾਜੀ ਦੇ ਬਰਾਬਰ ਹੀ ਹੁੰਦਾ ਹੈ। ਮੇਰੀ ਅੱਲਾ ਦੀ ਬੜੀ ਰਹਿਮਤ ਹੈ ਜੀ, ਮੇਰੇ ਤੇ ਆਪਣਾ ਅਕਬਰੀ ਮੰਡੀ ਮੇਰੀ ਆੜਤ ਦੀ ਦੁਕਾਨ ਹੈ, ਗੁਲਬਰਗ ਮੇਰੀ ਰਿਹਾਇਸ਼ ਹੈ, ਮਯੰਗ ਚੁੰਗੀ ਬਿਲਡਿੰਗ ਕਿਰਾਏ ਤੇ ਚੜੀ, ਥੱਲੇ 6 ਦੁਕਾਨਾਂ ਉੱਤੇ 2 ਫਲੈਟ। ਰਾਜੇ ਨਾਲੋਂ ਨਿੱਕਾ ਪੁੱਤਰ ਮੇਰਾ ਕਿਰਾਇਆ ਲੈਣ ਗਏ ਆ। ਮਾਸ਼ਾਅੱਲਾ, ਰੱਬ ਨੇ ਬੜਾ ਮੈਨੂੰ ਦਿੱਤਾ, ਤੁਸੀਂ ਫਿਕਰ ਨਾ ਕਰੋ, ਤੁਸੀਂ ਬੱਚੀ ਬੁਲਾਓ ਜਨਾਬ ਜੀ। ਕੀ ਕਰਾ ਪਾਇਆ ਹੈ? ਮੈਂ ਵੱਖੀਆਂ ਬੰਨ ਰਹੀਆਂ ਮੇਰੀਆਂ, ਮੈਂ ਵੱਖੀਆਂ ਬੰਨ ਦੇਣੀਆਂ। ਚਲੋ ਨਹੀਂ ਨਾ, ਮਹਿਮਾਨ ਨੇ ਬੰਦਾ ਚੰਗਾ ਲੱਗਦਾ। ਹੋਇਆ ਕੀ ਹੈ? ਕੁਝ ਨਹੀਂ ਬਾਬਾ ਜੀ, ਹੈ ਹੀ ਘਟ ਗਿਆ ਹੈ। ਘਟਿਆ ਜੀ ਨੇ ਤੇਰੇ ਨਾਲ ਵਿਆਹ ਕਰ ਲਿਆ, ਘਟਿਆ ਹੀ ਬਾਬਾ। ਤੂੰ ਮੇਰੇ ਵੱਲ ਦਾ ਕੀ, ਉਹਦੇ ਵੱਲ ਦਾ? ਜਿਹੜਾ ਵਿਆਹ ਕਰ ਲਿਆ ਉਹਦੇ ਨਾਲ, ਜਿਹੜੀ ਚੀਜ਼ ਨਾਲ ਹੁੱਕਾ ਸਾਫ਼ ਕਰੀਦਾ ਉਹਦੇ ਨਾਲ ਵਿਆਹ ਕਰ ਲਿਆ। ਹੁੱਕਾ ਪਹਿਲਾਂ ਖਰਾਬ ਕਿਉਂ ਕਰਦੇ ਹੋ ਸਾਫ਼ ਕਰਨਾ? ਫਿਰ ਨਹੀਂ, ਮੈਂ ਨਹੀਂ ਹੁੱਕਾ ਪੀਂਦਾ। ਅਨਪੜ੍ਹ ਬਾਬਾ ਜੀ ਨੇ ਤਮੀਜ਼ ਹੀ ਨਹੀਂ ਪਾੜੀ। ਬੇਟੀ ਘਟੀਆਂ ਮਾਰਾ ਤੈਨੂੰ। ਬੇਵਕੂਫ ਅਨਪੜ੍ਹ ਜੀ, ਇਧਰੋਂ ਲਿਖੀ ਜਾ, ਇਧਰੋਂ ਫੜ ਕੇ ਤੇ ਇਧਰੋਂ ਲਿਖੀ। ਅਨਪੜ੍ਹ ਹੈ ਨਾ ਬਸ, ਗਿੱਟਿਆਂ ਨੂੰ ਲਿਖਦੀ ਹੋਣੀ। ਬਾਬਾ ਤੂੰ ਮੇਰੀ ਵੀ ਤੇ ਸੁਣ ਲੈ, ਗੈਸ ਕਿਰਾਏ ਦੇ ਦੇਣ ਵਾਲੇ ਆ। ਇਹ ਜਿਹੜੀ ਚਵਲ ਮਾਰਨੀ ਉਹ ਦੱਸਣ ਆਇਆ ਮੈਂ, ਦੱਸਣ ਲੱਗਾ। ਐਡੀ ਘਟੀਆ, ਕਹਿੰਦੀ ਦਰੀਆਂ ਧੋਣੀਆਂ, ਡੰਡਾ ਨਹੀਂ ਲੱਭਦਾ, ਬਾਬੇ ਦੀ ਲੱਤ ਫੜ ਲਿਆ। ਇਹ ਬਾਬੇ ਦੀ ਲੱਤ ਮੰਗਾਉਣ ਨਹੀਂ, ਇਹ ਗਾਵਤ ਲੱਤਾਂ ਤੋਂ ਫੜ ਲਿਆ, ਉਹ ਮਤਹਿਰ ਜਿੱਡਾ ਤਕੜਾ ਦੇ ਲਈ। ਲੱਤ ਫੜ ਲਿਆ ਬਾਬੇ ਦੀ, ਦਰੀ ਧੋਣੀ ਹੈ, ਫਿਰ ਬਾਅਦ ਚ ਦੋਵੇਂ ਜੀ ਬਹਿ ਕੇ ਰਹੋਗੇ, ਬਾਬਾ ਸਾਡੀ ਦਰੀ ਧੋ ਗਿਆ। ਲੱਕੜ ਦੀ ਲੱਤ ਨੂੰ ਸੰਗਲ ਪਾਇਆ, ਬਾਬੇ ਨੇ ਪਲਾਸ ਨਾਲ ਲੱਤ ਖੋਲ ਕੇ ਅੰਦਰ ਛੱਡੀ, ਜੇਲਰ ਕੋਲੋਂ ਇੰਨੇ ਨੀ ਲੰਘ ਆਇਆ। ਉਹ ਜੇਲਰ ਸਾਹਿਬ ਨੇ ਸਮਝਿਆ ਕੋਈ ਕੈਦੀ ਖੁਸ਼ ਹੋ ਕੇ ਨੱਚਣ ਡਿਆ ਹੈ। ਮੈਂ ਅੱਲਾ ਦਾ ਇਹ ਸ਼ੁਕਰ ਕਰਨਾ, ਇਹਨੇ ਤੈਨੂੰ ਸਿਰਫ ਇਹ ਦੱਸਿਆ ਬਾਬਾ ਜੇਲੋਂ ਦੌੜਿਆ ਕਿਵੇਂ, ਇਹ ਨਹੀਂ ਹੁਣ ਦੱਸਿਆ ਬਾਬਾ ਜੇਲ ਗਿਆ ਕਿਵੇਂ। ਵੈਸੇ ਬਾਬਾ ਜੀ ਤੁਹਾਡੀ ਲੱਤ ਨੂੰ ਹੋਇਆ ਕੀ ਸੀ? ਜੀ ਪੈਰ ਚ ਕੇਲ ਵੜ ਗਿਆ ਸੀ ਜੀ। ਇਹ ਇੱਕ ਬੜੀ ਦਰਦਨਾਕ ਦਾਸਤਾਨ ਹੈ। ਕੀ ਲੱਤ ਐਵੇਂ ਨਹੀਂ ਜ਼ਾਇਆ ਹੋਈ? ਬਾਬਾ ਜੀ ਆਪਣੀ ਜਵਾਨੀ ਚ ਇੱਕ ਕੁੜੀ ਦੇ ਨਾਲ ਇਸ਼ਕ ਕਰਦੇ ਸਨ, ਉਹਦਾ ਵਿਆਹ ਕਿਧਰੇ ਹੋਰ ਹੋ ਗਿਆ ਤੇ ਜੰਜ ਇਹਨਾਂ ਦੀ ਲੱਤ ਤੋਂ ਲੰਘ ਗਈ। ਮੈਨੂੰ ਤੇ ਕਿੰਨੇ ਦਿਨ ਪਤਾ ਹੀ ਨਹੀਂ ਲੱਗਾ ਉਹਦੇ ਵਿਆਹ ਦਾ, ਉਹ ਤੇ ਇਹ ਮੈਨੂੰ 5-6 ਦਿਨ ਬਾਅਦ ਮਿਲਿਆ, ਇਹਨੇ ਦੱਸਿਆ ਸੀ ਫੁੱਫੀ ਵਿਆਹ ਛੱਡੀ। ਬੀਬੀ ਜੀ ਦੇਖ ਦਿਓ, ਰਿਸ਼ਤਾ ਨੇਕ ਆਦਮੀ ਨੇ। ਹਾਂਜੀ ਅੱਛਾ। ਹਾਂਜੀ ਮੈਂ ਵੇਖਿਆ ਇਹਨਾਂ ਦੇ ਘਰ ਸਾਰੇ ਮਸੀਤ ਵਾਲੇ ਪੱਖੇ ਲੱਗੇ। ਐਸਾ ਬਦਤਮੀਜ਼, ਇਹ ਦੇਖੋ ਕੀ ਕਰਨ ਡੀ ਆ। ਦਫਾ ਮਾਰ। ਰਿਸ਼ਤੇ ਦੀ ਗੱਲ ਬਸ ਕਰਾ ਦੇ, ਮੈਂ ਤੈਨੂੰ ਕਮਿਸ਼ਨ ਦਿਆਂਗਾ, ਇੱਧਰ ਆ ਸਾਡੇ ਵਿੱਚ ਪਾਓ, ਉੱਥੇ ਬਹਿ ਕੇ ਪਜਾਮਾ ਚੱਟ ਮੇਰਾ ਵੀ। ਪਜਾਮਾ ਬਦਲਨੇ ਪੈਣਾ ਮੈਨੂੰ, ਬੜਾ ਮੈਨੂੰ ਪਿਆਰਾ ਲੱਗਦਾ, ਮੈਂ ਇਹੋ ਜਿਹਾ ਖੜੇ ਕਰਨ ਵਾਲਾ ਖੁਸਰਾ ਕਦੀ ਨਹੀਂ ਵੇਖਿਆ। ਅਸੀਂ ਨਸਲੀ ਖੁਸਰੇ ਆ ਨਾ। ਸਾਡੀ ਭੈਣ ਕੋਈ ਨਹੀਂ, ਤੰਗ ਕਰ ਲੈ, ਕਿਉਂ ਪਿੰਜਰੇ ਚੋਂ ਨਿਕਲ ਲੈ। ਤੁਸੀਂ ਘਰ ਚਲੋ, ਫੈਸਲਾ ਤੁਹਾਨੂੰ ਸੁਣਾ ਦਿਆਂਗੇ। ਮੈਨੂੰ ਕਹਿੰਦੀ ਚਾਹ ਬਣਾ ਵਿੱਚ ਪੱਤੀ ਪਾ, ਕਹਿੰਦੀ ਬਜਰੀ ਪਾਉਣੀ। ਮੈਂ ਕਿਹਾ ਬਾਬੇ ਦੇ ਅੰਦਰ ਲੈਂਟਰ ਪੈਣ ਡਿਆ,
ਕਹਿੰਦੀ ਭਾਵੇਂ ਲੈਂਡਰ ਨਹੀਂ ਪੈਣ ਡਿਆ ਉਹਦਾ ਮੂੰਹ ਤੇ ਮਸਾਲਾ ਮਿਕਸ ਕਰਨ ਵਾਲੀ ਮਸ਼ੀਨ ਜਿਹੜਾ ਨਾ ਇਹ ਜੇ ਮੂੰਹ ਦੇ ਹਿਸਾਬ ਨਾਲ ਭਾਂਡਾ ਲੱਭਣਾ ਹੋਵੇ ਤੇ ਖਾਵਨ ਦੀ ਚਾਹ ਤੇ ਸੈਵਨ ਅਪ ਤੇ ਢੱਕਣ ਚ ਪਕਾਉਂਦੇ ਹੋ ਉਹ ਤਾਂ ਚਵਲ ਜੀ ਕਹਿੰਦੀ ਬਾਬਾ ਕਾਤਲ ਹੈ ਹਾਂ ਦੇਖੋ ਯਾਰਾ ਦੇਖੋ ਹਾਦਸਾ ਹੋਇਆ ਸੀ ਉਹਨੇ ਜਾਣ ਕੇ ਬੰਦਾ ਮਾਰਿਆ ਦੇਖੋ ਕਾਤਲ ਮੈਨੂੰ ਕਹਿਣ ਡਈ ਤੇ ਲਾਸ਼ ਆਪ ਲਈ ਫਿਰਦੀ ਏ ਸੀ ਉਹ ਨਹੀਂ ਜੀ ਇਹ ਤੇ ਹੁਣ ਵੇਖੋ ਨਾ ਇਨਾਮ ਮਿਲਿਆ ਕੀ ਆਂਦੀ ਕੀ ਆ ਕਹਿੰਦੀ ਬਾਬੇ ਨੇ ਬੰਦਾ ਮਾਰਿਆ ਮੈਂ ਕਿਹਾ ਉਹ ਹਾਦਸਾ ਹੋਇਆ ਸੀ ਬਾਬਾ ਜੀ ਫੁੱਟਬਾਲ ਦੇ ਪਲੇਅਰ ਸਨ ਹਾਂ ਸਮੀ ਫਾਈਨਲ ਮੈਚ ਦੇ ਵਿੱਚ ਆਖਰੀ ਟਾਈਮ ਤੇ ਬਾਬੇ ਉਹਨਾਂ ਨੂੰ ਪਲੈਂਟੀ ਸਟੋਕ ਮਿਲਿਆ ਇਹਨਾਂ ਨੇ ਫੁੱਟਬਾਲ ਰੱਖ ਕੇ ਪਲੈਂਟੀ ਸਟੋਕ ਲਾਇਆ ਲੱਤ ਖੁੱਲ ਕੇ ਗੋਲ ਕੀਪਰ ਦੇ ਵਿੱਚ ਉਹ ਵਿਚਾਰਾ ਮਰ ਗਿਆ ਇਹਨੇ ਜਾਣ ਕੇ ਮਾਰਿਆ ਉੱਥੇ ਤੇ ਲੱਤ ਲਾਲੋਂ ਖੁੱਲ ਗਈ ਸੀ ਨਾ ਇੱਥੇ ਜਿਹੋ ਜਿਹਾ ਫੁੱਟਬਾਲ ਸਾਹਮਣੇ ਹੋਏ ਨਾ ਲੱਤ ਨਾ ਵੀ ਖੁੱਲੀ ਮੈਂ ਗੋਲੀ ਹੱਥੀ ਮਾਰ ਜਿਹੜਾ ਮੈਂ ਦੇਂਦਾ ਚੱਲ ਦੌੜ ਜਾ ਅੰਦਰ ਅੱਛਾ ਤੇ ਬਾਹਰ ਜਾ ਬਦਤਮੀ ਬਹੁਤ ਹੀ ਵਹਿ ਜਾਲ ਬੱਚਾ ਚੱਪਾ ਮਾਰੂ ਤੁਸੀਂ ਉਹਨਾਂ ਨੂੰ ਹਾਂ ਮੈਂ ਕਿਹਾ ਖੋਖਰ ਸਾਹਿਬ ਜੀ ਜੀ ਤੁਸੀਂ ਆਏ ਤੀਰ ਆਣੀ ਆਈ ਸੱਤ ਬਿਸਮਿਲਾ ਚੰਗੋ ਆ ਤਾਂ ਤੁਸੀਂ ਆਪਣੀ ਬੇਗਮ ਨੂੰ ਵੀ ਲਿਆ ਦੇ ਇਹ ਤੇ ਤੁਸੀਂ ਮੇਰੀ ਜ਼ਖਮੀ ਲੱਤ ਤੇ ਨਿਮਕ ਛਿੜਕ ਦਿੱਤਾ ਸੀ ਨਾ ਉਹ ਕਰਮਾ ਵਾਲੀ ਤੇ ਦੁਨੀਆ ਤੋਂ ਬੜੀ ਦੇਰ ਹੋ ਗਈ ਜੀ ਚਲੀ ਗਈ ਬੜੀ ਦੇਰ ਦੀ ਗੱਲ ਹੈ ਮੈਂ ਉਦੋਂ ਤੇ ਮੇਰਾ ਖਿਆਲ ਆ ਬੱਚੀ ਵੀ ਹੱਲੇ ਨਹੀਂ ਪੈਦਾ ਹੋਈ ਜਦੋਂ ਦਸ਼ਮ ਮਾਤ ਮੇਰੀ ਇਹ ਬੱਚੀ ਪੈਦਾ ਹੋ ਗਈ ਜੀ ਮੈਂ ਨਹੀਂ ਹਾਂ ਹੱਲੇ ਪੈਦਾ ਹੋਇਆ ਕਿ ਮੂੰਹ ਮੇਰਾ ਮੈਂ ਨਹੀਂ ਹਾਂ ਪੈਦਾ ਹੋਇਆ ਤੇ ਬੱਚੀ ਸਟੋਰ ਤੋਂ ਲਈ ਹੀ ਹੈ ਆ ਬੱਚੀ ਪੈਦਾ ਹੋ ਗਈ ਜੀ ਮੇਰਾ ਖਿਆਲ ਆ ਬੱਚੀ ਉਦੋਂ ਰੇੜਦੀ ਸੀ ਜੀ ਆ ਬਈ ਆ ਬੱਚੀ ਰੇੜਦੀ ਸੀ ਜਾਂ ਉਦੋਂ ਮੇਰਾ ਕੰਮ ਬੜਾ ਰੇੜਦਾ ਸੀ ਨਵੀਂ ਕਰੋਲਾ ਮੈਂ ਰੱਖੀ ਸਲੇਟੀ ਰੰਗ ਦੀ ਜਨਾਬ ਮੈਂ ਇੱਕ ਦਿਨ ਕਰਮਾਲੀ ਨੂੰ ਗੱਡੀ ਚ ਪਾ ਕੇ ਇੱਧਰ ਰਾਏਵੈਂਡ ਰੋਲ ਵੱਲ ਮੈਂ ਹਜੇ ਅੱਜ ਸੈਰ ਸੂਰ ਕਰ ਰਹੀ ਹੈ ਹਈ ਉਧਰ ਨਿਕਲੀ ਹੈ ਜਨਾਬ ਚੰਗੇ ਬੜੇ ਲੋਏ ਲੋਏ ਜਾਣ ਡੇ ਹਾਂ ਸਾਹਮਣੇ ਇੱਕ ਪੁਰਾਣਾ ਜਿਹਾ ਟਰੱਕ ਆਇਆ ਜੀ ਹੁਣ ਪੁਰਾਣੇ ਟਰੱਕ ਨੂੰ ਤੇ ਨਹੀਂ ਨਾ ਪਤਾ ਹੁੰਦਾ ਸੱਜੇ ਵੱਜਣਾ ਕਿ ਖੱਬੇ ਵੱਜਣਾ ਉਹ ਖੱਬੇ ਹੱਥ ਕਰਮਾਲੀ ਬੈਠੀ ਸੀ ਟਰੱਕ ਉੱਧਰ ਆ ਵੱਜਾ ਜੀ ਗੱਡੀ ਦੇ ਨਾਲ ਕਰਮਾਲੀ ਵੀ ਪ੍ਰੈਸ ਹੋ ਗਈ ਜੀ ਬਾਅਦ ਚੋਂ ਨੇ ਜਾਣਾ ਸੀ ਮਿਸਤਰੀ ਕੱਢਣ ਲੱਗੇ ਕੱਟ ਕੁੱਟ ਕੇ ਗੱਡੀ ਮੈਂ ਮਿਸਤਰੀਆਂ ਨੂੰ ਕਿਹਾ ਹੱਥ ਗੋਲੇ ਲਾਏ ਨਹੀਂ ਛੱਡਾਂਗਾ ਆਪਾਂ ਇਹਦੀ ਵੀ ਅੱਖ ਲਾ ਲੈ ਇਲਾਜ ਕਰਾਂ
ਤੇਰੇ ਮਾਰ ਮਾਰ ਰਿਹਾ ਡਾਕਟਰਾ ਕੰਡੇਰੀਆ ਪ੍ਰਣੇ ਬਹੁਤ ਹੀ ਘਟੀਆ ਆਦਮੀ ਹੈ ਜੀ ਐਸਾ ਬਦਤਮੀਜ਼ ਹੈ ਡਾਕਟਰ ਦੇ ਕਲੀਨਿਕ ਤੇ ਜਾ ਕੇ ਦਵਾਈਆਂ ਦੀ ਜਗ੍ਹਾ ਤੇ ਖਲੋ ਕੇ ਕੰਡੇਰੀਆਂ ਪੇੜੇ ਦੀ ਆਵਾਜ਼ ਲਾ ਦਿੰਦਾ ਮੈਂ ਹੈ ਵੈਸੇ ਗੱਲ ਸਹੀ ਕਹਿਣ ਦੀ ਯਾਰ ਅੱਖ ਵਾਕਈ ਤੁਹਾਡੀ ਲਾਲ ਹੋਣ ਡਈ ਫੂਕ ਤੇ ਮੈਂ ਮਾਰਦੇ ਹਾਂ ਮਗਰ ਮੈਨੂੰ ਵੀ ਡਾਂਗਾ ਵੱਜਣੀ ਜੀ ਉਹ ਕਿਉਂ ਉਹ ਕੱਪੜਾ ਰੱਖਣਾ ਮੈਂ ਵੀ ਭੁੱਲ ਜਾਂਦਾ ਹੁਣ ਬਾਕੀ ਯਾਰ ਬੱਚੀ ਤੇ ਚੰਨ ਦਾ ਟੋਟਾ ਹੀ ਲੱਗਣ ਡਈ ਏਡੀ ਪਿਆਰੀ ਬੱਚੀ ਜੁੱਤੀ ਲਾ ਕੇ ਨਾ ਤੇ ਦੂਜੀ ਪਾਣੀ ਤੇ ਮੈਂ ਆ ਤੇਰਾ ਸੁਰਮਾ ਫੜ ਕੇ ਨਾ ਤੇ ਪਿੱਛੋਂ ਤੇਰਾ ਸਿਰ ਬੰਨ ਛੱਡਣਾ ਗਰਾਮੀ ਕੇ ਲਈ ਕੁਛ ਖਾਣੇ ਪੀਣੇ ਦਾ ਇੰਤਜ਼ਾਮ ਕੀਤਾ ਜਾਏ ਦੱਸੋ ਨਾ ਕਿਹਾ ਮਮਾ ਨਾ ਲੈਣੇ ਗਰਾਮੀ ਤੁਸੀਂ ਸਮਝੇ ਨੀ ਕੀ ਕਿਹਾ ਭਲਾ ਉਹਨਾਂ ਕੀ ਕੀ ਗਰਾਮਾ ਨੇ ਮਨਾਨੀ ਐ ਚੁੱਚਾ ਵਾਲੇ ਤੈਨੂੰ ਮੈਂ ਦੱਸਾਂ ਆਪਣੇ ਖਾਵੰਦ ਨਾਲ ਵੀ ਮੇਰੀਆਂ ਗੱਲਾਂ ਹੀ ਕਰੀ ਜਾਣ ਡੇ ਬੰਦਾ ਥੋੜੀ ਬਹੁਤੀ ਹਯਾ ਕਰ ਲੈਂਦਾ ਇਹ ਬਿਲਕੁਲ ਠੀਕ ਔਰਤ ਨਹੀਂ ਜੀ ਜਨਾਬ ਆ ਇਹ ਨਹੀਂ ਠੀਕ ਤੁਸੀਂ ਭੱਜ ਕੇ ਘਰੋਂ ਠੀਕ ਲੈ ਯਾਰ ਲੈ ਤੇ ਮੈਂ ਆਵਾਂ ਉੱਥੇ ਕਿਸੇ ਨੇ ਪਜਾਮਾ ਨਹੀਂ ਪਾਇਆ ਹੋਣਾ ਬਾਬਾ ਜੀ ਨਾ ਲਿਆਣਾ ਉੱਥੇ ਚੱਲਨੇ ਵਾਹ ਵਾਹ ਐ ਚਵਲ ਹੈ ਬਾਬਾ ਜੀ ਤੁਸੀਂ ਨਹੀਂ ਜਾਣਦੇ ਇਹਨੂੰ ਮੇਰੀ ਬੀਵੀ ਹੈ ਮੈਂ ਜਾਣ ਲਾ ਇਹਨੂੰ ਹਾਂ ਸਹੀ ਗੱਲ ਹਾਂਜੀ ਘਟੀਆਂ ਕਹਿੰਦੀ ਨਹੀਂ ਬਾਬੇ ਨੂੰ ਅੰਦਰ ਲਿਆਓ ਤੋਂ ਵੱਡੀ ਪੇਟੀ ਲਵਾਉਣੀ ਇਹ ਤੇ ਪੇਟੀਆਂ ਲਾਉਣਾ ਹੈ ਨਹੀਂ ਉਹ ਨਹੀਂ ਜੇ ਪੇਟੀ ਏਡੀ ਕੁ ਇਹ ਤੇ ਮੈਂ ਲਾ ਲਾਂਗਾ ਇੰਨੇ ਕੁ ਖਿਆਲਾਤ ਮੇਰੇ ਬਣ ਗਏ ਹੈ ਮੈਂ ਗਿਆ ਇਹ ਸੈਂਡਵਿਚ ਜ਼ਖਮੀ ਨੇ ਰੇੜੀ ਤਾਂ ਪਾਈ ਫਿਰਨ ਡੇ ਇਹ ਵੀ ਨਾ ਮਰਾਦ ਪੁੱਠੀ ਗੱਲ ਹੀ ਕਰੇਗਾ ਤੂੰ ਇਹਦੀਆਂ ਗੱਲਾਂ 'ਚ ਨਾ ਲੱਗ ਤੂੰ ਲੈ ਜਾ ਆਪਰੇਸ਼ਨ ਥੀਏਟਰ 'ਚ ਲੈ ਜਾ ਬਹੁਤ ਅੱਛੇ ਆਪਰੇਸ਼ਨ ਥੀਏਟਰ 'ਚ ਲੈ ਜਾ ਇਹ ਕਹਿੰਦੀ ਜੀ ਬਾਬਾ ਜ਼ਾਲਮ ਕੀ ਹੋਇਆ ਕਹਿੰਦੀ ਕੁੱਤੇ ਦੇ ਦੰਦ ਤੋੜਦੇ ਸੀ ਮੈਂ ਕੁੱਤੇ ਨੂੰ ਕਿੰਨੇ ਕਿਹਾ ਸੀ ਉਸ ਲੱਤ ਨੂੰ ਪੈ ਐਸਾ ਬੇਵਕੂਫ ਵਿੱਚ ਫਿਰ ਚ ਵੀ ਭਰ ਦਿੱਤੀ ਉੱਤੇ ਤੱਕ ਭਰ ਲਓ ਬਾਬਾ ਜੀ ਹੋਰ ਨਾ ਮੰਗਣਾ ਹੁਣ ਸਾਰੀ ਚੈਨਲ ਚੋਂ ਬਾਤ ਦੀ ਉਹਦੀਆਂ ਗੱਲਾਂ 'ਚ ਰੋੜ ਨਾ ਦਈ ਉੱਤੇ ਨਾ ਮਰਾਦਾ ਹੱਦ ਹੋ ਗਈ ਯਾ ਇੱਧਰ ਕਰ ਕੁੜੀਏ ਪਹਿਲੇ ਪਿਰਚਾ ਦੀ ਪਾ ਲਓ ਕੱਪ ਵੀ ਫੁੱਲ ਭਰਦਾ ਇਹ ਇਸ ਬੰਦੇ ਨੂੰ ਅਕਲ ਜਿਹੜੀ ਨਾ ਅੱਛਾ ਦੇਰ ਤੇ ਲੱਗੀ ਹੈ ਲੇਕਿਨ ਚਾਹ ਦਾ ਰੰਗ ਨਿਕਲਿਆ ਦੋ ਕਤਰੇ ਭਰ ਕੇ ਆਉਂਦੇ ਹਨ ਉਹ ਵੀ ਰੋਡ ਛੱਡੇ ਲਓ ਜੀ ਮੈਨੂੰ ਬੱਚੀ ਬੜੀ ਪਿਆਰੀ ਲੱਗੀ ਜੇ ਮਨ ਕੀ ਬਾਤ ਹੈ ਦੇਖ ਨਾ ਮਾਸ਼ਾਅੱਲਾ ਕੀ ਬਾਤ ਹੈ ਸਾਡੀ ਬੱਚੀ ਦੀ ਹਾਂ ਦੇਖੋ ਬੜੀ ਸੋਹਣੀ ਹੈ ਬਹੁਤ ਬੜੀ ਸੋਹਣੀ ਤੁਹਾਡੀਆਂ ਤੇ ਕੁਛ ਵੀ ਨਹੀਂ
ਉਹ ਬੇਵਕੂਫਾ ਮੈਂ ਰਿਸ਼ਤੇ ਦੀ ਗੱਲ ਕਰਨ ਡਿਆ ਵੇ ਕਿੱਡੀ ਸੋਹਣੀ ਬੱਚੀ ਅੱਲਾ ਤਾਲਾ ਨੇ ਕਿੱਡਾ ਸੋਹਣਾ ਚਿਹਰਾ ਬਣਾਇਆ ਬੱਚੀ ਦਾ ਕਮਿਸ਼ਨ ਹੈ ਜੀ ਮੇਰੀ ਕਮਿਸ਼ਨ ਹੈ ਸ਼ਾਦੀ ਹੋ ਗਈ ਤੇ ਮੇਰੀ ਕਮਿਸ਼ਨ ਹੀ ਬੈਠੀ ਕਮਿਸ਼ਨ ਨਹੀਂ ਫੀਸ ਤੂੰ ਕੀ ਆਲਟੋ ਵਿੱਚ ਨਹੀਂ ਬੇਵਕੂਫ ਜੀਆ ਮੈਂ ਅੱਲਾ ਬੱਚੀ ਦਾ ਚਿਹਰਾ ਰੱਬ ਨੇ ਏਡਾ ਸੋਹਣਾ ਬਣਾਇਆ ਫਿਰ ਕੱਲਾ ਨੇ ਆਵੇ ਹੁਣ ਮੇਰਾ ਚਿਹਰਾ ਬਣਾਇਆ ਮੈਨੂੰ ਲੱਗਦਾ ਫਰਿਸ਼ਤੇ ਕਾਫੀ ਲੱਗੇ ਰਹੇ ਨੇ ਵਿੱਚੋਂ ਕੰਮ ਕਿਸੇ ਨੂੰ ਵੀ ਨਹੀਂ ਆਉਂਦਾ ਨਹੀਂ ਜੀ ਫਰਿਸ਼ਤਿਆਂ ਨੂੰ ਕੰਮ ਆਉਂਦਾ ਸੀ ਤੁਹਾਨੂੰ ਜਲਦੀ ਸੀ ਫਰਿਸ਼ਤਿਆਂ ਨੇ ਇੰਨੀ ਮਿੱਟੀ ਇਕੱਠੀ ਕੀਤੀ ਮੂੰਹ ਬਣਾਉਣ ਲਈ ਉਹ ਮਿੱਟੀ ਰੱਖ ਕੇ ਉਹਦਾ ਮੂੰਹ ਉੱਧਰ ਹੋਇਆ ਤੁਸੀਂ ਉੱਤੇ ਰੱਖ ਕੇ ਤੁਰ ਪਏ ਚੱਲੀਏ ਤੁਸੀਂ ਅੱਲਾ ਤਾਲਾ ਦਾ ਇਹ ਸ਼ੁਕਰ ਹੈ ਮੈਂ ਮੂੰਹ ਦੀ ਮਿੱਟੀ ਪੂਰੀ ਲੈ ਆਇਆ ਇਹਨੂੰ ਹਲੇ ਫਰਿਸ਼ਤੇ ਨੇ ਗਰਦਨ ਤੱਕ ਹੀ ਬਣਾਇਆ ਸੀ ਉਹ ਨਾਲ ਪਰਾਂ ਜਿਹੜਾ ਫਰਿਸ਼ਤਾ ਬੰਦਾ ਬਣਾਉਣ ਡਿਆ ਸੀ ਉਹਨੇ ਐਵੇਂ ਆਪਣੀ ਉਂਗਲ ਸਾਫ਼ ਕਰਕੇ ਪਰਾਂ ਸੁੱਟੀ ਉਹ ਮਿੱਟੀ ਇੰਨੀ ਕੁ ਇਹਦੀ ਧੌਣ 'ਤੇ ਡਿੱਗੀ ਇਹਨੇ ਸਮਝਿਆ ਉਹਦੇ ਮੂੰਹ ਲੱਗ ਗਿਆ ਉੱਠ ਕੇ ਨਿਕਲ ਆਇਆ ਇਹਦਾ ਜਦੋਂ ਮੂੰਹ ਬਣ ਮੈਂ ਤੈਨੂੰ ਕੁਛ ਕਿਹਾ ਸਹੀ ਕਹਿਣ ਡਿਆ ਤੂੰ ਮੇਰੇ ਨਾਲ ਗੱਲ ਕਰ ਉਹ ਆਪਣੇ ਪਜਾਮੇ 'ਚ ਮਗਨ ਹੈ ਉਹਨੂੰ ਕਿਉਂ ਛੇੜ ਚੱਲਦੇ ਮੂੰਹਾਂ 'ਚ ਆ ਗਿਆ ਤੂੰ ਵੀ ਫਰਿਸ਼ਤੇ ਇਹਦੇ ਵਾਰੀ ਵੀ ਐਡਾ ਵੱਡਾ ਇਹਦਾ ਮੂੰਹ ਬਣਾ ਰਹੇ ਸੀ ਇੰਨੀ ਮਿੱਟੀ ਲਾ ਕੇ ਐਡਾ ਵੱਡਾ ਮੂੰਹ ਬਣਾ ਕੇ ਫਰਿਸ਼ਤਾ ਗਿੱਲੇ ਹੱਥ ਕਰਕੇ ਤਿਆਰੀ ਲਾਉਣ ਲੱਗਾ ਅੱਲਾ ਮੀਆਂ ਫਰਿਸ਼ਤੇ ਨੂੰ ਕਹਿੰਦੇ ਗੱਲ ਸੁਣ ਕਹਿੰਦਾ ਅੱਛਾ ਜੀ ਇਹਦਾ ਮੂੰਹ ਪੈਰ ਥੱਲੇ ਆ ਗਿਆ ਨਾ ਇਹਦਾ ਵੀ ਫਰਿਸ਼ਤਾ ਮੂੰਹ ਬੜਾ ਮੋਟਾ ਬਣਾਉਣ ਡਿਆ ਐਡਾ ਸੋਹਣਾ ਐਡਾ ਗੋਲ ਮਟੋਲ ਮੂੰਹ ਬਣਾਉਣ ਡਿਆ ਉਹ ਬਣਾਉਂਦੇ ਬਣਾਉਂਦੇ ਗੱਲਾਂ ਕਰਦੇ ਨਾਲ ਦੇ ਫਰਿਸ਼ਤੇ ਨੇ ਕੋਈ ਲਤੀਫਾ ਸੁਣਾਇਆ ਇਹਦਾ ਹਾਸਾ ਨਿਕਲ ਗਿਆ ਅੱਲਾ ਕਿਸੇ ਦੁਸ਼ਮਣ ਦਾ ਮੂੰਹ ਵੀ ਤਾੜੀ ਚ ਨਾ ਆਵੇ ਅੱਲਾ ਦੇਖੋ ਨਾ ਕੀ ਹਾਲ ਹੋ ਗਿਆ ਬਾਬਾ ਜੀ ਨੇ ਜਦੋਂ ਮਰਨਾ ਹਿਸਾਬ ਨਹੀਂ ਹੋਣਾ ਸਿੱਧੇ ਜੰਤੀ ਨੇ ਉਹ ਕਿਵੇਂ ਅੱਲਾ ਮੀਆਂ ਨੇ ਫਰਿਸ਼ਤਿਆਂ ਨੂੰ ਕਹਿਣਾ ਕਿ ਲਿਆਓ ਵੀ ਇਹਦਾ ਹਿਸਾਬ ਫਰਿਸ਼ਤਿਆਂ ਨੇ ਅੱਗੇ ਰਜਿਸਟਰ ਰੱਖਣੇ ਦੋਵੇਂ ਸਾਫ਼ ਅੱਲਾ ਮੀਆਂ ਨੇ ਕਹਿਣਾ ਕੁਝ ਲਿਖਿਆ ਨਹੀਂ ਉਹਨਾਂ ਕਹਿਣਾ ਸਰਕਾਰ ਜਦੋਂ ਲਿਖਣ ਲੱਗਦੇ ਸੀ ਤੁਰ ਕੇ ਹਿਲਾ ਦਿੱਤਾ ਸੀ ਇਹਦੇ ਵੀ ਰਜਿਸਟਰ ਸਾਫ਼ ਹੀ ਪੇਸ਼ ਹੋਣੇ ਅੱਲਾ ਪਾਕ ਨੇ ਕਹਿਣਾ ਲਿਖਿਆ ਨਹੀਂ ਜੇ ਕੋਈ ਫਰਿਸ਼ਤਿਆਂ ਕਹਿਣਾ ਸਰਕਾਰ ਮੋਢਿਆਂ ਤੇ ਬੰਦੇ ਤੇ ਲਿਖਦੇ ਅਸੀਂ ਤੇ ਟਹਿਣੀ ਤੇ ਬੈਠੇ ਰਹੇ ਬਾਬਾ ਜੀ ਨੇ ਜਨਾਜ਼ੇ ਤੋਂ ਮਾਰ ਪਈ ਅੱਛਾ ਹਾਂ ਜਨਾਜ਼ੇ ਨੂੰ ਮੋਢਾ ਦਿੱਤਾ ਭੱਜ ਕੇ ਇੰਜ ਕਰਕੇ ਨਾਰ ਰਲੇ ਨੇ ਉਹਨਾਂ ਜਨਾਜ਼ਾ ਰੱਖ ਕੇ ਕੁੱਟਿਆ ਕਹਿੰਦੇ ਸਾਡਾ ਪਿਓ ਮਰਿਆ ਤੂੰ ਲੁੱਡੀਆਂ ਪਾਉਣ ਡਿਆ ਇਹ ਫਿਰ ਨੱਸ ਕੇ ਮੇਰੇ ਕੰਨ ਕੋਲ ਆ ਕੇ ਕਹਿੰਦਾ ਬਾਬਾ ਇਹ ਤੇ ਤੈਨੂੰ ਮਾਰਨ ਡਏ ਨਾ ਸਾਡਾ ਅੱਬਾ ਮਰਿਆ ਤੇ ਜ਼ਰੂਰ ਆਈ ਅਸੀਂ ਲੁੱਡੀਆਂ ਪਵਾਉਣੀਆਂ ਨੇ ਇੱਕ ਜਨਾਜ਼ੇ ਨੂੰ ਇਹਨੇ ਮੋਢਾ ਦਿੱਤਾ ਫਰਿਸ਼ਤਾ ਉੱਠ ਕੇ ਖਲੋ ਗਿਆ ਕਹਿੰਦਾ ਰਸਤੇ 'ਚ ਟੋਏ ਨੇ ਇੱਕ ਜਨਾਜ਼ੇ ਨੂੰ ਇਹਨੇ ਮੋਢਾ ਦਿੱਤਾ ਮੁਰਦਾ ਉੱਠ ਕੇ ਬਹਿ ਗਿਆ ਉਹਨੇ ਕਿਹਾ ਹੱਦ ਹੋ ਗਈ ਯਾਰ ਜੰਮਣ ਵਾਲੇ ਵੀ ਉਹੀ ਬੰਦੇ ਤੇ ਮਰਨ ਵਾਲੇ ਵੀ ਉਹੀ ਬੰਦੇ ਇੱਕ ਜਨਾਜ਼ੇ ਨੂੰ ਇਹਨੇ ਮੋਢਾ ਦਿੱਤਾ ਫਰਿਸ਼ਤੇ ਨੇ ਉੱਤੋਂ ਵੇਖ ਕੇ ਕਿਹਾ ਵਾਹ ਮੌਲਾ ਤੂੰ ਤੇ ਆਂਦਾ ਬਿਜੂ ਕਬਰ ਜਾਣਗੇ ਮੰਜੀ ਨਾਲ ਹੀ ਚਮੜੇ ਉਹਨੇ ਰੈਡੀਮੇਡ ਲਿਆ ਸੀ ਮਾਮਾ ਵਾਲਾ ਬੜੇ ਹਲਾਮੇ ਦਿੰਦੇ ਬਾਬੇ ਦੇ ਅੱਛਾ ਹਾਂ ਕਹਿੰਦਾ ਬਾਬਾ ਪੈਸੇ ਦੇ ਦਿੰਦਾ ਨਹਾਉਂਦਾ ਹੈ ਨਹੀਂ ਮੈਂ ਕਿਹਾ ਕਿਵੇਂ ਕਹਿੰਦੇ ਟੂਟੀ ਖੋਲ ਕੇ ਅੱਗੇ ਪਿੱਛੇ ਹੁੰਦਾ ਰਹਿੰਦਾ ਇੱਕ ਦਿਨ ਬਾਬਾ ਜੀ ਬਾਲਟੀ ਭਰ ਕੇ ਗਲੀ 'ਚ ਨਹਾਉਣ ਡਏ ਉੱਥੇ ਵੀ ਸੁੱਕੇ ਡੱਬਾ ਭਰ ਕੇ ਇੰਝ ਪਿੱਛੇ ਸੁੱਟ ਦੋ ਆਪ ਨਹਾਤੇ ਨਹੀਂ ਪਿੱਛੇ ਬੱਚੇ ਨਹਾਉਂਦੇ ਮੈਂ ਕਹਿਣਾ ਨਹੀਂ ਕਿ ਤੂੰ ਡੱਬਾ ਮਗਰ ਸੁੱਟਿਆ ਤੇ ਤੇਰੇ ਤੇ ਪੈ ਗਿਆ ਵਰਤ ਪੀ ਗਿਆ ਬਾਬਾ ਬੱਚੀ ਬੜੀ ਪਿਆਰੀ ਲੱਗੀ ਬੜੀ ਪਿਆਰੀ ਜੀ ਏਡੀ ਪਿਆਰੀ ਬੱਚੀ ਦੇਖੋ ਇਹੋ ਜਿਹੇ ਬਾਬੇ ਕੁੱਤੇ ਨੂੰ ਵੇਖ ਕੇ ਕਹਿਣ ਦਿੰਦੇ ਮੇਰਾ ਵਿਆਹ ਹੋਇਆ ਹੁੰਦਾ ਨਾ ਮੇਰੇ ਵੀ ਏਡੇ ਏਡੇ ਬੱਚੇ ਹੋਣੇ ਸੀ ਇਹੋ ਜਿਹੇ ਮੁੰਡੇ 6-7 ਕਤੂਰੇ ਵੇਖ ਕੇ ਅੱਬੇ ਨੂੰ ਕਹਿਣ ਡੈ ਹੁੰਦੇ ਨੇ ਅੱਬਾ ਉਹ ਵੇਖ ਕੁੱਤੇ ਤੇ 7 ਨੇ ਮੈਂ ਇਕੱਲਾ ਭਰਾ ਇਹ ਰਿਸ਼ਤੇਦਾਰ ਹੈ ਮੇਰਾ ਅੱਛਾ ਜੀ ਹਾਂ ਮੇਰਾ ਰਿਸ਼ਤੇਦਾਰ ਕੀ ਲੱਗਦਾ ਇਹ ਮੇਰਾ ਲੱਗਦਾ ਹੈ ਸਕੀ ਮਾਸੀ ਦੇ ਕੁੱਤੇ ਦਾ ਪੁੱਤਰ ਭਰਾ ਲਓ ਜੀ ਮੈਂ ਅੰਦਰ ਵਰਤੀ ਹੀ ਸਮਝ ਗਿਆ ਹਾਂ ਤੁਸੀਂ ਦੋਵੇਂ ਕਿਸੇ ਕੁੱਤੀ ਫੈਮਿਲੀ ਦੇ ਬੰਦੇ ਲੱਗਦੇ ਰਿਸ਼ਤੇ ਦੀ ਗੱਲ ਕਰੋ ਕੁੜੀ ਕਿੱਡੀ ਅੱਛੀ ਹੈ ਏਡੀ ਮੈਨੂੰ ਪਿਆਰੀ ਲੱਗੀ ਜਿਹੜਾ ਇਹ ਬੱਚੀ ਹਾਂ ਜੀ ਅਰਜ਼ ਕੀਆ ਹੈ ਬਿਸਮਿਲਲਾ ਗਰਮੀ ਇਹ ਹਸਰਤ ਨਾਕਾਮ ਸੇ ਜਲ ਜਾਤੇ ਹੈ ਵਾਹ ਕੀ ਗਰਮੀ ਇਹ ਹਸਰਤ ਨਾਕਾਮ ਸੇ ਜਲ ਜਾਤੇ ਹੈ ਤੂੰ ਘਰ ਨਹੀਂ ਹੁੰਦਾ ਤੇ ਤੇਰੇ ਘਰ ਬੜੇ ਬੰਦੇ ਜਾਤੇ ਓ
اکثر جاتے ہیں ابا جی ان کو لطیفے سناتے ہیں۔ گرمی یہ حسرت ناکام سے جل جاتے ہیں، ہم چراغوں کی طرح شام سے جل جاتے ہیں، شمع جس آگ میں جلتی ہے نمائش کے لیے۔ شمع دی گل ہون لئی یہ لال ٹہنا چ نچن والے آ جی، شمع جس آگ میں جلتی ہے نمائش کے لیے، واہ واہ واہ، ہم اسی آگ میں گمنام سے جل جاتے ہیں، آہا، اور جب بھی آتا ہے تیرا نام میرے نام کے ساتھ، واہ، جانے کیوں لوگ میرے نام سے جل جاتے ہیں۔ ہائے ہائے، ماں سب کے جائے، ایڈے سونے شیر ایڈی زبان چسن بیٹا، تیرا خیال ہے فارسی دے ہن فارسی؟ نہیں، اے جڑی زبان دیتی ہوں دینا ہو دے نے، تانوں نہیں سمجھ آئی میرا خیال؟ نہیں، انہوں نے فرمایا کہ جب بھی آتا ہے تیرا نام میرے نام کے ساتھ، جانے کیوں لوگ میرے نام سے جل جاتے ہیں، اتنے کاریگر ہیں بابا جی، ایک ٹانگ سے راول پنڈی چلے جاتے ہیں۔ جانے کیوں لوگ میرے نام سے جل جاتے ہیں، اے ہو جی چیزاں مر جان تے محلے دے بچے پوچھن تے سیبا بن کے بڑا گھماتے ہیں۔ ڈراما دیکھنے آتے ہیں اور سو جاتے ہیں۔ اور بعد میں ساتھ والے اٹھاتے ہیں۔ لو جی بھائی، لو بچی بڑی پیاری لگی۔ کیا آپ لوگ تو باہمی گفت و شنید میں مشغول ہو گئے، ہماری تو کوئی سنتا ہی نہیں۔ ہم جاتے ہیں۔ اوبرا، تسی آج کالج نہیں گئے؟ جی کالج ہم نہیں، ہماری بڑی باجی جاتی ہے بشرا جی، ہم تو ابھی بھی سیکنڈ ایئر کے ایگزامز دے کر فارغ ہوئے۔ چچا میاں، واہ واہ، دیکھو میں نے کدی کہے چچا نہیں کیا، او نال میاں بھی کہہ گئی۔ پورا نہیں نہ کیا انہیں؟ جی جی، پورا نہیں کیا تھا۔ پورا کی؟ میاں چنو دروگے والا۔ وہ دروگے والے تو مینوں یاد آیا، پجامے پنڈوں میں مل جائے۔ بیٹھے رہنا سی ہو گیا؟ لو میں بڑا خوش ہوا جی، ماننا بچی دیکھ کے، دیکھو دوویں ایکو ماں دیا تھی، مگر ایک ہور تے دوجی ہور، گل وچوں ہور کی ہور۔ او نہیں جناب، شکلاں رجندیاں نے دنیا چ، اچھا، لیکن فطرتاں علیحدہ علیحدہ ہوندیاں۔ ایہی میں حیران ہون دیا، دوواں دی شکلاں ہی کچھ ہی نے، مگر ایک مشرقی اور ایک بالکل مغربی بچی۔ ہاں جی، ویسے انہاں دوواں نوں کٹھے کھلار کے گفتگو سنیے، بڑا مزہ آئے۔ ایمان بلاؤ یار دوواں نوں۔ جی ضرور، دوواں نوں بلاؤ۔ کریم رانی، کریم رانی اے تاں نویں چلی اے، بک بک نہیں۔ ہاں جی، اندر جا کے بشرا لے کے آ۔ ہونی تے کبرا گئی، بشرا کتھوں آئے گی؟ بس بات کر، چل تو بلا لے۔ او میں ابا دا، تو بلا لے بیٹی، ایک دوجے دا آسرا لین لگ پیو، کیڑا راوی تے بول تے جانا، میں آپ لے آں۔ نہیں، ساری بشرا بی بی اس ٹائم سُتے ہوندے نے، رات دیر تک پڑھدے رہندے نے نا۔ بابا جی چپ کر جا، مینوں اے دی گل نہیں سمجھ آوندی۔ جی ادھر دیکھو یارا، ٹہنی پہ کسی خسرے کی تے میں بیان فیس نہیں دتی، نہیں ہلے میں تے اندر نہیں جاندا، میرے خطر رہا۔ اوہو، یہ کیا شور مچا رکھا ہے؟ خطرہ ٹل گیا، تہاڈا اپنا ٹر جتھے مرضی پھرو۔ لو جی بچی، اے وی بڑی مینی ایمان نہ، میں بسم اللہ، بہت اچھی بچی لگی۔ ہیلو مسٹر کوکھر، آئی ایم بشرا، نائس ٹو میٹ یو۔ لو جی بچی، اے وی مینوں بڑی پیاری لگی۔ ابا جی، میں تے پہلے کبرا نوں ملی سا، تے او میری سہیلی اے، ਨੂੰ ਭਾਵੇਂ ਜਿਹੜੀ ਮਰਜ਼ੀ ਬਣਾਣਾ, ਮੈਂ ਚੱਲੀ ਆਂ ਅੰਦਰ ਕੁਬਰਾ ਵੱਲ। ਓ ਨਾ ਡਈਏ, ਲੈ ਜੀ ਬੜੀ ਖੁਸ਼ੀ ਹੋਈ ਜੇ ਮੈਨੂੰ ਮਿਲ ਕੇ ਤਾਂ ਨਹੀਂ ਮਾਰਨਾ। ਹਾਂ ਜੀ, ਮੈਂ ਤੇ ਮੈਂ ਤੇ ਆ ਕਾਰ ਆਂ ਦੀ ਤੁਹਾਡਾ ਪਹਿਲੇ ਪੁੱਛਿਆ, ਮੈਨੂੰ ਤੇ ਦੱਸਣ ਦੇ ਹਣ ਕੇ ਤੁਸੀਂ ਐਸ ਬਾਬੇ ਐਸ ਮੋਢੇ ਆ ਲਾ ਜੋ, ਇਧਰ ਯਾਰਾ ਬੁਨਿਆਦਾਂ ਹੀ ਲਈ ਆਣੀ। اور سناؤ کھوکھر یار، کیسے ہو؟ اے کھوکھر یار، شکر اللہ کا جناب، کہ تم نے اپنا کیا حال بنا رکھا ہے؟ میں مست ہو گئی ہوں یار، کو واک شاک کیا کرو؟ واک شاک میں کرتا ہوں دا ہے جی، میرا ملے دے بچے پیچھے نعرے لاندے نے، لنگڑ دین بجائے بین، لنگڑ دین بجائے۔ میں ہے میں بندہ بین بجائے بین نہ دولا میں لیندہ، پھر یہ دوا کرو اس کا، میں پھر واک شاک دیتی۔ کیا تم ایسا کرو، اگر تم اکیلے واک نہیں کر سکتے تو مجھے بلا لیا کرو، میں تمہارے ساتھ
ہڈیاں کروں گی؟ اچھا یہ بتاؤ گے تمہارے بیٹے کا نام کیا ہے؟ میرے بیٹے کا نام راجا ہے جی. راجا؟ ہاں جی. کتنا بےہودا نام ہے راجا. نہیں یہ نائیاں والا راجا نہیں ہے, دوجا راجا. ایک تو ہوں راجا یار دخلا آتے دھیان کا کیوں نہیں. تم ایسا کرو اپنے بیٹے کا کوئی اچھا سا نام رکھو. کیڑا جی؟ جیسے کہ تمہارا نام ہے, کتنا سویٹ نیم ہے کھوکھر, تم اس کا نام رکھو ابن کھوکھر. اچھا جی. پھر اس کے نام پر فلمیں بنا کریں گے, سن آف کھوکھر, گریجویٹ کھوکھر, کھوکھر ہی کھوکھر, کھوکھر کی واپسی, وحشی کھوکھر, کھوکھر اعظم, بوڑھا کھوکھر. یہ ساری چل گئی میرے تو لو سٹوری بنانی جی. کون سی؟ کھوکھر کی شادی. اودے چ میں تہاڈی امی نو کاشت کر لے, میں تہاڈا دس دیا ممی کو. ہاں جی. اور وہ بنواواں گے تو مووی کرا. ہائے کبرا تے ماری نہیں آ رہی. ہائے ہائے میں تہن دسیا تے ہے نہ ہنڈے ہی ہے پر پانی دی تے آواز نہیں آ رہی. ٹوٹی بند کر کے نہ ہنڈے ہی ہے. بلے 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 دیکھو کڈی عقل مند بچیاں. میں ساری زندگی یہی سوچدا رہیا مینوں نہ دیاں ٹھنڈ کیوں لگدی. یہ سیدھا علاج ہے بندہ ٹوٹی بند کر کے نہ. ٹھنڈ تے آپ ہی لگنی ہے تانوں. کیوں جی؟ گلے پانی نال کیوں نہاندے ہو؟ تے ہور پہلے پانی نوں دھوپے سکھانا ہے, پھر چھنڈنا ہے, پھر نہانا ہے. تیری مت بجی ہے. نہائی دا گلے پانی نال ہی ہے, سکے پانی نال پجامہ دھوئی دا ہے. اتنا نہیں کری جا ہوں جائی دا پیارا دیکھو لے پینڈیا کی پوچھا چلاندہ. مینوں جی میں یہ ماننا بڑی خوشی ہوئی تانوں. میں کیا اپنی لت کھول کے دے. ایڈا لانتی نہیں چھڈے گا, آپا ڈیک لے گا. یہ کھلا لے بھن. میری اکھ چ ویخ کھاں چ لالی آئی ہے کہ نہیں. جی آئی ہے تو پھوکاں شروع کر دے. تے میری واری پھوکاں مک گئیاں جی. کل پھوکاں پر پھوکاں. اوئے ہاں اوئے او تیری اکھاں نی لال پجامے دا شیڈ پین دے. او بھرا وی آ دے نال تے پاسر دے ٹکنے لگے. اوئے با ابا نے سمجھا یار ذرا. ہائے ابا یار او یار یہ اچھی ہوئی. شکل رلدی متنجن ارگی اولاد جم نہیں. بدمی تواڈے بچے کتھوں آئے نا مرادہ. تسی تے اپنے آنڈے پی جاندے ہو. اے جناب تینے میرے بچے نے. اے تین بیوی ہیں چنے. اچھا اے جناب میرے اے سب تو وڈا جی. اے تیرے میں آندا بچہ جی. اے میرا سب تو نکا پتر. اے پہلے وڈا ہوندا ہی جی تے بوری ڈگی ہن نکا ہو گیا. اے وی تواڈا پتر ہے جی. ہاں جی. اے وی لگدا تواڈے نالوں سال 6 مہینے چھوٹا ہے. کمیٹیاں پا کے تینے کٹھے کھڑنے نال یار آپے دا بھی فائدہ ہو جائے گا. بدتمیز سی بچی نے ریفیوز کر کے چلا گیا. اج میں کلا نہیں آیا. میرے ابا جی نے
ਇਹ ਵੀ ਤੇਰੇ ਅੱਬਾ ਜੀ ਨੇ ਅੱਬਾ ਜੀ ਨੇ ਉਹ ਮੈਂ ਅੱਬਾ ਉਹਦਾ ਅੱਛਾ ਬਦਤਮੀਜ਼ ਹੈ ਤੇ ਕੌਣ ਹੈ ਮਕਰੂ ਜਿਹਾ ਜ਼ਨਾਨਾ ਅੱਬਾ ਚੱਲ ਆ ਜਾ ਤੂੰ ਹੱਥ ਧੋ ਕੇ ਸੁਣ ਲਈ ਹਾਂ ਤੇ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਮੇਰੇ ਵਾਲ ਸਾਹਿਬ ਨੇ ਉਹ ਤੇ ਨਲਾਇਕ ਆਦਮੀ ਸੀ ਮੈਂ ਤੇ ਮਾਸ਼ਾਅੱਲਾ ਬੀਏ ਕੀਤਾ ਜੀ ਇਹ ਕੀ ਕੀਤਾ ਯਾਰ ਸਾਰੇ ਮਾਵਾਂ ਭੈਣ ਵਾਲੇ ਘਰ 'ਚ ਤੂੰ ਬੀਏ ਹੀ ਕਰਤਾ ਫੜ ਕੇ ਤੈਨੂੰ ਸ਼ਰਮ ਨਹੀਂ ਆਈ ਤੂੰ ਦੱਸ ਤੂੰ ਗੱਲ ਕਰ ਮੈਂ ਕੀ ਆਈ ਤੂੰ ਵਿਹੜੇ 'ਚ ਮੈਟਰ ਕਰਤਾ ਹੀ ਤੇ ਨਾਲ ਮੈਂ 3 ਰੁਪਏ ਵੀ ਰੱਖ ਆਇਆ ਸੀ ਇਹ ਤਾਂ ਮਜ਼ਾਕ ਕਰ ਰਹੇ ਜੀ ਮੈਂ ਤੁਹਾਨੂੰ ਸੀਰੀਅਸ ਦੱਸ ਰਿਹਾ ਤੁਸੀਂ ਯਕੀਨ ਕਰੋ ਅਸੀਂ ਬੜੀ ਸ਼ਰੀਫ ਫੈਮਿਲੀ ਨਾਲ ਤਲਕ ਰੱਖਣ ਆ ਰਹੇ ਤੇ ਤੁਸੀਂ ਸਾਨੂੰ ਇੱਥੋਂ ਰਿਫਿਊਜ਼ ਨਾ ਕਰਨਾ ਉਹ ਤਾਂ ਤੁਹਾਡੀ ਬੱਚੀ ਨੂੰ ਸਿਰਫ ਇਸ ਵਾਸਤੇ ਛੱਡ ਕੇ ਗਏ ਤੇ ਤੁਹਾਡੀ ਬੱਚੀ ਮਾਡਰਨ ਹੈ ਅਗਰ ਤੁਹਾਡੀ ਬੱਚੀ ਮਾਡਰਨ ਹੈ ਤੇ ਕੀ ਹੋਇਆ ਅਗਰ ਉਹਦੇ ਵਾਲ ਕੱਟੇ ਨੇ ਤੇ ਕੀ ਹੋਇਆ ਅਗਰ ਉਹਦਾ ਮਾਹੌਲ ਇਹੋ ਜਿਹਾ ਹੈ ਤੇ ਕੀ ਹੋਇਆ ਅਗਰ ਮੇਰੇ ਦੋਵੇਂ ਭਰਾ ਬੇਗੈਰਤ ਨੇ ਤੇ ਕੀ ਹੋਇਆ ਇਹ ਕੀ ਹੋਇਆ ਓਏ ਰਿਸ਼ਤੇ ਦੀ ਗੱਲ ਕਰੋ ਘਰ ਦੀਆਂ ਗੱਲਾਂ ਕਰ ਜਾ ਕੇ ਕਰਾਂ ਅੱਛਾ ਹਾਂ ਤੇ ਮੈਂ ਕਹਿ ਰਿਹਾ ਸਾਡੇ ਦੇਖੋ ਇਹ ਸਾਡੀਆਂ ਝੋਲੀਆਂ ਤੁਹਾਡੇ ਸਾਹਮਣੇ ਨੇ ਖੁਦਾ ਦਾ ਵਾਸਤੇ ਇਹਦੀ ਰਿਸ਼ਤਾ ਪਾ ਦੇ ਅਸੀਂ ਬੜੇ ਮੁਸਕਿਲ ਲੋਕ ਅਸੀਂ ਜਿਹੜੇ ਗੁਜ਼ਾਰਾ ਕਰਨੇ ਆ ਸਾਨੂੰ ਪਤਾ ਹੈ ਸਾਡਾ ਇੱਕੋ ਜੱਪਾ ਜਿਹਾ ਵੇਖੋ ਸਾਹਮਣੇ ਖੜੋਤਾ ਲੈਣਾ ਅੱਪੀ ਤੋਂ ਜਾਣਾ ਅੱਪੂ ਅੱਪੀ ਤੋਂ ਜਾਣਾ ਅੱਪੂ ਅੱਪੀ ਤੋਂ ਜਾਣਾ ਇਹ ਤੇ ਗੁੱਤੀ ਕਹਿਣ ਦੇ ਅੱਪੀ ਕੋ ਜਾਣਾ ਮੈਂ ਤੈਨੂੰ ਅੱਮੀ ਲੈ ਕੇ ਦੇਣਾ ਮੈਨੂੰ ਅੱਪੀ ਤੋਂ ਜਾਣਾ ਅੱਪੀ ਤੋਂ ਜਾਣਾ ਆ ਮੇਰੇ ਬੱਚੇ ਨੇ ਜਲਾਬ ਦੇਖੋ ਮੇਰੇ ਹੱਥੋਂ ਆ ਤਿੰਨੇ ਮੇਰੇ ਬੱਚੇ ਨੇ ਆ ਵਿੱਚ ਕੋਈ ਬਿੱਲੀ ਦੇ ਬੱਚੇ ਵੀ ਛੱਡ ਗਿਆ ਅੱਪੀ ਕੋ ਜਾਣਾ ਆ ਮੇਰੇ ਬੱਚੇ ਨੇ ਜਿੱਤ ਗਏ ਆ ਦੇਖੋ ਕੀ ਹੋਇਆ ਜੀ ਉਹ ਮੇਰਾ ਪੈਰ ਥੱਲੇ ਆਇਆ ਇੱਧਰ ਹੋ ਜਾ ਬਦਤਮੀਜ਼ ਆ ਲੈ ਜੀ ਆ ਲੈ ਜੀ ਤਿੰਨੋਂ ਮੇਰੇ ਬੱਚੇ ਨੇ ਜੀ ਉਹ ਕਿਸੇ ਦਾ ਬੱਚਾ ਨੀ ਮੈਨੂੰ ਨਹੀਂ ਪਤਾ ਹੈਲੋ ਭਾਈ ਜਾਨ ਜੀ ਆਪਸ ਚ ਰੱਖੋ ਬਹਿਲੋਈ ਨੂੰ ਨਾ ਛੇੜੋ ਚਲੋ ਠੀਕ ਹੈ ਜਿਸ ਤਰ੍ਹਾਂ ਸਾਡੀ ਭੈਣ ਕਹਿੰਦੀ ਅਸੀਂ ਉਂਝ ਕਰਦੇ ਆ ਦੇਖੋ ਜਨਾਬ ਮੇਰੇ ਹੱਥਾਂ ਨੂੰ ਆ ਤਿੰਨੇ ਮੇਰੇ ਬੱਚੇ ਨੇ ਜੀ ਇਹਨਾਂ ਦੀ ਮਾਂ ਮਰ ਗਈ ਅੱਛਾ ਤੁਹਾਡੀ ਗੱਲ ਕਰਨੀ ਸਾਡੀ ਗੱਲ ਕਰਨੀ ਹੈ ਇਹ ਜਨਾਬ ਤਿੰਨੇ ਮੇਰੇ ਬੱਚੇ ਨੇ ਇਹਨਾਂ ਦੇ ਵਿਆਹ ਨਹੀਂ ਹੋਏ ਜਨਾਬ ਵਿਆਹ ਮਾਂ ਪਿਓ ਹੀ ਕਰਦੇ ਨੇ ਹਾਂਜੀ ਕੱਲਾ ਪਿਓ ਕਿੱਥੇ ਕਿੱਥੇ ਗੱਜਲ ਹੁੰਦਾ ਅੱਛਾ ਅੱਛਾ ਤੁਹਾਡੀ ਗੱਲ ਪਾ ਹਰ ਕੰਮ 'ਚ ਆਪਣੀ ਲੱਕੜ ਦੀ ਲੱਤ ਪਸਾ ਲੈਣੇ ਅੰਦਰ ਮਰ ਜਾ ਬਦੀਦ ਹੋਇਆ ਫਿਰਦਾ ਭਾਈ ਐਸਾ ਲਾਂਤੀ ਟਾਲੀ ਦਾ ਮੋਢ ਕਰਦਾ ਕੀ ਉਧਰ ਬਾਬਾ ਅੱਲਾ ਨੇ ਤੈਨੂੰ ਕੀਆ ਨੇ ਮੈਨੂੰ ਬੰਦਾ ਨੂੰ ਬੰਦਾ ਸਮਝੀ ਦਾ ਅੰਦਾਜ਼ਾ ਅੱਲਾ ਨੇ ਤੈਨੂੰ 3 ਪੁੱਤਰ ਦਿੱਤੇ ਤੇਰੀ ਤੇ ਅੱਡੀ ਨਹੀਂ ਜ਼ਮੀਨ ਤੇ ਲੱਗਦੀ ਆਪਣੀਆਂ 2 ਬੱਚੀਆਂ ਦਾ ਰਿਸ਼ਤਾ ਮੇਰੀ ਝੋਲੀ ਚ ਪਾ ਦਿਓ 2 ਬੱਚੀਆਂ ਦਾ ਪਾਪਾ ਉਹਨਾਂ ਦੀ 1 ਬੱਚੀ ਹੈ ਪੁਸ਼ਰਾ ਦੋ ਨੇ ਕੁਬਰਾ ਵੀ 1 ਹਾਂ ਮੈਂ ਤੇ ਹੈ ਕੌਣ ਗੁੱਡ ਮਾਰਨਿੰਗ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਪਿਆਰੇ ਬੱਚੋ ਆਜ ਹਮ ਮਾਸ਼ਰ ਤੇ ਅਲੂਮ ਕੇ ਬਹਿਸ ਕਰਾਂਗੇ ਕਿੱਧਰ ਮੈਂ ਆਪਣਾ ਬਸਤਾ ਲੈ ਆਵਾਂ ਉਹ ਆਪਣੇ ਵੇਲਾਂ ਵਾਲਾ ਬਸਤਾ ਲੈ ਆਵੇ ਯਾਰਾ ਮੈਂ ਅੰਦਰੋਂ ਤੇਰਾ ਥੋੜੇ ਵਾਲਾ ਦਸਤਾ ਲੈ ਬੜੇ ਜਵਾਬ ਨਾਮ ਰਾਦੇ ਨਹੀਂ ਦੇ ਦੇ ਆਇਆ ਖਵਾਉਂਦਾ ਪਿਆਉਂਦਾ ਕੁਝ ਹੈ ਨਹੀਂ ਐਵੇਂ ਗੱਲੇ ਕਰੀ ਜਾਂਦੇ ਬਾਬਾ ਜੀ ਮੈਂ ਤੇ ਉਹਦੀ ਤੁਹਾਡਾ ਖਾਦਮ ਆ ਤੁਹਾਡੀ ਮੈਂ ਖਿਦਮਤ ਕਰਨੀ ਬਲਕਿ ਦਾਵਤ ਕਰਨੀ ਹੈ ਅੱਛਾ ਜੀ ਹਾਂਜੀ ਦੁਆ ਕਰੋ ਜ਼ਹਿਰ ਸਸਤਾ ਹੋ ਜਾਏ ਬੜੇ ਦਵਾ ਚੈੱਕ ਕਰਕੇ ਲੈ ਆ ਦੇਖੋ ਜਨਾਬ ਆ ਤਿੰਨੋਂ ਮੇਰੇ ਵੈਸੀ ਇਹ ਬੱਚੀ ਕੌਣ ਇਹ ਨਹੀਂ ਮੈਂ ਪਹਿਲੇ ਵੇਖੀ ਮੈਂ ਖੁਦ ਬਤਾਤੀ ਹੂੰ ਹਾਂਜੀ ਮੇਰਾ ਨਾਮ ਹੈ ਰਾਬਿਆ ਮੈਂ ਬੁਸ਼ਰਾ ਬਾਜੀ ਛੋਟੀ ਭੈਣ ਆਪਕੋ ਪਤਾ ਮੇਰੀ ਮੰਮੀ ਡੈਡੀ ਨਾ ਉਸਸੇ ਬਹੁਤ ਪਿਆਰ
کرتے ہیں اچھا میں اپنی ممی کی بیٹی ہوں اور یہ میری بیٹی ہے پاپا ساڈے والا صاحب اودی بیٹی اودی ممی تو میرا پاپا میں تیرا بیٹا پاپا ہے دو میں کون نے برتمی وہ بھی میرے بچے نے اور تیرے مامے لگتے ہیں برتمی پہلے تمہارا گھٹا ہے ابا لگتا تو قتل ہوئے گا میں لیکن جہیز بہت بری چیز ہے جن بیٹیوں کے ماں باپ کے پاس جہیز نہیں ہوتا نا وہ ساری زندگی گھر بیٹھی بیٹھی بوڑھی ہو جاتی ہیں اور اس دکھ سے اس کے ممی ڈیڈی مر جاتے ہیں اللہ میاں کبھی کسی کے ممی ڈیڈی نہ مرے کبھی کسی کے ممی ڈیڈی نہ مرے ممی ڈیڈی تو بہت اچھے ہوتے ہیں وہ تو بیٹی کو ڈولی میں بٹھا کر یہی بولتے ہیں کہ سسرال کے گھر سے مر کر ہی نکلنا لیکن جو بیٹیاں جہیز نہ ہونے کی وجہ سے سسرال نہیں جاتی وہ ساری زندگی ماں باپ کی دہلیز پر کیوں بیٹھی رہتی ہے بابا جی بتائیے نا بابا جی یہ آپ کی بیٹی ہے آہو پتر ہے میری تھی بابا جی جب آپ کی بیٹی کی شادی ہوگی آپ بھی روئیں گے بچیا تھی ٹورنے لے تے بڑے بڑے پہاڑاں دے اتھرو نکل آؤندے نے میں تے پھر انسان بچیا سب تو نازک دل بندے دا تے دل دا ٹوٹا تھی اپنے دے وچ رہ کے بھی گنے آ جائے پرایا جی پترا تھی جی ایسا ہوندا میرے بچیا لیکن بابا جی بیٹی کی شادی پر ماں باپ روتے کیوں ہیں اگر انہیں رونا ہی ہوتا ہے تو بیٹی کی شادی کیوں کرتے ہیں شادی تو خوشی کو کہا جاتا ہے نا یہ کیسی خوشی ہے جس پر رویا جاتا ہے بتائیے نا بابا جی ممی ڈیڈی کیوں روتے ہیں تو فکر نہ کر پتر میں تیری ممی نو نہیں رون دیا گا قتل ہی ہوئے گا یار یار گل سنو میں جی ٹھیک ہونا کو ربا لیا وہ لانتی میرے گل پی جی میں کیا کی میں کئی دوستاں نوں دسدا ہاں دو میرے پتر نے ایک اصل لیلا رکھے ہے جی مگر تواڈیاں وی تین بچیاں ویکھ کے میں رب دا شکر کرنا رب نے مینوں تین منڈے دتے ہاں میرے تین پتر نے اپنی تینے تیاں میری چولی چ پا دیو جی کوئی ہور پوا لو میں ڈیک دینی ہے جی پاجی اپا جی جے تینوں کڑیاں ساڈے گھر تر گئیاں انہاں دا گھر تے ویلا ہو جائے گا ایتھے پھر جوا کراواں گے اچھا پا پوائے گا کی پرم ہے کھوکر صاحب جی تے زبان ہی نہیں منہ چڑھن دی کیوں کی ہے وہ کہن دے نے کہ تین سوٹ میں خرید لینے کڑیاں دے ناپ لے آؤ میں تینوں کڑیاں دا کٹھا ویاہ کرنا تے تینوں نہیں پتا جی ایک ہی کڑی ہے ایک تو چلی گئی نال
ਬੜੀ ਕੁੱਟ ਪੈਣੀ ਮਲਕ ਸਾਹਿਬ ਪਰ ਤੈਨੂੰ ਨਹੀਂ ਕੀ ਹੈ ਦਫਾ ਔਰਤ ਇੱਕ ਕੁੜੀ ਤੂੰ ਚਲੀ ਜਾਈ ਨਾਲ ਮੈਂ ਕੀ ਕਰਾਂ ਤੂੰ ਉੱਥੇ ਨਾਲ ਲੜਕੇ ਸਹੀ ਕਰੀ ਜਾਈ ਤਾਜ ਕੀ ਗੱਲ ਹੈ ਹੁਣ ਕੀ ਹੋਇਆ ਖੋਖਰ ਸਾਹਿਬ ਕਹਿਣ ਡੇ ਨੇ ਕਿ ਮੈਂ ਤਿੰਨਾਂ ਕੁੜੀਆਂ ਦਾ ਇਕੱਠਾ ਵਿਆਹ ਕਰਨਾ ਤੇ ਨਾਂ ਆਪ ਲੈ ਕੇ ਆ ਕੁੜੀਆਂ ਦੇ ਹਾਏ ਮੈਂ ਮਰ ਗਈ ਹੁਣ ਕੀ ਬੜੇ ਕੰਮ ਤੇ ਲੱਗੇ ਦਿਲ ਡੁੱਬਦਾ ਜਾ ਰਿਹਾ ਤੇ ਮੇਰੀ ਬਾਹ ਫੜ ਲਓ ਆ ਤਾਂ ਆ ਕੇ ਸਾਰੇ ਡੁੱਬ ਜਾਓ ਨਾ ਕੀ ਹੋਇਆ ਅੰਮੀ ਜਾਨ ਤੁਹਾਡੀ ਤਬੀਅਤ ਠੀਕ ਨਹੀਂ ਲੱਗ ਰਹੀ ਦੱਸਾਂ ਤੈਨੂੰ ਆਪਣੀ ਤਬੀਅਤ ਦਾ ਹਾਲ ਤੇਰੇ ਬਚਪਨੇ ਦੀ ਵਜ੍ਹਾ ਨਾਲ ਅਸੀਂ ਸਾਰੇ ਪਰੇਸ਼ਾਨ ਹੋ ਕੇ ਰਹਿ ਗਏ ਓਹੋ ਮੇਰੀ ਪਿਆਰੀ ਅੰਮੀ ਕੋਈ ਅੰਮੀ ਸ਼ਮੀ ਨਹੀਂ ਖੋਖਰ ਸਾਹਿਬ ਦੇ ਪੈਗਾਮ ਤੇ ਪੈਗਾਮ ਆਏ ਇਤਨਾ ਕੁੜੀਆਂ ਦੀ ਹਾਂ ਕਰੋ ਦੱਸ ਕਿਵੇਂ ਹਾਂ ਕਰਾਂ ਕਿੱਥੋਂ ਲਿਆਵਾਂ ਤਿੰਨ ਕੁੜੀਆਂ ਚਲੋ ਬੀਬੀ ਜੀ ਮੇਰੇ ਮੂੰਹ ਨੂੰ ਜਾਣ ਦਿਓ ਤੇਰੇ ਮੂੰਹ ਤੇ ਮੈਂ ਫਲੀਟ ਮਾਰਨਾ ਫੱਕ ਦੇ ਕੇ ਉਹਨਾਂ ਨੂੰ ਕਿਹਾ ਤੁਸੀਂ ਕਿ ਕਿਹੜੀ ਹਾਂ ਤੇ ਗੱਲ ਹੋਈ ਤੁਸੀਂ ਤਾਂ ਇੰਨੇ ਪਰੇਸ਼ਾਨ ਹੋ ਜਾਂਦੇ ਦੱਸੋ ਇਸ ਕੁੜੀ ਨੂੰ ਕੀ ਭਾਲ ਨੇ ਇਧਰੋਂ ਇੱਧਰ ਚਲੀ ਜਾਂਦੀ ਹੈ ਉਧਰੋਂ ਉੱਧਰ ਚਲੀ ਜਾਂਦੀ ਹੈ ਚਲੋ ਬੀਬੀ ਜੀ ਮੈਂ ਕਿਹਾ ਨਾ ਮੇਰੇ ਮੂੰਹ ਨੂੰ ਜਾਣ ਦੱਸ ਹੁਣ ਮੈਂ ਕੀ ਕਰਾਂ ਮੈਂ ਤਾਂ ਬਹੁਤ ਪਰੇਸ਼ਾਨ ਹਾਂ ਤੁਸੀਂ ਪਰੇਸ਼ਾਨ ਹੋ ਹਾਂ ਮੈਂ ਉਰੇ ਸ਼ਾਨ ਹਾਂ ਫਿਰ ਜਾਂ ਆਪਣੀ ਹੀ ਗੱਲਾਂ ਹਾਂ ਇੰਜ ਕਰੋ ਤੁਸੀਂ ਮਲਕ ਸਾਹਿਬ ਨੂੰ ਫੋਨ ਕਰੋ ਹਾਂ ਉਹਨਾਂ ਨੂੰ ਬੁਲਾਓ ਹੈ ਠੀਕ ਤੇ ਬੁਲਾਣਾ ਜ਼ਰਾ ਇਸ ਤਰ੍ਹਾਂ ਕਿ ਜਲਦੀ ਆ ਜਾ ਕਿਸ ਤਰ੍ਹਾਂ ਜ਼ਰਾ ਇਸ਼ਕੀ ਅੰਦਾਜ਼ ਕਿਹੜਾ ਇਸ਼ਕੀ ਅੰਦਾਜ਼ ਹੈ ਮਸੇ ਮਸੇ ਮਜ਼ ਮਜ਼ੇ ਮਜ਼ਕੋਲੇ ਮਜ਼ਕੂਰ ਮੁਜ਼ੱਕਮ ਮਸਕੂਲ ਮੁਜ਼ੱਕਮ ਮਸਕੂਲੀਆਂ ਤੇ ਜਿਹੜੇ ਇਲਾਕਿਆਂ 'ਚ ਤੂੰ ਫੇਰੇਂਗੇ ਨਾ ਸਾਰਾ ਕੁਝ ਉੱਥੇ ਹੀ ਮਿਲਦਾ ਹੈ ਆਓ ਪਲੀਜ਼ ਲੋ ਬਈ ਬੈਲ ਜਾ ਰਹੀ ਹੈ ਮਗਰ ਹੀ ਨਿਕਲ ਜਾਓ ਜੀ ਅਸਲਾਮ ਅਲੈਕੁਮ ਹਾਂਜੀ ਅਲੈਮਨ ਦਿਓ ਅੱਛਾ ਮੈਂ ਨਾ ਗੱਲ ਕਰਾਂ ਤੈਨੂੰ ਫੜਾ ਦੂੰ ਕੀ ਹੋ ਗਿਆ ਤੁਹਾਨੂੰ ਉਹ ਤਾਂ ਕਹਿੰਦੇ ਨੇ ਤਾਜ ਨੂੰ ਕਹਿ ਪਰੇ ਹੋ ਮਾਰੇ ਪਿਆ ਜੀ ਹੈਲੋ ਮਲਿਕ ਇਹ ਸੁਣ ਰਹੇ ਨਾ ਤੁਸੀਂ ਉਹ ਅੱਗੋ ਫੇਰ ਉਹੀ ਗੱਲ ਕਹਿਣ ਡੇ ਨਹੀਂ ਨਫ਼ਰਤ ਵਾਲੀ ਜਲਦੀ ਫੋਨ ਕਰੋ ਫਿਰ ਮੈਂ ਲੰਡਨ ਕਰਨਾ ਫੋਨ ਆਪਣੇ ਯਾਰ ਫੀਜੇ ਬਾਟ ਨੂੰ ਤੁਸੀਂ ਇਹਦੀਆਂ ਗੱਲਾਂ ਨੂੰ ਛੱਡੋ ਮੈਂ ਬਹੁਤ ਸਖ਼ਤ ਪਰੇਸ਼ਾਨ ਹਾਂ ਤੁਸੀਂ ਛੇਤੀ ਲਾਹੌਰ ਪਹੁੰਚੋ ਬੀਬੀ ਜੀ ਕੋਈ ਇਹੋ ਜਿਹੀ ਗੱਲ ਕਰੋ ਜਲਦੀ ਆ ਜਾਣ ਕਿਹੜੀ ਗੱਲ ਉਹਨਾਂ ਨੂੰ ਕਹੋ ਕਰੀਮ ਕੋਲੋਂ ਬੰਦਾ ਮਰ ਗਿਆ ਬਜਾਏ ਉਹਨਾਂ ਨੇ ਆਉਣ ਦੇ ਹੱਸਣ ਡੇ ਪੈਣਾ ਯਾਰ ਨੂੰ ਕਹੋ ਜੀ ਕਰੀਮ ਨਾ ਖੁਸਰੇ ਦਾ ਪਜਾਮਾ ਖਿੱਚ ਕੇ ਭੱਜ ਪਿਆ ਕੀ ਹੋ ਗਿਆ ਤੁਹਾਨੂੰ ਨਹੀਂ ਪਜਾਮੇ ਵਾਲੀ ਗੱਲ ਨਹੀਂ ਚਲੋ ਹੁਣ ਫੋਨਾਂ 'ਚ ਵੀ ਪਜਾਮੇ ਪਾ ਬਹੁਤ ਅੱਛੇ ਨੇ ਕੰਮ ਕਰਾਚੀ ਤੱਕ ਕਰਾਚੀ ਉਰਦੂ 'ਚ ਹੋ ਜਾਣਾ ਪੀ ਜਾਮਾ ਹਾਏ ਹਾਏ ਤੁਸੀਂ ਵੀ ਇਹਨਾਂ ਦੀਆਂ ਗੱਲਾਂ ਪਿੱਛੇ ਲੱਗ ਗਏ ਮੈਂ ਕਹਿ ਰਹੀ ਹਾਂ ਤੇ ਮੁਸ਼ਕਲ ਪੈ ਗਈ ਹੈ ਮੈਨੂੰ ਬੜੀ ਸਖਤ ਛੇਤੀ ਲਾਹੌਰ ਪਹੁੰਚੀ ਨਹੀਂ ਮੈਂ ਨਹੀਂ ਐਸਾ ਨਾ ਨਾ ਆਉਂ ਨਾ ਕਰਕੇ ਕਹੋ ਕੁਛ ਤੁਸੀਂ ਅੱਗੋ ਹੱਸੀ ਜਾਵੋ ਅੱਛਾ ਮੇਰੀ ਜਾਨ ਤੇ ਬੜੀ ਹੈ ਤੁਸੀਂ ਆਓਗੇ ਤੇ ਮੁਸ਼ਕਲ ਹੱਲ ਹੋਣੀ ਹੈ ਨਹੀਂ ਦੱਸ ਸਕਦੀ ਫੋਨ ਤੇ ਐਡੀ ਲੰਬੀ ਗੱਲ ਹਾਂ ਬੁਸ਼ਰਾ ਠੀਕ ਹੈ ਬਸ ਤੁਸੀਂ ਛੇਤੀ ਪਹੁੰਚੋ ਲਓ ਬਈ ਮਲਕ ਸਾਹਿਬ ਆ ਰਹੇ ਜੀ ਇੱਟਾਂ ਫੜ ਲਓ ਯਾਰ ਜਦੋਂ ਸਾਨੂੰ ਗੁੱਸਾ ਚੜਦਾ ਇੱਟਾਂ ਲੁਕੋ ਲੈਂਦੇ ਇੱਟਾ ਫੜ ਲੈ ਮਲਕ ਸਾਹਿਬ ਨੇ ਇੱਥੇ ਗੁਸਲਖਾਨਾ ਬਣਾਉਣਾ ਹੈ ਵੇ ਚੁੱਪ ਕਰ ਚੁਈ ਜੀ ਚੁੱਪ ਦਫਾ ਮੇਰੀ ਗੱਲ ਸੁਣ ਦਫਾ ਮਰ ਅੱਛਾ ਤੈਨੂੰ ਕੋਈ ਨਸਲ ਵੀ ਨਹੀਂ ਚੰਗੀ ਲੱਗਦੀ ਹੈ ਨਾ ਤੂੰ ਜੰਗਲ 'ਚ ਫਿਰਿਆ ਕਰ ਜਾਨਵਰਾਂ 'ਚ ਸਾਡੀ ਇਲਾਹਦਾ ਨਸਲ ਹੈ ਕਿਹੜੀ 2-in-1 ਮੈਂ ਕਿਹਾ ਇਹੋ ਜਿਹੀ ਕਹਿੰਦੀ ਮੈਂ ਲਾਹੌਰੋਂ ਬੈਠੀ ਤੇ ਪਹਾੜੀ ਉੱਤਰ ਗਿਆ ਸਹੀ ਜ਼ਰੂਰ ਜ਼ਰੂਰ ਹੈ ਅੜੀਆ ਸੋਹਣੀਆਂ ਗੱਲਾਂ ਕਰਦਿਆਂ ਕਰਦਿਆਂ ਵਿੱਚੇ ਵੱਲ ਮਾਰ ਦੇਣਾ ਜਾਣਾ ਕਿਤੇ ਆਹੋ ਉਹੀ ਗੱਲ ਕਰਨ ਲੱਗੀ ਆ ਮੈਂ ਕਿਹਾ ਤੂੰ ਜ਼ਰਾ ਮੇਰੇ ਨਾਲ ਨਾ ਸਿਕੰਦਰ ਭਾਈ ਵਾਲ ਚੱਲ ਕਿਹੜਾ ਸਿਕੰਦਰ ਦੱਸਾਂ ਕਰਪਟ ਮੈਂ ਨਹੀਂ ਜਾਣਾ ਦੱਸ ਮੇਰੇ ਭਰਾ ਨੂੰ ਕਰਪਟ ਕਹਿਣ ਲੱਗੇ ਉਹਨੇ ਤੈਨੂੰ ਕੀ ਕਿਹਾ ਬੇਹੂਦਾ ਨਾ ਹੋਇਆ ਕੀ ਹੈ ਹੋਇਆ ਕੀ ਹੈ ਜਿਸ ਦਿਨ ਖੀਰ ਦੇ ਕੇ ਭੇਜਿਆ ਤੁਸੀਂ ਮੈਨੂੰ ਆਹੋ ਇਸ ਤਰ੍ਹਾਂ ਖੀਰ ਖਾਈ ਦੀ ਹੈ
ਬੰਦ ਹੋ ਗਈ ਏਡੇ ਬੁਰੇ ਤਰੀਕੇ ਨਾਲ ਉਂਗਲਾਂ ਇਸ ਤਰ੍ਹਾਂ ਚੱਟੀਆਂ ਨੇ ਉਂਗਲਾਂ ਉਹਨਾਂ ਦੀਆਂ ਆਪਣੀਆਂ ਉਂਗਲਾਂ ਜਿਸ ਤਰ੍ਹਾਂ ਮਰਜ਼ੀ ਚੱਟਣਾ ਮੈਂ ਖਵਾਉਣ ਡਈ ਸਾਂ ਉੱਤੋਂ ਮੈਨੂੰ ਕੀ ਕਹਿਣ ਡੈਣ ਕਿ ਮੇਰੇ ਨਾਲ ਬਹਿ ਕੇ ਦੇਸੀ ਸ਼ਰਾਬ ਪੀ ਲੈ ਆ ਤੇ ਮੂੰਹ ਠੀਕ ਪੁੱਛਿਆ ਉਹਨਾਂ ਨੇ ਹੋਰ ਬਲੈਤੀ ਮੰਗਾ ਕੇ ਸ਼ਰਾਬ ਖਰਾਬ ਕਰਾ ਲੈਣ ਬਲਕਿ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਕੁੱਪੀ ਪੀਣੀ ਕੁੱਪੀ ਦੇ ਕਿਸੇ ਕੁੱਪੀ ਦੇ ਆ ਪੁੱਤਰਾ ਇਹੋ ਜਿਹੇ ਖੁਸਰੇ ਕੁੱਪੀ ਪੀ ਕੇ ਖੰਭੇ ਤੇ ਚੜੇ ਹੁੰਦੇ ਨੇ ਮੈਂ ਉੱਡੀ ਉੱਡੀ ਜਾਵਾਂ ਆਪਣੀ ਬਕਵਾਸ ਬੰਦ ਕਰੋ ਅੱਛਾ ਖਬਰਦਾਰ ਮੇਰੇ ਭਰਾ ਨੇ ਕਦੇ ਸਾਦਾ ਸਿਗਰਟ ਜੇ ਪੀਤਾ ਐਵੇਂ ਆ ਸਾਦਾ ਨਹੀਂ ਪੀਂਦਾ ਪੀਂਦਾ ਹੀ ਭਰਿਆ ਹੈ ਮੈਂ ਨਾ ਫੇਰ ਕੋ ਗੱਲ ਚੋਂ ਗੱਲ ਕੱਢ ਦੀਏ ਤੇ ਗੱਲ ਚੋਂ ਗੱਲ ਨਿਕਲਦੀ ਹੈ ਹੋਰ ਰਾਮ ਕਰ ਮੇਰੇ ਭਰਾ ਦਾ ਇਲਜ਼ਾਮ ਨਾ ਇਲਜ਼ਾਮ ਨਹੀਂ ਲਾਣਾ ਅੱਛਾ ਠੀਕ ਹੈ ਹਾਂ ਤੂੰ ਨਾ ਬੋਲ ਯਾਰ ਸਾਡਾ ਆਪਣਾ ਕੰਮ ਫਸਿਆ ਪਿਆ ਇਹ ਤੂੰ ਆਪ ਨਹੀਂ ਬੋਲਦਾ ਕਿੰਨੇ ਟਿਕਟ ਖਰਚੀ ਉਹ ਕਹਿੰਦੇ ਮਾਮਾ ਬੋਲ ਬੋਲ ਮਾਮਾ ਹਮਾਮ ਜੀ ਤੇ ਬੜੀ ਚਪੜ ਚਪੜ ਕਰਦਾ ਹੁਣ ਨੁਕਸ ਕੱਢਣ ਡਈ ਆ ਪਹਿਲੇ ਜੰਮਿਆ ਕਿਉਂ ਸੀ ਤੇਰਾ ਮੇਰਾ ਰਿਸ਼ਤਾ ਖਾਨ ਦੇ ਮੇਰਾ ਖਾਨ ਦੇ ਮੈਂ ਵੀ ਨਸੀਬ ਤੇਰੇ ਭਰਾਵਾ ਅੱਛਾ ਮੇਰੀ ਗੱਲ ਸੁਣ ਮੈਂ ਚਲੀ ਗਿਆ ਸਿਕੰਦਰ ਭਾਈ ਜਾਨ ਅਗਰ ਮੇਰੇ ਮਗਰੋਂ ਆ ਜਾ ਖੋਪਰ ਸਾਹਿਬ ਕੌਣ ਕਹਿ ਰਹੀ ਕਿ ਬੇਗਮ ਸਰਾ ਘਰ ਨਹੀਂ ਹੈਗਾ ਫੇਰ ਕਿਸੇ ਚੱਕਰ ਲਾ ਚੱਲ ਅੱਗੇ ਰੱਖ ਲੇਡੀਜ਼ ਅਗਾ ਮੈਂ ਲੇਡੀਜ਼ ਆ ਤੂੰ ਲੇਡੀਜ਼ ਨਹੀਂ ਮੇਰਾ ਤੇ ਘਾਟ ਮੂੰਹ ਚੋਲਾ ਵੱਜਾ ਫਿਟੋ ਹੁਣ ਤੂੰ ਵਾਪਸ ਐਂ ਕਰੀਆਂ ਮੈਂ ਲੱਤਾਂ ਭੰਨਾਂਗਾ ਭੈਣ ਮੇਰਿਆ ਵਾਹ ਮੇਰਿਆ ਰੱਬਾ ਤੂੰ ਦੁਨੀਆ ਤੇ ਇਨਸਾਨ ਵੀ ਕੀ ਚੀਜ਼ ਬਣਾਏ ਓ ਇਨਸਾਨ ਕਿਹਨੂੰ ਕਿਹਾ ਹੀ ਓ ਤੈਨੂੰ ਤੇ ਨਹੀਂ ਕਿਹਾ ਤੂੰ ਤੇ ਲੱਗਦਾ ਵੀ ਨਹੀਂ ਤੂੰ ਲੱਗਣਾ ਮੈਂ ਥੋੜਾ ਥੋੜਾ ਲੱਗਣਾ ਤੇ ਜਿੱਥੋਂ ਲੱਗਣਾ ਉੱਥੇ ਰੂੰ ਰੱਖ ਲਿਆ ਕਰ ਤੂੰ ਕਿਸ ਮਾਣ ਤੇ ਮੁਦੱਬਰ ਹੋਇਆ ਫਰੈਂਡ ਆਇਆ ਆ ਇਹ ਕਿਹਾ ਮੈਂ ਤੈਨੂੰ ਦੱਸਾਂਗਾ ਹੱਥ ਖੋਲ ਸਿੱਧਾ ਹੋ ਕੇ ਖਲੋ ਚਲਾਨਾ ਤੂੰ ਟੈਕਸੀ ਇਹ ਕੱਪੜੇ ਇੰਜ ਪਾਏ ਕਿ ਮੈਂ ਤੇਰੀ ਬੈਂਕ ਵਾਲਿਆਂ ਨਾਲ ਰਿਸ਼ਤੇਦਾਰੀ ਜ਼ਰੂਰੀ ਕੋਈ ਚੰਗੀ ਜਗ੍ਹਾ ਤੇ ਰਿਸ਼ਤੇਦਾਰੀ ਹੋਵੇ ਬੰਦਾ ਆਪਣੇ ਕੱਪੜੇ ਅੱਛੇ ਪਾਏ ਆਪਣੇ ਕੱਪੜੇ ਆਪ ਪਾਏ ਨੇ ਛੱਡ ਹੱਥ ਛੱਡ ਉਹ ਕਿਉਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਲੈਣ ਡਿਆ ਪਹਿਲੇ ਵੱਡਾ ਤੇ ਹੋ ਲੈ ਵੱਡਾ ਹੀ ਆ ਤੂੰ ਕੀ ਮੇਰੇ ਕੋਲ ਬਾਰਡਰ ਚੁਕਾਉਣਾ ਤੂੰ ਨਹੀਂ ਸਹੀ ਹੱਥ ਛੱਡ ਅੱਛਾ ਹੁਣ ਤੇ ਇਹੋ ਜਿਹੇ ਬੰਦੇ ਪਹਿਲੇ ਸੋਚਦੇ ਘਰ ਕੁੱਤਾ ਰੱਖ ਲਾ ਫੇਰ ਫੈਸਲਾ ਕਰਦੇ ਰਹਿਣ ਤੇ ਮੈਂ ਵੀ ਤੇ ਘਰ ਹੀ ਹੁੰਨਾ ਕੋਈ ਬੰਦਾ ਗੋਲ ਗੱਪੇ ਖਾਣ ਡਿਆ ਵੇ ਇਹੋ ਜਿਹੇ ਐਵੇਂ ਕੋਲ ਖਲੋ ਕੇ ਓਏ ਖੱਟਾ ਦੋ ਪਿਆਲੀਆਂ 'ਚ ਲਈ ਵੇ ਗੋਲ ਗੱਪੇ ਉਹਦੇ ਖੱਟਾ ਉਹਦਾ ਤੂੰ ਵਿੱਚ ਸਾਲਾ ਲੱਗਦਾ ਕਿਸੇ ਦੀ ਮੁਹੱਲੇ 'ਚ ਜੰਝ ਕਿਸੇ ਦੀ ਬੱਚੀ ਦਾ ਵਿਆਹ ਹੋਵੇ ਇਹੋ ਜਿਹੇ ਬੰਦੇ ਐਵੇਂ ਲਾੜੇ ਦੇ ਪਿਓ ਨੂੰ ਕਹਿਣ ਦਿੰਦੇ ਗੱਲ ਨਾ ਨਾ ਬਣੇ ਤੇ ਚੁੱਪ ਕਰਕੇ ਜੰਝ ਲੈ ਕੇ ਆ ਜਾਈ ਵੇ ਵਿਆਹ ਕਿਸੇ ਦਾ ਜੰਝ ਕਿਸੇ ਦੀ ਤੂੰ ਵਿੱਚ ਸਾਲਾ ਲੱਗਦਾ ਕੋਈ ਬੰਦਾ ਮੇਲੇ 'ਚ ਪੰਘੂੜੇ 'ਚ ਬੈਠਾ ਝੂਠੇ ਲੈਣ ਡਿਆ ਹੋਵੇ ਇਹੋ ਜਿਹੇ ਬਾਹਰ ਖਲੋ ਕੇ ਨਾਲ ਲੱਗੇ ਹੁੰਦੇ ਵੇ ਮੇਲਾ ਕਿਸੇ ਦਾ ਪੰਘੂੜਾ ਕਿਸੇ ਦਾ ਤੂੰ ਵਿੱਚ ਸਾਲਾ ਲੱਗਦਾ ਮੁਹੱਲੇ 'ਚ ਕਿਸੇ ਦੀ ਜੰਝ ਆਉਣ ਡਈ ਹੋਵੇ ਇਹੋ ਜਿਹਾ ਵੀ ਨੁੱਕਰ ਤੇ ਖਲੋ ਕੇ ਮੈਨੂੰ ਲੱਗਦਾ ਸਾਡੇ ਵੱਲ ਹੀ ਆਉਣੀ ਜੰਝ ਕਿਸੇ ਦੀ ਲਾੜਾ ਕੋਈ ਤੂੰ ਸਾਲਾ ਲੱਗਦਾ ਆਰਡਰ ਆਇਆ ਕੋਈ ਗਾਡਰ ਆਇਆ ਗਾਡਰ ਸਾਨੂੰ ਤੇ ਸ਼ੱਕ ਹੁੰਦਾ ਨਾ ਯਾਰ ਜੰਝ ਸਾਡੇ ਵੱਲ ਆ ਜਾਏ ਇਹ ਆਪਣੇ ਬੂਹਾਂ ਤੋਂ ਖਲੋਤਾ ਹੁੰਦਾ ਕਿਸੇ ਵੀ ਜੰਝ ਹੋਵੇ ਭਾਵੇਂ ਨੇ ਇੱਧਰ ਵੀ ਆਉਣਾ ਰੋਣ ਲੱਗ ਪੈਂਦਾ ਜੰਝ ਨਾ ਕਰੋ ਇੱਧਰ ਕੋਈ ਵੀ ਨਹੀਂ ਹੋਵੇ ਪਰਸੋਂ ਵੀ ਦਾਣੇ ਵਾਲੇ ਇੱਧਰ ਨੂੰ ਜਾਣੇ ਮੋੜ ਗਏ ਉਹ ਤੇ ਲਾੜੇ ਨੇ ਸਿਹਰਾ ਚੋਖੇ ਖਿਆ ਉਹ ਕੁੜੀ ਉਹਨਾਂ ਦੀ ਵਿਆਹ ਮੇਰਾ ਤੂੰ ਵਿੱਚ ਸਾਲਾ ਲੱਗਣਾ ਆਪ ਸਟੇਸ਼ਨ ਤੋਂ ਮਾਰ ਵੀ ਜਾ ਕੇ ਕਹਿੰਦਾ ਸੁਪਰ ਕਿੰਨੇ ਵਜੇ ਜਾਣੀ ਕਹਿੰਦਾ ਕਰਾਚੀ ਜਾਣਾ ਕਹਿੰਦਾ ਨਹੀਂ ਲਾਈਨਾਂ ਪਾਰ ਕਰਨੀਆਂ ਨੇ ਉਹ ਤੇ ਟੀ ਟੀ ਨੇ ਕਿਹਾ ਵੀ ਸਟੇਸ਼ਨ ਕਿਸੇ ਦਾ
ਲਿਆ ਅਮਰੀਕਾ ਉਹਨਾਂ ਦਾ ਤਾਂਗਾ ਮੇਰਾ ਆਪ ਆਈਸਕ੍ਰੀਮ ਵਾਲਿਆਂ ਨੂੰ ਛਿੱਤਰ ਖਾਤੇ ਆਈਸਕ੍ਰੀਮ ਉਹਨਾਂ ਦੀ ਖਾਣੀ ਮੈਂ ਤੂੰ ਵਿੱਚ ਸਾਰਾ ਲੱਗਦਾ ਮਾਰ ਕਿਉਂ ਪਈ ਇਹ ਵੀ ਤਾਂ ਪੁੱਛਣਾ ਇਹ ਮੈਂ ਵੀ ਪੁੱਛਾਂ ਆਈਸਕ੍ਰੀਮ ਵਾਲੇ ਵੇਟਰ ਫੜ ਕੇ ਮਾਰਨ ਡੇ ਮੈਂ ਕਿਹਾ ਕਿਉਂ ਮਾਰਨ ਡੇ ਕਹਿੰਦੇ ਰੋਜ਼ ਆਰਡਰ ਦੇ ਕੇ ਭੱਜ ਜਾਂਦਾ ਉਹ ਤੇ ਆਈਸਕ੍ਰੀਮ ਵਾਲੇ ਨੇ ਕਿਹਾ ਵੀ ਵੇਟਰ ਮੇਰੇ ਆਰਡਰ ਉਹਦਾ ਤੇ ਤੂੰ ਭੱਜਣ ਵਾਲਾ ਖੋਤੇ ਕੰਨ ਖੜ ਕੇ ਕਹਿਣ ਡਿਆ ਨਸ਼ੇ ਚ ਆਪਾਂ ਵੇਲਾ ਤੂੰ ਘਰ ਨੀ ਆਵਾ ਖੋਤਾ ਮੈਂ ਫੜਿਆ ਪਾਗਲ ਹੋ ਗਿਆ ਕਿਸੇ ਦੀ ਬੱਚੀ ਦਾ ਵਿਆਹ ਹੋਵੇ ਇਹੋ ਜਿਹਾ ਐਵੇਂ ਕੋਲ ਖਲੋ ਕੇ ਮੈਨੂੰ ਲੱਗਦਾ ਰੋਟੀ ਥੁੜ ਜਾਣੀ ਹੁਣ ਤੁਸੀਂ ਆਪ ਦੱਸੋ ਵੀ ਬੱਚੀ ਕਿਸੇ ਦੀ ਵਿਆਹ ਕਿਸੇ ਦਾ ਤੂੰ ਹਿਸਾਬ ਲਾਉਣ ਵਾਲਾ ਕੋਈ ਬੰਦਾ ਸ਼ਕਰਗੰਦੀ ਖਾਣ ਡਿਆ ਹੋਵੇ ਐਵੀਂ ਕੋਲ ਖਲੋ ਕੇ ਓਏ ਖੱਟਾ ਪਾਤਾ ਉਹਨੇ ਇਹ ਸੁੱਕੀ ਨਹੀਂ ਖਾਈਦੀ ਹਿੱਕ ਤੇ ਬਹਿ ਜਾਂਦੀ ਬਈ ਸ਼ਕਰਗੰਦੀ ਕਿਸੇ ਦੀ ਉਹ ਗਾਹਕ ਕੋਈ ਤੂੰ ਬੰਦਾ ਇਹਨੂੰ ਪੁੱਛੇ ਕਦੀ ਕੋਈ ਮਾਈ ਦਾ ਸਾਲਾ ਲੱਗਾ ਮਾਈ ਦਾ ਸਾਲਾ ਨਹੀਂ ਪੁੱਛਿਆ ਮਾਈ ਦਾ ਸਾਲਾ ਨਹੀਂ ਲੱਗਦਾ ਬੰਦਾ ਤੈਨੂੰ ਇਹ ਪੁੱਛੇ ਤੂੰ ਸੀਟੀ ਵਾਲੇ ਦਾ ਸਾਲਾ ਲੱਗਣਾ ਮਾਈ ਦਾ ਸਾਲਾ ਨਹੀਂ ਲਾਇਆ ਜਿਹਨੂੰ ਕੋਈ ਸਜ਼ਾਨ ਲਈ ਉਸ ਦੁਕਾਨਦਾਰ ਨੇ ਕਿਹਾ ਬਾਅਦ ਚ ਗਿਆ ਹੋਣਾ ਫਿਰ ਉਹ ਜਦੋਂ ਮਾਈ ਮਿਲੂ ਨੀ ਉਦੋਂ ਗਿਆ ਹੋਣਾ ਉਹਨੇ ਨਹੀਂ ਤੂੰ ਜਾਣ ਕੇ ਉਹਨੇ ਗਿਆ ਹੋਣਾ ਬਾਅਦ ਚ ਜਾਣ ਕੇ ਨਹੀਂ ਸੁਣਿਆ ਉਹਨੇ ਕਿਹਾ ਸਜ਼ਾਨ ਵੇਚੀ ਮੈਂ ਸੁਲਤਾਨ ਮਾਈ ਨੇ ਗੱਲ ਉਹਨੇ ਕੀਤੀ ਤੂੰ ਵਿੱਚ ਆਉਣ ਵਾਲਾ ਸਾਲਾ ਲੱਗਣਾ ਸੁਲਤਾਰੇ ਦੀ ਫਿਲਮ ਵੇਖਣ ਗਿਆ ਸੁਲਤਾਰ ਹੀ ਕਹਿੰਦਾ ਬਾਹਰ ਨਿਕਲੋ ਇਹ ਬਗੈਰਤਾ ਤੇ ਉੱਠ ਕੇ ਬਾਹਰ ਆ ਗਿਆ ਮੈਂ ਕਹਿੰਦਾ ਬਾਹਰ ਇੱਧਰ ਪਿਆ ਹੱਥ ਥੱਲੇ ਉਹਨੇ ਕਿਹਨੂੰ ਲਾਲਾ ਉਹ ਤੇ ਗੇਟ ਵਾਲੇ ਨੇ ਕਿਹਾ ਉਹ ਤਾਂ ਮੁੜਕੇ ਰਾਹੀ ਨੇ ਕਿਹਾ ਉਹ ਤੇ ਬਾਹਰ ਚਲਾ ਗਿਆ ਹੁਣ ਤੂੰ ਬੋਲ ਕੁੱਤੇ ਦਿਆ ਪੁੱਤਰਾ ਤੂੰ ਇੱਥੇ ਬਹਿਣ ਵਾਲਾ ਇਹ ਉੱਠ ਕੇ ਬਾਹਰ ਆਇਆ ਤੇ ਗੇਟ ਵਾਲੇ ਨੇ ਕਿਹਾ ਵੀ ਸੁਲਤਾਰ ਹੀ ਨੇ ਅਦੀਬ ਨੂੰ ਕਿਹਾ ਉਹ ਬਾਹਰ ਨਿਕਲੇ ਨਾ ਨਿਕਲੇ ਤੂੰ ਨਿਕਲਣ ਵਾਲਾ ਮੈਂ ਤੇ ਬਾਹਰ ਨਿਕਲ ਗਿਆ ਗੇਟ ਵਾਲੇ ਨੇ ਕਿੱਥੇ ਕਿਹਾ ਤੈਨੂੰ ਤੈਨੂੰ ਰੋਕ ਕੇ ਗਿਆ ਸਨ ਕਿੱਧਰ ਆਇਆ ਮੈਂ ਤਾਂ ਤੈਨੂੰ ਪਤਾ ਹੈ ਕੀ ਸ਼ੋਅ ਹੈ ਅਸਲਾਮ ਅਲੈਕੁਮ ਜੀ ਤੁਸੀਂ ਜੀ ਮੈਂ ਖੜੇ ਕਿਉਂ ਬੈਠੇ ਤੁਸੀਂ ਓ ਥੈਂਕ ਯੂ ਵੈਰੀ ਮੱਚ ਘਰ ਤੁਹਾਡਾ ਕੁੜੀ ਤੁਹਾਡੀ ਆ ਤੇ ਤੂੰ ਨਾਲ ਬਹਿਣ ਵਾਲਾ ਪੜਵਈਆ ਲੱਗਣਾ ਆਹੋ ਗੜੇਰੀ ਆ ਨੜੇ ਤੂੰ ਐ ਤੇ ਹੁਣ ਆਇਆ ਇਹਨੂੰ ਕਿਹਨੇ ਦੱਸਿਆ ਰਕਸ਼ੇ ਹਾਂਜੀ ਇਹਨੂੰ ਕਿਹਨੇ ਦੱਸਿਆ ਰਕਸ਼ੇ ਵਾਲੇ ਨੇ ਆਪ ਦੋਵੇਂ
ਰਾਤੀ ਸ਼ਾਹੀ ਮੱਲੇ ਫਰੈਂਡਾ ਸੀ ਵੱਡੇ ਬਾਜ਼ਾਰ, ਮੈਂ ਕਿਹਾ ਪਾਵੇ ਖਾਣ ਆਇਓ, ਕਹਿੰਦੇ ਨਹੀਂ ਅੰਮੀ ਰਾਤ ਦੀ ਲੜ ਕੇ ਆਈ। ਬੰਦਾ ਇਹਨੂੰ ਪੁੱਛੇ ਅੰਮੀ ਸਾਡੀ ਲੜੀ ਸਾਡੇ ਪਿਓ ਨਾਲ, ਚਲੋ ਦਫਾ ਕਰਾ ਸੋਟੀ ਨਾ ਹਿਲਾ ਰਿਹਾ, ਉਹਨੂੰ ਕਹਿੰਦਾ ਚੂਹਾ ਮਰ ਗਿਆ, ਤੇ ਚੂਹੇ ਨੇ ਕਿਹਾ ਮਰਿਆ ਮੈਂ। ਜਾਨ ਮੇਰੀ ਨਿਕਲੀ, ਤੂੰ ਮੇਰਾ ਸਾਲਾ ਲੱਗਦਾ ਹੈ। ਵਾਹ, ਉਹ ਦਾਤਾ ਸਾਹਿਬ ਕੋਈ ਬੰਦਾ ਦੇਖ ਦੇਣ ਦੇ ਹੋਵੇ, ਐਵੇਂ ਹੀ ਕੋਲ ਖਲੋਗੇ। ਉਸ ਭਾਈ ਨੂੰ ਵੀ ਦੇ, ਉਸ ਭਾਈ ਨੂੰ ਲਿਆ, ਹੁਣ ਮੈਨੂੰ ਵੀ ਦੇ ਬਈ, ਦੇ ਉਹਦੀ ਅੱਗੋਂ ਛੱਡ ਦੇ, ਸਮਝ ਲਿਓ। ਆਹੋ ਸਮੇਂ ਵੀ ਜਾਣਾ ਮੈਂ ਪਾਗਲ ਤੇ ਨਹੀਂ ਹੈ। ਆਪ ਦਰਬਾਰ ਤੇ ਗਿਆ ਜਾ ਕੇ, ਕਹਿੰਦਾ ਬਾਬਾ ਜੀ ਮੇਰਾ ਬੌਂਡ ਨਿਕਲਣਾ ਚਾਹੀਦਾ, ਦੁਆ ਮੰਗ ਕੇ ਬਾਹਰ ਨਿਕਲਿਆ, ਬੌਂਡ ਜੇਬ 'ਚ ਨਿਕਲ ਗਿਆ। ਨਸਾ ਨਸਾ ਵਾਪਸ ਗਿਆ, ਕਹਿੰਦਾ ਬਾਬਾ ਜੀ ਪੂਰੀ ਗੱਲ ਤੇ ਸੁਣ ਲਈ ਦੀ। ਉਹ ਤੇ ਮਲੰਗ ਨੇ ਕਿਹਾ ਵੀ ਬਾਬਾ ਸਾਡਾ ਨਹੀਂ, ਗੱਲ ਸਹੀ ਕਰ ਜੋ ਹੁੰਦੀ ਹੈ। ਮਲੰਗ ਨੇ ਕਿਹਾ ਕਿ ਬਾਬਾ ਸਾਰੀ ਦੁਨੀਆ ਦਾ ਸਾਂਝਾ, ਬੌਂਡ ਉਹਨਾਂ ਦਾ। ਸਾਲਾ ਹੀ ਪੈਰ ਤੇ ਮਾਰ ਬੈਠਾ। ਜਦੋਂ ਕਿਸੇ ਦੇ ਘਰ ਬਾਲ ਬੱਚਾ ਆਉਣ ਵਾਲਾ ਹੁੰਦਾ ਹੈ, ਸੋਹਣੇ ਸੋਹਣੇ ਬੱਚੇ ਦੀ ਫੋਟੋਆਂ ਕਿਉਂ ਲਾਉਂਦੇ ਨੇ? ਇਸ ਵਾਸਤੇ ਲਾਉਂਦੇ ਨੇ ਤਾਂ ਕਿ ਪੈਦਾ ਹੋਣ ਵਾਲਾ ਬੱਚਾ ਖੂਬਸੂਰਤ ਪੈਦਾ ਹੋਵੇ। ਇਹਦੇ ਵਾਰੀ ਮੋਬਾਈਲ ਦਾ ਡੱਬਾ ਵੇਖ ਲਿਆ ਸੀ, ਇਹਦੀ ਵਾਰੀ ਕੀ ਹੋਇਆ ਸੀ? ਇਹਦੀ ਵਾਰੀ ਵੀ ਸੋਹਣੀ ਫੋਟੋ ਸਾਹਮਣੇ ਲੱਗੀ ਸੀ, ਫਿਰ ਐਨ ਟਾਈਮ ਤੇ ਹਨੇਰੀ ਚੱਲੀ, ਫੋਟੋ ਡਿੱਗ ਪਈ, ਕਿੱਲ ਰਹਿ ਗਿਆ। ਫੋਟੋ ਸਾਡੇ ਘਰੋਂ ਡਿੱਗੀ, ਹੁਣ ਸਾਡਿਆਂ ਨੂੰ ਪਾੜ ਲੈ। ਬਾਇਕ ਦੀ ਇਹਨੂੰ ਮਜਮੇ 'ਚ ਬੜੀ ਮਾਰ ਪਈ। ਓਕੇ, ਇਹ ਬਾਂਦਰ ਦੇ ਸਾਹਮਣੇ ਬਹਿ ਗਿਆ ਤੇ ਮਦਾਰੀ ਨੇ ਕਿਹਾ ਲੜੇਗਾ, ਕਹਿੰਦਾ ਲੜਾਂਗਾ। ਬਾਂਦਰ ਨੇ ਉੱਠ ਕੇ ਮਾਲਕ ਨੂੰ ਚਪੇੜ ਮਾਰੀ ਕਿ ਮੇਰੇ ਪੁੱਤਰ ਨੂੰ ਮੇਰੇ ਨਾਲ ਲੜਾਉਣ ਦੇ। ਹੁਣ ਵੀ ਕਿਹਾ ਬਾਂਦਰ ਪਿਓ ਮੇਰਾ। ਆ ਗਿਆ ਖੁੱਲ ਕੇ, ਇਹੋ ਜਿਹੀ ਇਹੋ ਜਿਹੀਆਂ ਚੀਜ਼ਾਂ ਮਦਾਰੀ ਕੋ ਹੁੰਦੀਆਂ, ਆਪਣੀ ਪੂਛ ਲੱਭ ਹੀ ਲੱਭਣ ਡੇ। ਪੂਛਾ ਲਾਉਂਦੀ ਚੜਦੇ ਭਰਾ ਵੀ ਆਏ ਨਾਲ, ਡਾਕਟਰ ਨੇ ਜਾਂਚ ਆਇਆ। ਬਾਦਲ ਕਮ ਹੋ ਤੋ ਬਾਰਿਸ਼ ਨਹੀਂ ਹੋਤੀ, ਫਰਮਾ ਰਹੇ ਹੈ ਕਿ ਬਾਦਲ ਕਮ ਹੋ ਤੋ ਬਾਰਿਸ਼ ਨਹੀਂ ਹੋਤੀ। ਤੇਰੀ ਇਤਲਾਹ ਤੇ ਲਾਨਤ। ਇਹ ਤੇ ਸਾਰਿਆਂ ਨੂੰ ਪਤਾ, ਬਾਦਲ ਕਮ ਹੋ ਤੋ ਬਾਰਿਸ਼ ਨਹੀਂ ਹੋਤੀ, ਤੂੰ ਵਿੱਚ ਬਾਦਲ ਕਮ ਹੋ ਤੋ ਬਾਰਿਸ਼ ਨਹੀਂ ਹੋਤੀ, ਇਨਸਾਨ ਮਰ ਜਾਏ ਤੋ ਖਾਰਿਸ਼ ਨਹੀਂ ਹੋਤੀ। ਇਨਸਾਨ ਮਰ ਜਾਏ ਤੋ ਖਾਰਿਸ਼ ਨਹੀਂ ਹੋਤੀ, ਯੇ ਖੋਤਾ ਔਰ ਵੋ ਖੋਤੀ। ਉੱਚੇ ਸਰੂ ਪੇ ਬੈਠ ਕੇ ਬੁਲਬੁਲ ਨੇ ਦੀ ਸਦਾ, ਕਿਆ ਗੰਡੇਰੀ ਅਪੜੇ ਉਹਨੇ ਬੁਲਬੁਲ ਨੂੰ ਵੀ ਸੌਦਾ ਲਵਾਤਾ। ਕਰੋ ਮਾਂ ਦਾ ਜ਼ੇਵਰ ਲਾਇਆ, ਦੋਵੇਂ ਨਾਸ ਚੱਲੀਏ।
ਅੱਖਾਂ ਵਿੱਚ ਅੱਖਾਂ ਪਾ ਕੇ ਹੱਸ ਬਲੀਏ ਤੇ ਨਹੀਂ ਨੱਸ ਕੇ ਘਰ ਜਾਓ ਤੁਹਾਡੇ ਪਿਓ ਦੀ ਲੱਤ ਕੱਲੀਏ। ਪਿਓ ਸਾਡਾ ਲੱਤ ਉਹਦੀ ਲੱਕੜ ਦੀ। ਇਹ ਬੈਂਜਮਿਨ ਬਗੈਰਤ ਨੇ ਨਾ, ਤੂੰ ਸਾਡੇ ਪਿਓ ਦਾ ਸਾਲਾ ਲੱਗਦਾ, ਸਾਲਾ ਹੀ ਆ ਗਿਆ ਕੰਮ ਛੱਡ ਗਿਆ। ਐਕਸਕਿਊਜ਼ ਮੀ, ये वही लड़के है रिश्ते वाले। अच्छा अच्छा, जिनके बारे में आंटी ने मुझे बताया था, इनका इंटरव्यू लेना है। ओके, तुम अंदर जाओ, मैं इनका इंटरव्यू करती हूं। अच्छा सुनो, वो साबूदाना बना लो जा रहे हैं। हाय हाय हाय, कंट्रोल यार, कंट्रोल नहीं होता। जी मैं बुशरा की फ्रेंड हूं। हम खोखर के बेटे हैं। खोखर? वी आर सन ऑफ खोखर। You know khokar? I don't know. Oh, wala khokar. Khokar, mere man ko kiya. Hey! Kya karta hai? I'm sorry, sorry, sorry. Khokar. Yes, we are son of khokar. Okay. He's a Jedi. Yeah. I'm Raja. Raja. And she is Juman. She... Sorry, hi. Hi, nice to meet you. To the headmaster most respectfully, I can. What? Wow, I am thirsty crow. Thirsty crow? You know? I don't know. He's thirsty crow. He's the son of Hansini crow. He's the son of Hansini crow. 100 crow, 50 crow, Hansini crow. Other param crow. You see it? Take a look at him. Not pele crow. You. He's the son of cat. Cat? Yes. I am son of cat. This is the tiger plus dog. You, WWF? What is that? Don't discuss the WWF. You enjoy ordinary cable. Oh yeah. Ede okay pass. Iska mere bhai ka naam hai Raja. 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 Tu idhar Raja. Raja. Baba. Bakhri mall bana le baba. Baba bodi baba bodi baba bodi baba. Dekhi ji, maine jaise ki aapko bataya ki main Bushra ki dost hu. Ji ji. Aunty ne meri duty lagayi thi ki aap teenon ka interview karo. Ji, aunty ne mujhe bhi telephone pe bataya ki beta hamare ghar aa jao, ek ladki aapka interview karna chahti, to lihaza hum teenon chal gaye. Yani ki aap log Bushra, Kubra aur Rabia se shaadi karna chahte hain. Ji, Bushra, Kubra aur Rabia se Raja, Jedi aur Jumba. Jumba! Acha, eh vi toda bhra hulwar di mageter. ਓਏ ਕੁੱਤੇ ਬਿੱਲੀ ਦੀ ਮੁਸਕਰ ਮੁਸਕਰ ਕਾਲ ਆ ਗਿਆ। ਐਕਸਕਿਊਜ਼ ਮੀ ਯਾਰ, ਐਕਸਕਿਊਜ਼ ਮੀ ਯਾਰ, ਮੈਂ ਆਪਸੇ ਇਹ ਕਹਿਣਾ ਚਾਹਤੀ ਹੂੰ, ਅਗਰ ਆਪ ਲੋਗ ਕਹੇ ਤੋ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰੂੰ। ਉਹ ਹੈ ਉਹ ਪ੍ਰੋਗਰਾਮ ਸ਼ੁਰੂ ਜੀ। ਕੌਣ ਬਣੇਗਾ ਇਸਕਾ ਪਤੀ? ਹਾਂ, ਕੌਣ ਬਣੇਗਾ ਇਸਕਾ ਪਤੀ ਔਰ ਇਸਕੀ ਮੇਜ਼ਬਾਨ ਹੈ? ਸੰਗੀਤਾ ਬਚਨ। ਸੰਗੀਤਾ ਬਚਨ ਦੀ ਤਿਆਰੀ ਕਰ। ਟੁਰਿਆ ਕਰੋ, ਫੇਰ ਕਹਿੰਦੇ ਮੁੰਡੇ ਇੰਨੇ ਹੋ ਜੇ ਫਿਰਦੇ। ਵਰਜਿਸ਼ ਕਰਿਆ ਕਰ। ਕਿਵੇਂ? ਦੋ ਮਾਚਿਸ ਦੀਆਂ ਤੀਲੀਆਂ ਫੜ ਕੇ ਮੈਂ ਸਵਾਗਤ ਕਰਦੇ ਹਾਂ। ਸਬਸੇ ਪਹਿਲੇ ਮੈਂ ਦਾਵਤ ਦੂੰਗਾ ਚੰਦ ਸ਼ਬਦ ਅੱਛੇ ਬੋਲਣੇ ਕੇ ਲਈ। ਮੁਰਲੀਧਰਨ ਚੱਲ। ਮੈਂ ਸਭ ਤੋਂ ਪਹਿਲੇ ਭਾਰਤ ਸਰਕਾਰ ਵੱਲੋਂ ਤੇ ਪਾਕਿਸਤਾਨ ਸਰਕਾਰ ਵੱਲੋਂ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਨੇ ਸਿੱਖ ਭਰਾਵਾਂ ਨੂੰ ਯਾਤਰਾ ਦੀ ਇਜਾਜ਼ਤ ਦਿੱਤੀ ਹੈ। ਇੱਥੇ ਪਹੁੰਚ ਕੇ ਬੜੀ ਖੁਸ਼ੀ ਹੋਈ ਹੈ, ਦਿਲੀ ਮਹਿਸੂਸ ਹੋਇਆ ਵੀ ਲਕੀਰਾਂ ਕਾਹਦੀਆਂ ਖਿੱਚੀਆਂ, ਫਿਰੋ ਟੁਰੋ ਆਇਆ ਜਾਇਆ ਕਰੋ। ਮੈਂ ਮੁਰਲੀਧਰਨ ਕੌਣ ਹੈ? ਓਏ ਮੁਰਲੀਧਰਨ, ਤੂੰ ਕੌਣ ਭਾਈ? ਅਲਖ ਲੈ ਲਾ ਜੀ, ਮੁਸ਼ਕਿਲ ਵੇਲੇ ਰਾਹ ਦੱਸਣ ਵਾਲੇ ਆ।
ਵਾਲੀ ਕੁੜੀ ਲੈ ਕੇ ਆ। ਇਹ ਕੁੜੀ ਤੇ ਈਦ ਕਰਨ ਗਈ ਹੈ ਜੀ, ਇਹਨਾਂ ਚੋਂ ਕੋਈ ਪਹਿਲਵਾਨ ਫੜ ਲਿਆ ਵਾ। ਛੋਟਾ ਲੈ ਪਹਿਲਵਾਨ ਇੱਥੇ ਮਲਾਕੜਾ ਆਉਂਦੇ ਜੀ। ਇੱਕ ਮੰਗਾ ਲਓ ਤੁਹਾਨੂੰ ਤਿੰਨਾਂ ਨੂੰ ਬਹੁਤ ਆਦਰੋ ਨਾਦਰੀਨ, ਜੇ ਆਪ ਦੇਖ ਰਹੇ ਹੈ PTV 2, ਚੌਰੀ ਤਾਲਬ ਸਹਿਨ ਆਪਣੀ ਬੱਚੀ ਕੇ ਬਾਰੇ ਮੈਂ ਬਤਾਏਗੀ। ਲੈ ਜਾ ਲੈ ਭਈਆ ਇਰਸ਼ਾ, ਕਹਿਣਾ ਹਮ ਖੁਦ ਤਾਲਬ ਹੈ। ਹਮ ਖੁਦ ਤਾਲਬ ਹੈ। ਅੱਛਾ ਤਾਲਬਾ, ਅੱਛਾ ਅੱਛਾ, ਦਮਾ ਦਮਾ ਮਤਲਬ ਇਹ ਵੇ ਕੌਣ ਕਹਿੰਦਾ ਤੇਰੇ ਪਿਓ ਕੋਲ ਮਾਲ ਨਹੀਂ ਹੁੰਦਾ? ਆਹਾ, ਕੌਣ ਕਹਿੰਦਾ ਤੇਰੇ ਪਿਓ ਕੋਲ ਮਾਲ ਨਹੀਂ ਹੁੰਦਾ? ਜੇ ਦਾਈ ਨੂੰ ਪੈਸੇ ਦਿੱਤੇ ਹੁੰਦੇ ਤੇਰਾ ਇਹ ਹਾਲ ਨਹੀਂ ਹੁੰਦਾ। ਕੌਣ ਕਹਿੰਦਾ ਤੇਰੇ ਪਿਓ ਕੋਲ ਮਾਲ ਨਹੀਂ ਹੁੰਦਾ? ਤੇਰੇ ਪਿਓ ਦੀ ਵੀ ਲੱਤ ਇੱਕੋ ਹੀ ਹੋਣੀ ਸੀ ਜੇ ਤੁਹਾਡੇ ਸਾਹਮਣੇ ਟਾਲ ਨਾ ਹੁੰਦਾ। ਇਸ ਤਰ੍ਹਾਂ ਟੈਲੀਵਿਜ਼ਨ ਚ ਆ ਗਈ ਤੇ ਖਿੜਕੀ ਚ ਆ ਕੇ ਕਹਿੰਦਾ ਆਓ ਸਾਥੀਓ ਖੂਨ ਚੂਸਨੇ ਚਲੀ। ਅੱਗੋਂ ਆਪਣੇ ਆਪੇ ਦੀਆਂ ਮੁੱਛਾਂ ਵੇਖ ਕੇ ਮੁੜ ਜਾਂਦਾ ਜੀ ਵਾਪਸ। ਚਲੋ ਮੈਟ ਚੱਲ ਰਿਹਾ ਮੁੜਦਾ ਖੂਬ ਹੈ ਜੁਮੇ। ਓ ਸ਼ਟ ਅਪ, ਕੀ ਮੈਂ ਕੀ ਐਂਡ ਗੈਟ ਆਊਟ। ਪਾਣੀ ਛੁੱਟਦਾ ਉੱਤੇ ਕੀ ਹੋਇਆ? ਗੈਟ ਆਊਟ। ਕੀ ਇਹ ਪੰਜਾਬ ਦੀ ਜਵਾਨੀ ਨਹੀਂ ਸਾਂਭੀ ਜਾਂਦੀ ਕੀ ਕਰੀਏ? ਕਿਆ ਪੰਜਾਬ ਕੀ ਜਵਾਨੀ? ਯੇ ਪੰਜਾਬ ਕੀ ਜਵਾਨੀ ਹੈ? ਜੀ ਹਾਂ। ਇਧਰ ਦੇਖੋ, ਯੇ ਪੰਜਾਬ ਕਾ ਹੁਸਨ ਹੈ ਔਰ ਯੇ ਪੰਜਾਬ ਕੀ ਸ਼ਰਮਿੰਦਗੀ। ਐਸੇ ਪੰਜਾਬ ਦੇ ਹੁਸਨ ਨੂੰ ਕੀ ਕਰਨਾ ਜੇ ਪੰਜਾਬ ਵਾਲੇ ਹੀ ਵਿਹਲੇ ਬੈਠੇ ਰਹਿਣ। ਪ੍ਰੋਗਰਾਮ ਸ਼ੁਰੂ ਕਰੀ ਭਾਈ। ਹਾਂ ਪਹਿਲੇ ਲੀਸੂ ਪਹਿਲੇ ਚੁੱਕ ਲਓ ਇਹਨੂੰ। ਗੱਲ ਕੀਤੀ ਅੰਮੀ ਨੂੰ ਜ਼ਿਆਦਾ ਯਾਦ ਨਾ ਕਰ, ਅੱਬੂ ਹਾਜ਼ਰ ਹੋ ਜਾਏਗਾ ਸਾਰਾ ਪ੍ਰੋਗਰਾਮ।
देखे जी सारी दुनिया ने शादी की है, मैं भी ये सवाल क्यों जा की था।
تین سینس کوئی نہیں سوال کرن دی ہے ساری دنیا نے شادی کیتی میں نہ کراں اسی کلے چرساں پی جائیے با میرے لو چپیڑ مار سو او پھر بیٹھے او سارا کام آپ نے بیٹھی پچھلی سیٹ والا گیا میں آپ سے یہ پوچھ رہی تھی کہ آپ کو کس قسم کی لڑکی چاہیے اس میں کیا خوبیاں ہونی چاہیے دیکھیں جی میری جو بیوی ہو وہ صبح اٹھتے ہی میک اپ کرے رات کو سوتے وقت میک اپ کرے وہ کیوں میک اپ کی وجہ سے عورتوں کی فوتگی جلدی نہیں ہوتی وہ کیسے جو عورتیں سارا دن میک اپ کر کے گھومتی ہیں رات کو سوتے وقت گرم پانی کے ساتھ منہ دھو کے سو جاتی ہیں فرشتہ آ کے کہتا نہیں یار سویرے والی دن نہیں ایک دوسرے کے ساتھ باتیں کرتے ہیں نہیں ہو چلو واپس چلیے پھر کچھ عورتیں جو ہوتی ہیں وہ سارا دن میک اپ کے بغیر پھرتی ہیں شام کو سوتے وقت میک اپ کر لیتی سو جاتے فرشتہ آ کے تو یارے بھی ہو نہیں آج کل دو تین شیل والوں کے فرشتے اوپر چلے گئے ہیں وہ ہاتھ میں پانی کی بالٹی اور وائپر لے کے آتے ہیں پڑم پر چلو شادی کرنا چاہتا ہوں اس کے لیے کیا کر سکتی ہیں دیکھیں جی میں بشرا کے لیے کھرک کر سکتا ہوں سب دیکھیں آپ یقین کریں گے نہیں ہو رہی تھی یہ میں نے بشرا کے لیے کی ہے بشرا ایک ہی ہے بشرا کے علاوہ کوئی نہیں بشرا ایک بشرا دو بشرا تین چلو کھا لو آئے گی نام مرنا ہو جا ایسا بغیر منہ دیکھ دلی کاندر کا کر لوں راجا آ جا آپ یہ بتائیے کہ آپ کو لڑکی میں اور کیا خوبیاں چاہیے مثلاً مثلا کیا وہ فاسٹ بالر ہونی چاہیے نہیں آپ سپنر ہونی چاہیے وہ آپ سمجھے نہیں گوگلی کراتی ہوں شیڈ اپ دیکھیں یہ پروگرام چل رہا ہے میری آپ لوگوں کو سمجھ نہیں آ رہی ہے لائیو پروگرام چل رہا ہے میں جیت گیا جی آپ جیت گئے اور پاس ہو گئے تھینک یو ویری مچ دیکھیں میرے اس بھائی کے بارے میں نے آپ سے بات کرنی تھی یہ پروگرام سے ذرا ہٹ کے ہے یہ آف دی ریکارڈ ہے ٹھیک ہے اس کے لیے کوئی علیحدہ سے ڈیل بنا دیں آپ مجھے میرے بھائی کی شادی نہیں ہو رہی کیوں ہاں جہاں بھی اس کی شادی کرنے کے لیے جاتے ہیں نا لڑکی والے 20,000 روپیہ مانگتے ہیں 20,000 ہاں حالانکہ 18,000 میں یہ گھر پڑتا ہے میرا یہ بھائی جو ہے اتنا ٹیلنٹڈ ہے میں آپ کو بتا نہیں سکتا لوگ اس کے سر کے اوپر سے پیسے پھینکتے ہیں اس کا اپنا ڈھول ہے نا آپ چاہے ہاں تو پہلا شیر کیوں نہ میں آپ کے لیے کہوں ارشاد ارشاد نہیں وہ بیمار ہو گیا امجد کا نام اوکے میں عرض کرتی ہوں عرض عرض یار ڈیڑھ گز ایک منٹ آپ بتائیے کیا کہہ رہی ہیں آپ عرض ہاں عرض یار پونے دو گز کر لو میں حکم کرتی ہوں ہاں ہاں آپ جو حکم کریں گے یہ دیکھ لیں لے کے آئے گا آپ بولیں گے آ کے بوتل لے کے آؤ چلو شامل لے کے آؤ جی میں حکم کرتی ہوں میں تو کچھ بھی نہیں میں تو ککھ بھی نہیں یہ جھوٹ بھی نہیں اس میں شک بھی نہیں اپنے لک گیا میرے کنویں سے پانی کوئی نہ بھرے سواری اپنے سامان کی حفاظت خود کرے اسی سے ریلیٹڈ ایک شعر ہے آپ کے لیے آپ کے لیے آیا ہوں تیرے در پہ سوالی بن کر واہ 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 تیرے در پہ آیا ہوں تیرے در پہ سوالی بن کر ظالم تم نے مجھ سے بھی 200 مانگ لیے چھپر 71 72 74
نہیں ہے اللہ معاف کرے توبہ سے یہ میری اماں کا شعر ہے میری اماں ابا نے ابا کے لیے شعر لکھا ابا ایک دفعہ کوئی عیاشی کے لیے چلے گئے وہ وہاں پر تیل اور مچھلی کھانے جاتے ہیں تو وہاں جا کے دیکھے نا شریف آدمی کی عیاشی تو ایسی ہی ہوتی ہے نا تو ابا وہاں چلے گئے تو تین مہینے لگ گئے تو اما کو بہت یاد آئی تو اما نے ان کی یاد میں ایک شعر لکھا خط میں ابا نے جب شعر پڑھا تو ٹانگ کام کی ابا کی امرود پہ کھانی ہاں امرود پہ کھانی ہاں آ جا میرے کھوکھرا میں لونی پھڑا جا میری زلفوں سے اندھیرا ہے تیری زلفوں سے اندھیرا ہے جو ٹنڈ کرا دو تو سویرا ہے آپ پیچھے لکھا آپ امجد وہ دلدار صدقے رخسار صدقے آپ ملدی نہیں سانو کار صدقے پروگرام کرے آگے ہاں تو میں اپنا پروگرام وہیں سے شروع کرتی ہوں جمن جائے جمن آپ یہ بتائیں کہ آپ شادی کیوں کرنا چاہتے ہیں اپنا جنازہ جائز کرنے کے لیے مجھے سوال پوچھن دی ہے ایک میرا سوال پوچھ یار اے مچ کھلارن واسطے جڑا زمین چ کلا ٹھوک دے اودی مٹی کتھے جاندی ہے اچھا آپ یہ بتائیے کہ
आप पढ़े कहाँ तक हैं? मैं इतों लेके उपाड़े तक कर माशाल्लाह मेरे इस भाई ने पत्तों की हुई है। वो असल में भाई फिर उसे मेरी कंपाड़ आ गई थी। एक आसान सा सवाल जी, आप इंसानों में फिर के क्या महसूस करते हैं? महसूस करते जी। अच्छा ये बताइए कि एक आसान सा और सवाल जी, ये दूल्हा की जूती क्यों छुपाई जाती है? उन्हें मौका दिता जाता है, उन्हें भी दौड़ जा।
ਇਹ ਦੋ ਦਿਨਾਂ 'ਚ ਦੋ ਧੀਆਂ ਹੋਰ ਕਿੱਥੋਂ ਆ ਗਈਆਂ? ਤੈਨੂੰ ਕਿਹਨੇ ਕਿਹਾ ਕਿ ਤੂੰ ਸਾਡੇ ਤੇ ਬੋਝ ਹੈ? ਬੇਵਕੂਫੇ, ਤੂੰ ਤਾਂ ਮੈਨੂੰ ਸੱਤਾਂ ਪੁੱਤਰਾਂ ਨਾਲੋਂ ਜ਼ਿਆਦਾ ਅਜ਼ੀਜ਼ ਹੈ। ਇਹ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਕਰਦੀ ਕਰਦੀ ਐਡੀ ਵੱਡੀ ਸ਼ਰਾਰਤ ਕਰ ਬੈਠੀ ਆ। ਉਹ ਭਾਈ ਜੀ, ਸਾਡੀ ਕੋਈ ਧੀ ਹੈ ਬਸ। ਭਾਈ ਜੀ, ਮੈਨੂੰ ਹੁਣ ਤਿੰਨ ਪਸੰਦ ਆਈਆਂ, ਉਰਲੀ ਅੱਧੀ ਅੱਧੀ ਕਰਕੇ ਤਿੰਨ ਪੂਰੀਆਂ ਹੱਦ ਹੋ ਗਈ ਯਾਰ। ਖੁਦਾ ਦਾ ਵਾਸਤਾ ਜੇ ਆ ਤੁਹਾਡੇ ਘਰ ਦੇ ਚੱਕਰ ਲਾ ਲਾ ਕੇ ਮੇਰੀਆਂ ਲੱਤਾਂ 'ਚੋਂ ਕਿੱਲ ਨਿਕਲ ਆਏ। ਦੇਖੋ ਰਾਜਾ ਚੰਗਾ ਭਲਾ ਗਿਆ ਸੀ, ਪਰ ਕਿਸੇ ਨੇ ਭੁੱਲ ਕੇ ਅੰਦਰ ਭੇਜ ਦਿੱਤਾ। ਤੁਹਾਡੇ ਤਿੰਨ ਪੁੱਤਰ ਨੇ ਨਾ ਜਿਹੜੇ ਬਾਹਰ ਖਲੋਤੇ ਨੇ, ਹਾਂਜੀ ਹਾਂਜੀ, ਉਹ ਆਪਣੇ ਅੱਬੇ ਕੋਲ ਖਲੋਤੇ ਨੇ, ਹਾਂਜੀ ਦੇਖਿਆ, ਲਾਈਨ ਬਣਾ ਕੇ ਖਲੋਤੇ। ਮੈਂ ਗਿਆ, ਤੁਸੀਂ ਇਹਦੇ ਕੀ ਕਰਨ ਡਿਆ? ਕਹਿੰਦੇ ਸਾਡੇ ਅਸਲੀ ਅੱਬੇ ਨੇ ਆ ਕੇ ਲੱਤ ਮਾਰਨੀ ਹੈ। ਇਮਾਨ ਨਾਲ ਉਹਨਾਂ ਨੇ ਕਿਹਾ ਐਸਾ ਬਾਤ ਵੀ? ਉਹ ਰਾਜਾ ਅੰਦਰ ਆ ਜਾ ਪਾਪਾ। ਲਓ ਜੀ, ਚੰਗਾ ਪੁੱਤਰ ਮੇਰਾ ਵੀ ਇੱਕੋ ਹੀ ਹੈ ਜਨਾਬ, ਇੱਕੋ ਬੱਚਾ ਤੁਹਾਡੀ ਇੱਕ ਬੱਚੀ, ਮੇਰਾ ਵੀ ਇੱਕ ਬੱਚਾ ਵਾ। ਨਾ ਨਾ ਕਰ ਪੁੱਤਰ, ਤੁਸੀਂ ਚੱਲ ਕੇ ਆਪਣਾ ਆਬਾ ਲੱਭੋ, ਚਲੋ ਸ਼ਾਮ।